ਮੇਰਾ ਜ਼ਿਲ੍ਹਾ ਫਤੇਗੜ ਸਾਹਿਬ ਹੈ ਤੇ ਮੈਂ ਸ਼ਹੀਦਾਂ ਦੀ ਉਸ ਪਵਿੱਤਰ ਧਰਤੀ ਤੋਂ ਆਉਣਾ ਜਿੱਥੋਂ ਜ਼ੁਲਮ ਦੇ ਖਿਲਾਫ ਲੜਨ ਦੀ ਸ਼ੁਰੂਆਤ ਹੋਈ। ਮਾਸਟਰ ਰਾਜੇਸ਼ ਕੁਮਾਰ ਜੀ ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਰਾਸ਼ਟਰਪਤੀ ਅਵਾਰਡ ਸੀ ਜਿਹੜਾ ਆਪਣਾ ਉਹ ਵਾਪਸ ਕੀਤਾ ਸੀ। ਮੈਨੂੰ ਉਸ ਬਦਖੁਸ਼ੀ ਅਵਾਰਡ ਲੈਣੋਂ ਅਵਾਰਡ ਵਾਪਸ ਕਰਨ ਸਮੇਂ ਤੇ ਮੈਨੂੰ ਇਸ ਗੱਲ ਦਾ ਮੈਂ ਹੰਕਾਰ ਨਾਲ ਨਹੀਂ ਕਹਿੰਦਾ ਪਰ ਮੈਂ ਬੇਹਦ ਨਿਮਰਤਾ ਸਹਿਤ ਮਾਣ ਮਹਿਸੂਸ ਕਰਦਾ ਮੈਂ ਭਾਵੇਂ ਨੌਨ ਕਿਸਾਨ ਪਰਿਵਾਰ ਦੇ ਵਿੱਚੋਂ ਆਣਾ ਪਰ ਵਿਜੀ ਤੌਰ ਦੇ ਉੱਤੇ ਕਿਸੇ ਵੀ ਗਲਤ ਚੀਜ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਅਸੀਂ ਕਿਸ ਰੂਪ ਦੇ ਵਿੱਚ ਪਾ ਸਕਦੇ ਹਾਂ ਸਾਨੂੰ ਉਹ ਕਰਨਾ ਚਾਹੀਦਾ ਤੇ ਇਸ ਕਰਕੇ ਇਹ ਵਾਲਾ ਮੈਨੇ ਫੈਸਲਾ ਲਿਆ ਸੀ ਖੁਸ਼ੀ ਜ਼ਿਆਦਾ ਸੀ ਜਾਂ ਜਦੋਂ ਮੋੜਿਆ ਗਮ ਜ਼ਿਆਦਾ ਸੀ ਕਿਉਂਕਿ ਮੰਨ ਲਓ ਕੋਈ ਵੀ ਤੁਹਾਡੀ ਮਿਹਨਤ ਦਾ ਸਰਕਾ ਅਵਾਰਡ ਮਿਲਿਆ ਜੀ ਸਰ ਪਰ ਤੁਹਾਡੇ ਸਮਾਜ ਨਾਲ ਮਾੜਾ ਹੋ ਰਿਹਾ ਸੀ ਤੁਸੀਂ ਉਸ ਨੂੰ ਦੇਖਦੇ ਹੋਏ ਬਾਹਰ ਛੋਟੇ ਸਾਹਜਦਿਆਂ ਦੇ ਨਾਂ ਤੇ ਹੀ ਬਣਿਆ ਇਹ ਜ਼ਿਲ੍ਹਾ ਸਾਡੇ ਲਈ ਪ੍ਰੇਰਨਾ ਸਰੋਤ ਹੈ ਜਿੱਥੋਂ ਅਸੀਂ ਇਹ ਸਿੱਖਿਆ ਕਿ ਗਲਤ ਚੀਜ਼ਾਂ ਦੇ ਖਿਲਾਫ ਆਪਣੀ ਗੱਲ ਲਾਜ਼ਮੀ ਤੌਰ ਤੇ ਕਰਨੀ ਪੈਂਦੀ ਹੈ ਪੰਜਾਬ ਦੇ ਵਿੱਚ ਭਗਤ ਸਰਬਹਉਨਾਂ ਦੀ ਧਰਤੀ ਤੇ ਪੈਦਾ ਹੋਇਆ ਗਦਰੀ ਬਾਬੇ ਹਉਨਾਂ ਦੀ ਤੇ ਜੇ ਅਸੀਂ ਹਲੇ ਵੀ ਉਹ ਗੱਲਾਂ ਨੂੰ ਨਹੀਂ ਲਾਗੂ ਕਰ ਸਕੇ ਤਾਂ ਮੈਨੂੰ ਲੱਗਦਾ ਹੈ ਅਜਿਹੇ ਅਵਾਰਡ ਸਾਡੇ ਡ੍ਰੈਗ ਰੂਮਾਂ ਦੇ ਵਿੱਚ ਰੱਖਣਾ ਮੈਨੂੰ ਲੱਗਦਾ ਸਾਡੇ ਲਈ ਕੋਈ ਪ੍ਰਾਪਤੀ ਨਹੀਂ ਲੜਦੇ ਲੋਕਾਂ ਦੇ ਹੱਕ ਦੇ ਵਿੱਚ ਇਹ ਅਵਾਰਡ ਵਾਪਸ ਕਰਨਾ ਸ਼ਾਇਦ ਮੇਰੇ ਲਈ ਬਹੁਤ ਵੱਡੇ ਲੋਕੀ ਕਾ ਬੜੀ ਕਹਿੰਦੇ ਨੇ ਸਰਕਾਰੀ ਟੀਚਰਾਂ ਨੂੰ ਇਹਦੇ ਇਰਤਨ ਖਾਂ ਹੈ ਨਹੀਂ ਨਹੀਂ ਹੁੰਦੀਆਂ ਟੀਚਰਾਂ ਦੀਆਂ ਕੰਮ ਨਹੀਂ ਕਰਦੇ ਆ ਕੇ ਬਹਿ ਕੇ ਚਲੇ ਜਾਂਦੇ ਨੇ ਕਿੰਨੀ ਕਿਸਚਾਈਆਂ ਨਾਲ ਨੂੰ ਲੋਕਾਂ ਨੂੰ ਲੱਗਦਾ ਹੈ ਵੀ ਅਧਿਆਪਕ ਸਾਹਿਬ ਕੰਮ ਨਹੀਂ ਕਰਦੇ ਪਰ ਜੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਾਂ ਤਾਂ ਅਧਿਆਪਕ ਦੇ ਕੋਲ ਕਿੰਨੇ ਕੰਮ ਐ ਉਹਦਾ ਕੋਈ ਬਿਵਰਨ ਨਹੀਂ ਦਿੱਤਾ ਜਾ ਸਕਦਾ ਹਰ ਤਰ੍ਹਾਂ ਦਾ ਕੰਮ ਅਧਿਆਪਕ ਦੇ ਕੋਲ ਹੈ ਉਹਨਾਂ ਦੇ ਵਿੱਚ ਪੋਸਟਾਂ ਜਿਹੜੀਆਂ ਨੇ ਬਹੁਤ ਖਾਲੀ ਰਹੀਆਂ ਹਾਂ ਖਾਲੀ ਪੋਸਟਾਂ ਦੇ ਵਿੱਚ ਕੰਮ ਵੀ ਨਾਲ-ਨਾਲ ਕਰਨੇ ਨੇ ਤੇ ਗੈਰ ਵਿਦਿਅਕ ਕੰਮ ਵੀ ਨਾਲ-ਨਾਲ ਕਰਨੇ ਨੇ ਤਾਂ ਸੁਭਾਵਿਕ ਹੈ 25 ਸਾਲ ਪਹਿਲਾਂ ਤੁਸੀਂ ਸਰਵਿਸ ਸ਼ੁਰੂ ਕੀਤੀ ਜੀ ਕੀ ਫਰਕ ਦੇਖਿਆ 25 ਸਾਲਾਂ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਸੀ ਸਟੂਡੈਂਟਸ ਦੇ ਵਿੱਚ ਤੇ ਟੀਚਰਸ ਦੇ ਹਾਲ ਪਹਿਲਾਂ ਜਦੋਂ ਸਰਵਿਸ ਚ ਆਏ ਤਾਂ ਇੱਕ ਬਿਲਕੁਲ ਵੱਖਰਾ ਸਿਸਟਮ ਸੀਗਾ ਜਿਹੜੀ ਮਾਨਸਿਕ ਤਣਾਅ ਦੀ ਸਥਿਤੀ ਹੈ ਜਿਹੜਾ ਕਿਸੇ ਸਮੇਂ ਬੱਚੇ ਤੇ ਸੀਗਾ ਉਹ ਮੇਨ ਅਧਿਆਪਕ ਤੇ ਸਕੂਲ ਦੀਆਂ ਕੁਝ ਯਾਦਾਂ ਜਿਵੇਂ ਲੋ ਕਿਟਾਈ ਹੋਈ ਹੱਡੀ ਉਸ ਵੇਲੇ ਫਿਰ ਬਿਨਾਂ ਸ਼ੱਕ ਦੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਦੌਰ ਚ ਪੜ੍ਹਦੇ ਵਿਦਿਆਰਥੀਆਂ ਦੇ ਵਿੱਚੋਂ ਹਾਂ ਸ਼ਾਇਦ ਪੂਜੋ ਵਿਦਿਆਰਥੀ ਇਹ ਗੱਲ ਮਾਨਣਾ ਕਹਿ ਸਕਿਆ ਵੀ ਮੇਰੀ ਵੀ ਕਹਾਣੀ ਹੈ ਆ ਰਹੇ ਦੀਆਂ ਕੁਝ ਇਦਾਂ ਜਿਹੇ ਕਾਲਜ ਦੇ ਵਿੱਚ ਅੱਲੜ ਉਮਰ ਹੁੰਦੀ ਆ ਭਾਵੇਂ ਕਾਲਜ ਚ ਜਾਂਦੇ ਆ ਜੀ ਲੜਾਈਆਂ ਪੜਾਈਆਂ ਜਾਂ ਇਹ ਤੋਂ ਕੁਛ ਮਾੜਾ ਨਹੀਂ ਸਾਡੇ ਦੌਰ ਦੇ ਵਿੱਚ ਜਦੋਂ ਅਸੀਂ ਪੜ੍ਹੇ ਹੂੰ ਤਾਂ ਵਿਦਿਆਰਥੀਆਂ ਦਾ ਇੱਕ ਬਹੁਤ ਵੱਡਾ ਦਬਾਅ ਸੀਗਾ ਖਾਸ ਕਰਕੇ বাস ਕੰਡਕਟਰਸ ਦੇ ਉੱਤੇ ਅੱਛਾ ਸਾਡੇ ਇਹ ਰਵਾਸ ਸੀ ਵੀ ਜੇ ਕੋਈ ਅਸੀਂ ਪ੍ਰਵਾਸੀ ਬੰਦੇ ਨੂੰ ਬੱਸ ਲਾ ਕੇ ਕਹਿ ਦੀ ਹੈ ਨਾ ਵੀ ਇਹ ਸਟੂਡੈਂਟ ਹੈ ਇਹ ਕੰਡਕਟਰ ਦੀ ਹਿੰਮਤ ਨਹੀਂ ਸੀ ਜੀ ਅਸੀਂ 3 ਸਾਲ ਚ ਪੜ੍ਹਦੇ ਹੋਏ ਕਦੇ ਬੱਸ ਪਾਸ ਨਹੀਂ ਸੀ ਬਣਾਇਆ ਉਹ ਨਹੀਂ ਚੱਲਦਾ ਸੀਗਾ ਬਹੁਤ ਵੱਡਾ ਨਾਂ ਸੀ ਮਤਲਬ ਰਫਤਮਨ ਕਾਲਜ ਦੇ ਵਿੱਚ ਸਾਡੇ ਸਾਥੀਆਂ ਦਾ ਹੂੰ ਅਜੋਕੇ ਦੌਰ ਦੇ ਵਿੱਚ ਕਿਸਾਨ ਅੰਦੋਲਨ ਇੱਕ ਜਿਹਾ ਅੰਦੋਲਨ ਹੋ ਕੇ ਰਹਿ ਗਿਆ ਜਿਸ ਨੇ ਕੇਂਦਰ ਸਰਕਾਰ ਨੂੰ ਝੁਕਾਉਣ ਦਾ ਕੰਮ ਕੀਤਾ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਤੇ ਖੇਤੀ ਕਾਨੂੰਨ ਵਾਪਸ ਲੈਣੇ ਪਏ ਕਿਸਾਨਾਂ ਨੇ तकरीबन 2 ਸਾਲ ਦੇ ਕਰੀਬ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਇਹ ਅੰਦੋਲਨ ਲੜਿਆ ਪਰ ਉਸ ਦੇ ਨਾਲ-ਨਾਲ ਜਿਹੜੇ ਘਰਾਂ ਦੇ ਵਿੱਚ ਬੈਠੇ ਲੋਕ ਸੀ ਜਾਂ ਨੌਕਰੀ ਪੇਸ਼ੇ ਵਾਲੇ ਲੋਕ ਸੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਸਾਥ ਦਿੱਤਾ ਉਹ ਕਾਫੀ ਜ਼ਿਆਦਾ ਗੌਰ ਕਰਨ ਵਾਲੀ ਗੱਲ ਹੈ ਤੇ ਸਾਡੇ ਨਾਲ ਨੇ ਮਾਸਟਰ ਰਾਜੇਸ਼ ਕੁਮਾਰ ਜੀ ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਰਾਸ਼ਟਰਪਤੀ ਅਵਾਰਡ ਸੀ ਜਿਹੜਾ ਆਪਣਾ ਉਹ ਵਾਪਸ ਕੀਤਾ ਸੀ ਵਾਪਸ ਕਰਨ ਦਾ ਕਾਰਨ ਇਹ ਸੀ ਇਹਨਾਂ ਨੂੰ ਲੱਗਿਆ ਕਿ ਕੇਂਦਰ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ ਕਿਸਾਨਾਂ ਦੀ ਗੱਲ ਨਹੀਂ ਮੰਨ ਰਹੀ ਜਾਂ ਜਿਹੜੀ ਚੀਜ਼ ਕਿਸਾਨ ਮੰਗਦੇ ਹੀ ਨਹੀਂ ਉਹ ਕਿਸਾਨਾਂ ਤੇ ਕਿਉਂ ਲਾਗੂ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਬਾਅਦ 21 ਦੇ ਵਿੱਚ ਇਹਨਾਂ ਵੱਲੋਂ ਕਿਸਾਨ ਅੰਦੋਲਨ ਦੇ ਤਹਿਤ ਹੀ ਆਪਣਾ ਅਵਾਰਡ ਹੈ ਜਿਹੜਾ ਉਹ ਵਾਪਸ ਕਰ ਦਿੱਤਾ ਜਾਂਦਾ ਗੱਲਬਾਤ ਕਰਦੇ ਆ ਸਰਸਵਾਗਤ ਹੈ ਪ੍ਰੋ ਪੰਜਾਬੀ ਟੀਵੀ ਤੇ ਬਹੁਤ-ਬਹੁਤ ਧੰਨਵਾਦ ਜੀ ਪ੍ਰੋ ਪੰਜਾਬ ਦੇਖ ਰਹੇ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਤਾਂ ਸਰ ਜਿਵੇਂ ਮੈਂ ਗੱਲ ਕੀਤੀ ਕਿਸਾਨ ਅੰਦੋਲਨ ਸੜਕਾਂ ਤੇ ਬਹਿ ਕੇ ਲੜਿਆ ਕਿਸਾਨਾਂ ਬਿਲਕੁਲ ਜੀ ਮੰਨ ਲਓ ਤੁਹਾਡਾ ਇੱਕ ਨਿਵੇਕਲਾ ਹੀ ਸਿਗਾ ਮੰਨ ਲਓ ਰਾਸ਼ਟਰਪਤੀ ਅਵਾਰਡ ਜਿਹਨੂੰ ਲੈਣ ਦੀ ਖਾਤਰ ਮੰਨ ਲਓ ਬਹੁਤ ਜ਼ਿਆਦਾ ਮਿਹਨਤ ਲੱਗ ਜਾਂਦੀ ਹੈ ਕਈਆਂ ਨੂੰ ਮਿਹਨਤ ਕਰਦੇ ਰਹਿੰਦੇ ਨੇ ਨਹੀਂ ਮਿਲਦਾ ਜੀ ਪਰ ਤੁਹਾਨੂੰ ਉਹ ਅਵਾਰਡ ਮਿਲਿਆ ਮੰਨ ਲਓ ਵਾਪਸ ਕੀਤਾ ਤੁਸੀਂ ਨੇ ਮਨ ਦੇ ਵਿੱਚ ਕੀ ਸੀਗਾ ਜਿਸ ਸਮੇਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਲਿਆਂਦੇ ਗਏ ਉਹ ਖੇਤੀ ਕਾਨੂੰਨ ਸਪਸ਼ਟ ਰੂਪ ਦੇ ਵਿੱਚ ਲੋਕਾਂ ਨੇ ਮਹਿਸੂਸ ਕੀਤਾ ਕਿ ਕਾਰਪੋਰੇਟ ਪੱਖੀ ਕਾਨੂੰਨ ਨੇ ਕਾਰਪੋਰੇਟਾਂ ਦਾ ਸਿਕੰਜਾ ਜਿਸ ਤਰੀਕੇ ਨਾਲ ਵੱਖ-ਵੱਖ ਸਟੇਟਾਂ 'ਚ ਜਿੱਥੇ ਤੱਕਾਂ ਕਿ ਪੂਰੇ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਕਸਿਆ ਗਿਆ ਬੁਣਿਆ ਗਿਆ ਉਹਦੇ 'ਚ ਉਹ ਕਾਨੂੰਨ ਉਹ ਰੋਲ ਪੈਦਾ ਕਰ ਗਏ ਕਿ ਲੋਕਾਂ ਨੂੰ ਲੱਗਿਆ ਕਿ ਲੜੇ ਬਿਨਾ ਇਹਦਾ ਹੱਲ ਨਹੀਂ ਹੈ ਜਾਂ ਤਾਂ ਇਹਦਾ ਹੱਲ ਕਰਵਾਇਆ ਜਾਵੇ ਨਹੀਂ ਆਪਣੀਆਂ ਜ਼ਮੀਨਾਂ ਆਪਣਾ ਸਾਰਾ ਕੁਝ ਖੋਹ ਦਿੱਤਾ ਜਾਵੇ ਉਸ ਲੜੀ ਦੇ ਵਿੱਚ ਜਦੋਂ ਪੰਜਾਬ ਤੋਂ ਇਹ ਅੰਦੋਲਨ ਵੱਡੇ ਪੱਤਰ ਦੇ ਉੱਤੇ ਉੱਠਿਆ ਦੁਬਾਰਾ ਹਰਿਆਣਾ ਤੇ ਬਾਅਦ ਦੇ ਵਿੱਚ ਪੂਰਾ ਹਿੰਦੁਸਤਾਨ ਇਹਦੇ ਵਿੱਚ ਸ਼ਾਮਲ ਹੋਇਆ ਤੇ ਇੱਕ ਜਾਣਾ ਅੰਦੋਲਨ ਹੋ ਕੇ ਨਿਬੜਿਆ ਉਹਦੇ ਵਿੱਚ ਜਦੋਂ ਇਹ ਅੰਦੋਲਨ ਚੱਲਿਆ ਤਾਂ ਵੱਖ-ਵੱਖ ਬੁੱਧੀਜੀਵੀਆਂ ਨੇ ਵੱਖ-ਵੱਖ ਰਾਈਟਰਾਂ ਨੇ ਗੀਤਕਾਰਾਂ ਨੇ ਕਵੀਆਂ ਨੇ ਇਥੋਂ ਤੱਕ ਕਿ ਸਮਾਜ ਦੀ ਹਰ ਇੱਕ ਉਸ ਸ਼੍ਰੇਣੀ ਨੇ ਆਪਣਾ ਯੋਗਦਾਨ ਪਾਇਆ ਜੋ ਗਲਤ ਚੀਜ਼ਾਂ ਦੇ ਵਿਰੋਧ ਦੇ ਵਿੱਚ ਹਮੇਸ਼ਾ ਖੜਦੀ ਰਹੀ ਹੈ ਇਤਿਹਾਸ ਗਵਾਹ ਹੈ ਕਿ ਪੰਜਾਬ ਉਹ ਧਰਤੀ ਹੈ ਜਿੱਥੋਂ ਸ਼ੂਰਵੀਰ ਬਹੁਤ ਬਹਾਦਰੀ ਨਾਲ ਲੜੇ ਤੇ ਆਏ ਹੋਏ ਹਮਲਾਵਰਾਂ ਨੂੰ ਹਮੇਸ਼ਾ ਹੀ maat ਦਿੱਤੀ ਜਾਂ ਦਲੇਰੀ ਨਾਲ ਮੁਕਾਬਲਾ ਕੀਤਾ ਮੇਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ ਤੇ ਮੈਂ ਸ਼ਹੀਦਾਂ ਦੀ ਉਸ ਪਵਿੱਤਰ ਧਰਤੀ ਤੋਂ ਆ ਨਾ ਜਿੱਥੋਂ ਜ਼ੁਲਮ ਦੇ ਖਿਲਾਫ ਲੜਨ ਦੀ ਸ਼ੁਰੂਆਤ ਹੁੰਦੀ ਹੈ। ਹਮ ਛੋਟੇ ਸਾਬਜਦਿਆਂ ਦੇ ਨਾਂ ਤੇ ਬਣਿਆ ਇਹ ਜ਼ਿਲ੍ਹਾ ਸਾਡੇ ਲਈ ਪ੍ਰੇਰਨਾ ਸਰੋਤ ਹੈ ਜਿੱਥੋਂ ਅਸੀਂ ਇਹ ਸਿੱਖਿਆ ਕਿ ਗਲਤ ਚੀਜ਼ਾਂ ਦੇ ਖਿਲਾਫ ਆਪਣੀ ਗੱਲ ਲਾਜ਼ਮੀ ਤੌਰ ਤੇ ਕਰਨੀ ਬਣਦੀ ਹੈ। ਹਮ ਨਾਲ ਦੀ ਨਾਲ ਮੈਂ ਇੱਕ ਅਧਿਆਪਕਾਂ ਤੇ ਅਧਿਆਪਕ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਠੀਕ ਗਲਤ ਦਾ ਫੈਸਲਾ ਕਰਦੇ ਆ ਆਪਣੇ ਵਿਦਿਆਰਥੀਆਂ ਨੂੰ ਸਮਾਜ ਨੂੰ ਇਹ ਸੇਧ ਦੇ ਸਕੇ ਕਿ ਠੀਕ ਕੀ ਹੈ ਤੇ ਗਲਤ ਕੀ ਹੈ ਜਿਹੜਾ ਤੁਹਾਡਾ ਸਵਾਲ ਹੈ ਉਹਦੇ ਵਿੱਚੋਂ ਆ ਉਹਦਾ ਜਵਾਬ ਇਹ ਹੈ ਕਿ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਭਾਰਤੀ ਹੋਣ ਦੇ ਨਾਤੇ ਤੇ ਨਾਲ ਨਾਲ ਅਧਿਆਪਕ ਹੋਣ ਦੇ ਨਾਤੇ ਇਹ ਮਹਿਸੂਸ ਕੀਤਾ ਕਿ ਜਿਹੜੀ ਚੀਜ਼ ਨੂੰ ਲੋਕ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਹੈ ਤੇ ਮੈਨੂੰ ਲੱਗਦਾ ਕਾਨੂੰਨ ਨਹੀਂ ਬਣਨੇ ਚਾਹੀਦੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਜਦੋਂ ਅੰਤ ਦੇ ਉੱਤੇ ਆ ਕੇ ਦੇਖਿਆ ਹਮ ਕਿ ਲੋਕਾਂ ਦਾ ਉਹ ਰੋ ਲੋਕਾਂ ਦਾ ਰੋਸ ਵਿਦਰੋਹ ਇਸ ਗੱਲ ਦੇ ਵਿੱਚ ਬਹੁਤ ਉਗਰ ਹੋ ਗਿਆ ਤਾਂ ਤੁਨੂੰ ਉਹਨਾਂ ਨੇ ਵੀ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਤੇ ਅਸੀਂ ਇਹ ਗੱਲ ਜਿਹੜੀ ਸ਼ੁਰੂ ਤੋਂ ਕਹਿੰਦੇ ਆਉਂਦੇ ਸੀ ਹਮ ਕਿ ਖੇਤੀ ਕਾਨੂੰਨ ਪੰਜਾਬ ਦੇ ਲਈ ਹਮ ਹਿੰਦੁਸਤਾਨ ਦੇ ਲਈ ਖਾਸ ਕਰਕੇ ਕਿਰਤੀ ਵਰਗ ਦੇ ਲਈ ਕਿਸਾਨਾਂ ਦੇ ਲਈ ਹਮ ਬਹੁਤ ਖਤਰਨਾਕ ਸਾਬਤ ਹੋਣਗੇ ਉਹਨੂੰ ਪ੍ਰਵਾਨ ਕਰਦੇ ਆਂ ਮਾਨਜੋਗ ਪ੍ਰਧਾਨ ਮੰਤਰੀ ਸਾਹਿਬ ਨੇ ਅੰਤ ਦੇ ਵਿੱਚ ਆ ਕੇ ਕਾਨੂੰਨ ਵਾਪਸ ਲਏ ਆ ਤੇ ਲੋਕਾਂ ਦੀ ਵੱਡੀ ਜਿੱਤ ਜਿਹੜੀ ਹੋਈ ਹੈ ਕਿਸਾਨਾਂ ਦੀ ਕਿਰਤੀ ਵਰਗ ਦੀ ਇਹ ਜਿੱਤ ਬਹੁਤ ਲੰਬੇ ਸਮੇਂ ਤੱਕ ਲੜਨ ਵਾਲੇ ਲੋਕਾਂ ਨੂੰ ਪ੍ਰੇਰਨਾ ਦੇਊਗੀ ਕਿ ਜਦੋਂ-ਜਦੋਂ ਸਰਕਾਰਾਂ ਵੱਲੋਂ ਵੱਖ-ਵੱਖ ਤਰੀਕੇ ਰਾਹੀਂ ਤਿੱਖੇ ਹਮਲੇ ਹੋਣਗੇ ਲੋਕ ਲੜਨਗੇ ਤੇ ਇਤਿਹਾਸ ਗਵਾਏ ਲੜਦੇ ਲੋਕ ਹਮੇਸ਼ਾ ਜਿੱਤਦੇ ਸਹੀ ਹੈ ਤਾਂ ਸਰ ਜਿਸ ਤਰੀਕੇ ਨਾਲ ਤੁਸੀਂ ਮਤਲਬ ਵਾਪਸ ਦਿੱਤਾ ਪ੍ਰੈਸ਼ਰ ਵੀ ਹੁੰਦਾ ਜਿਵੇਂ ਸਰਕਾਰੀ ਅਧਿਆਪਕੋਂ ਤੁਸੀਂ ਤਾਂ ਸਰਕਾਰੀ ਮੁਲਾਜ਼ਮਾਂ ਤਾਂ ਵੈਸੇ ਹੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਮੰਨ ਲੋ ਪ੍ਰੈਸ਼ਰ ਪਾ ਦਿੰਦੀਆਂ ਨੇ ਕੁਛ ਇਦਾਂ ਦਾ ਹੈ ਸੀ ਪਿੱਛੋਂ ਪ੍ਰੈਸ਼ਰ ਦਿੰਦਾ ਹੁਣ ਪ੍ਰੈਸ਼ਰ ਹੋਣਾ ਲਾਜ਼ਮੀ ਹੈ ਹਮ ਪ੍ਰੈਸ਼ਰ ਤਾਂ ਇਹ ਹੈ ਵੀ ਜਦੋਂ ਤੁਸੀਂ ਕੋਈ ਠੀਕ ਕੰਮ ਕਰਨ ਲਈ ਚੱਲਦੇ ਹੋ ਤਾਂ ਰਾਹ ਦੇ ਵਿੱਚ ਰੁਕਾਵਟਾਂ ਆਉਣੀਆਂ ਯਕੀਨੀ ਨੇ ਹਮ ਮੈਂ ਇਸ ਗੱਲ ਦੇ ਲਈ ਜਦੋਂ ਸਾਡੀ ਯੂਨੀਅਨ ਦੇ ਗਵਰਨਮੈਂਟ ਯੂਨੀਅਨ ਦੇ ਸਾਡੇ ਸੁਪਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਰੋਣਾ ਨਾਲ ਵਕਫ ਵਕਫ ਸਾਥੀਆਂ ਨਾਲ ਇਸ ਵਿਸ਼ੇ ਤੇ ਗੱਲਬਾਤ ਕੀਤੀ ਤਾਂ ਅਸੀਂ ਲਗਾਤਾਰ ਆਪਣੀ ਗੱਲਬਾਤ ਦੇ ਵਿੱਚ ਇਹ ਮਹਿਸੂਸ ਕੀਤਾ ਕਿ ਜਿੱਥੇ ਵੱਡੇ ਕਵੀ ਖਾਸ ਕਰਕੇ ਸਰਜੀਤ ਪਾਤਰ ਵਰਗੇ ਕਵੀ ਜਿਹੜੇ ਆਪਣਾ ਅਵਾਰਡ ਜਿਹੜਾ ਕਿ ਬਹੁਤ ਵੱਡਾ ਅਵਾਰਡ ਉਹਨਾਂ ਨੂੰ ਪ੍ਰਾਪਤ ਸੀਗਾ ਉਹ ਵਾਪਸ ਕਰ ਰਹੇ ਆਂ ਹਾਂਜੀ ਉੱਥੇ ਸਾਨੂੰ ਵੀ ਜਿੰਨੇ ਯੋਗ ਅਸੀਂ ਹੈਗੇ ਆਂ ਆਪਣਾ ਵੰਡ ਦਾ ਯੋਗਦਾਨ ਪਾਉਣਾ ਚਾਹੀਦਾ ਮੈਂ ਭਾਵੇਂ ਨੌਨ ਕਿਸਾਨ ਪਰਿਵਾਰ ਦੇ ਵਿੱਚੋਂ ਆਣਾ ਪਰ ਨਿੱਜੀ ਤੌਰ ਦੇ ਉੱਤੇ ਕਿਸੇ ਵੀ ਗਲਤ ਚੀਜ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਅਸੀਂ ਕਿਸ ਰੂਪ ਦੇ ਵਿੱਚ ਪਾ ਸਕਦੇ ਹਾਂ ਸਾਨੂੰ ਉਹ ਕਰਨਾ ਚਾਹੀਦਾ ਤੇ ਇਸ ਕਰਕੇ ਇਹ ਵਾਲਾ ਮੈਨੇ ਫੈਸਲਾ ਲਿਆ ਸੀ ਜਿਹਨੂੰ ਸਮਾਜ ਦੇ ਵਿੱਚ ਜੇ ਮੈਂ ਮਹਿਸੂਸ ਕਰਾਂ ਤਾਂ ਵੱਡੇ ਪੱਧਰ ਦੇ ਉੱਤੇ ਸਤਿਕਾਰ ਮਿਲਿਆ ਲੋਕਾਂ ਨੇ ਬਹੁਤ ਵੱਡੀ ਗਿਣਤੀ 'ਚ ਸਾਥ ਦਿੱਤਾ ਤੇ ਅੰਤ ਦੇ ਵਿੱਚ ਜਿਹੜੀ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪਏ ਤੇ ਲੋਕਾਂ ਦੀ ਜਿੱਤ ਹੋਈ ਤਾਂ ਜਿਵੇਂ ਮਤਲਬ ਤੁਸੀਂ ਇੱਕ ਸਮਾਂ ਸੀਗਾ ਜਦੋਂ ਤੁਹਾਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੱਸ ਰਹੇ ਸੀ ਲੋਅਰ ਡਿਪਾਰਟਮੈਂਟ ਦੇ ਵਿੱਚ ਇਹ ਸਾਰਾ ਕੁਝ ਅਵਾਰਡ ਜਿਹੜਾ ਦਿੱਤਾ ਗਿਆ ਹਨਾ ਡਾਕਟਰ ਦਲਜੀਤ ਚੀਮਾ ਹੋਣੀ ਸੀਗੀ ਉੱਥੇ ਤੇ ਇੱਕ ਉਹ ਸਮਾਂ ਸੀਗਾ ਤੁਸੀਂ ਵਾਪਸ ਕੀਤਾ ਜੀ ਸਰ ਖੁਸ਼ੀ ਜ਼ਿਆਦਾ ਸੀਗੀ ਜਾਂ ਜਦੋਂ ਮੋੜਿਆ ਗਮ ਜ਼ਿਆਦਾ ਸੀ ਕਿਉਂਕਿ ਮੰਨ ਲਓ ਕੋਈ ਵੀ ਤੁਹਾਡੀ ਮਿਹਨਤ ਦਾ ਸਦਕਾ ਅਵਾਰਡ ਮਿਲਿਆ ਜੀ ਸਰ ਪਰ ਤੁਹਾਡੇ ਸਮਾਜ ਨਾਲ ਮਾੜਾ ਹੋ ਰਿਹਾ ਸੀ ਜੀ ਤੁਸੀਂ ਉਸ ਨੂੰ ਦੇਖਦੇ ਹੋਏ ਵਾਪਸ ਕੀਤਾ ਜਦੋਂ ਭਾਰਤ ਦੇ ਰਾਸ਼ਟਰਪਤੀ ਜੀ ਵੱਲੋਂ ਹੂੰ ਰਾਸ਼ਟਰਪਤੀ ਅਵਾਰਡ ਲਈ ਰਾਸ਼ਟਰਪਤੀ ਅਵਾਰਡ ਦੀ ਚੋਣ ਜਿਹੜੀ ਮੇਰੀ ਹੈਗੀ ਆ ਪਹਿਲਾਂ ਤਾਂ ਹਾਂਜੀ ਉਹ ਮਰਦਮਸ਼ੁਮਾਰੀ 2011 ਦੇ ਵਿੱਚ ਹਾਂਜੀ ਵਧੀਆ ਕਾਰਗੁਜ਼ਾਰੀ ਕਰਕੇ ਕੀਤੀ ਗਈ ਤੇ ਇਹ ਅਵਾਰਡ ਮੈਨੂੰ ਪੰਜਾਬ ਦੀ ਸਰਕਾਰ ਵੱਲੋਂ ਵੀ ਇੱਕ ਸਪੈਸ਼ਲ ਫੰਕਸ਼ਨ ਆਰਗੇਨਾਈਜ਼ ਕਰਕੇ ਹੂੰ ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ 'ਚ ਚੰਡੀਗੜ੍ਹ ਵਿਖੇ ਹਾਂਜੀ ਇਹ ਅਵਾਰਡ ਜਿਹੜਾ 24 ਸਤੰਬਰ 2014 ਨੂੰ ਦਿੱਤਾ ਗਿਆ। ਹੂੰ ਉਹ ਬੇहद ਖੁਸ਼ੀ ਦੀ ਗੱਲ ਸੀ ਕਿਉਂਕਿ ਇੱਕ ਕਰਮਚਾਰੀ ਨੂੰ ਇੱਕ ਮੁਲਾਜ਼ਮ ਨੂੰ ਇੱਕ ਅਧਿਆਪਕ ਨੂੰ ਹੂੰ ਰਾਸ਼ਟਰਪਤੀ ਸਾਹਿਬ ਦੁਆਰਾ ਸਨਮਾਨ ਦੇਣਾ ਸਾਡੇ ਲਈ ਇੱਕ ਬੇहद ਖੁਸ਼ੀ ਦੀ ਗੱਲ ਹੁੰਦੀ ਹੈ। ਤੇ ਬੇहद ਖੁਸ਼ੀ ਇਸ ਗੱਲ ਦੀ ਰਹੀ ਪਰ ਜਦੋਂ ਇਹ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅਵਾਰਡ ਵਾਪਸ ਕਰਨ ਦੀ ਗੱਲ ਆਈ ਜੇ ਮੈਂ ਤੁਹਾਨੂੰ ਨਿੱਜੀ ਤੌਰ ਦੇ ਉਤੇ ਦੱਸਾਂ ਤਾਂ ਮੈਨੂੰ ਅਮਰੀਕਾ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਬਹੁਤ ਸਾਰੇ ਅਰਬ ਕੰਟਰੀਸ ਤੇ ਤੇ ਇਹ ਤੋਂ ਨਾਲ ਨਾਲ ਪੰਜਾਬ ਦੇ ਬਹੁਤੇ ਜਿਨ੍ਹਾਂ ਦੇ ਵਿੱਚੋਂ ਲੋਕਾਂ ਨੇ ਫੋਨ ਕੀਤੇ ਅੱਛਾ ਤੇ ਇਸ ਗੱਲ ਨੇ ਮੈਨੂੰ ਬਹੁਤ ਤੌਰ ਦੇ ਉਤੇ ਉਤਸ਼ਾਹਿਤ ਕੀਤਾ ਕਿ ਤੁਹਾਡਾ ਕੰਮ ਜਿਵੇਂ ਤੁਸੀਂ ਨਾਣ ਕਿਸਾਨ ਪਰਿਵਾਰ ਤੋਂ ਆਉਂਦੇ ਹੋ ਅਸੀਂ ਉਹਦੀ ਬੇਹਦ ਕਦਰ ਕਰਦੇ ਹਾਂ ਤੇ ਨਾਲ ਦੀ ਨਾਲ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ ਜਦੋਂ ਤੁਸੀਂ ਇਸ ਗੱਲ 'ਚ ਕਰੋਗੇ ਉਹ ਮੇਰੇ ਲਈ ਬੇਹਦ ਮਾਣ ਦੀ ਗੱਲ ਸੀ ਕੰਪੈਰੀਜ਼ਨ ਭਾਵੇਂ ਬਿਹਤ ਮੁਸ਼ਕਲ ਹੈ ਦੋਨਾਂ ਗੱਲਾਂ ਦੇ ਵਿੱਚ ਕਰਨਾ ਪਰ ਜੇ ਤੁਲਨਾਤਮਕ ਤੌਰ ਦੇ ਉੱਤੇ ਦੇਖਿਆ ਜਾਵੇ ਮੈਨੂੰ ਇਸ ਵੱਧ ਖੁਸ਼ੀ ਅਵਾਰਡ ਲੈਣ ਨਾਲੋਂ ਅਵਾਰਡ ਵਾਪਸ ਕਰਨ ਸਮੇ ਹੋਈ ਹੈ ਤੇ ਮੈਨੂੰ ਇਸ ਗੱਲ ਦਾ ਮੈਂ ਹੰਕਾਰ ਨਾਲ ਨਹੀਂ ਕਹਿੰਦਾ ਪਰ ਮੈਂ ਬਿਹਤ ਨਿਮਰਤਾ ਸਹਿਤ ਮਾਣ ਮਹਿਸੂਸ ਕਰਦਾ ਤੇ ਮਾਣ ਮੇਰੇ ਲਈ ਜਿਹੜਾ ਹੈਗਾ ਇਹ ਚਾਹੇ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਜਵੇ ਇਹ ਮਾਣ ਮੇਰੇ ਲਈ ਮੈਨੂੰ ਲੱਗਦਾ ਵੀ ਹਮੇਸ਼ਾ ਹੀ ਸਰਬੋਤਮ ਰਹੇਗਾ ਜੀ ਮੰਨ ਲਓ ਜਿਹੜੇ ਲੋਕ ਤੁਹਾਡੇ ਨਾਲ ਖੜੇ ਤੁਹਾਡੇ ਲੋਕ ਜੇ ਨਾ ਤੁਸੀਂ ਮੰਨ ਲਓ ਠੀਕ ਆ ਮੰਨ ਲਓ ਤੁਸੀਂ ਕਹਿੰਦੇ ਹੋ ਕਿਸਾਨ ਪਰਿਵਾਰ ਚੋਂ ਨਹੀਂ ਹੈਗੇ ਜੀ ਸਰ ਪਰ ਸਾਡੇ ਮੰਨ ਲਓ ਆਪਸੀ ਰਿਸ਼ਤੇ ਨੇ ਜਿਹੜੇ ਉਹ ਬੜੇ ਮਜ਼ਬੂਤ ਹੁੰਦੇ ਨੇ ਜਿਵੇਂ ਮੰਨ ਤੁਸੀਂ ਟੀਚਰ ਹੋ ਤੁਹਾਡੇ ਕੋਲ ਨਰੈਣਗੜ੍ਹ ਚ ਪੜਾਉਨੇ ਹੋ ਤਾਂ ਮੰਨ ਲਓ ਸਭ ਤੋਂ ਜ਼ਿਆਦਾ ਤੁਹਾਡੇ ਕੋਲ ਬੱਚੇ ਕਿਹੜੇ ਆਉਂਦੇ ਨੇ ਕਿਸਾਨਾਂ ਮਿਲ ਕਿਸਾਨ ਪਰਿਵਾਰਾਂ ਦੇ ਤਾਂ ਮੰਨ ਲਓ ਉਸ ਚੀਜ਼ ਨੂੰ ਮਹਿਸੂਸ ਕਰਕੇ ਤੁਸੀਂ ਮੰਨ ਲਓ ਅਵਾਰਡ ਵਾਪਸ ਕੀਤਾ ਤਾਂ ਉਸ ਤੋਂ ਬਾਅਦ ਪਰਿਵਾਰ ਵੀ ਹੁੰਦਾ ਜੀ ਸਰ ਰਿਸ਼ਤੇਦਾਰ ਵੀ ਹੁੰਦੇ ਨੇ ਸਾਖ ਸਬੰਧੀ ਵੀ ਹੁੰਦੇ ਨੇ ਹਾਂਜੀ ਸਾਰੇ ਨੇ رائے ਕੀਤੀ ਸੀ ਬਹੁਤ ਬੰਦੇ ਹੁੰਦੇ ਨੇ ਜਿਹੜੇ ਕਹਿੰਦੇ ਹੋਣਗੇ ਵੀ ਕਿਉਂ ਯਾਰ ਇਹ ਪੰਗਾ ਲੈਣਾ ਜਦੋਂ ਆਪਾਂ ਇਸ ਤਰ੍ਹਾਂ ਦਾ ਕਦਮ ਚੱਕਦੇ ਆ ਤਾਂ ਸਾਡੀਆਂ ਪਰੰਪਰਾਵਾਂ ਦੇ ਅਨੁਸਾਰ ਸਾਡੀ ਸੋਚ ਦੇ ਅਨੁਸਾਰ ਸਮਾਜ ਦੇ ਵਿੱਚ ਬਹੁਤੇ ਲੋਕ ਜਿਹੜੇ ਆ ਉਹ ਡਰਦੇ ਆ ਇਸ ਗੱਲ 'ਤੇ ਪਰ ਸਾਨੂੰ ਮੰਨਣਾ ਚਾਹੀਦਾ ਹੈ ਵੀ ਅਸੀਂ ਮੈਂ ਜਿਵੇਂ ਸ਼ੁਰੂ ਚ ਗੱਲ ਕਰੀ ਸੀ ਕਿ ਸ਼ਹੀਦਾਂ ਦੀ ਉਸ ਧਰਤੀ ਫਤੇਗੜ ਸਾਹਿਬ ਨੂੰ ਸੰਬੰਧਤਾ ਜਿੱਥੋਂ ਉਹ ਕੁਰਬਾਨੀ ਦਾ ਦੌਰ ਸ਼ੁਰੂ ਹੁੰਦਾ ਹੈ ਤੇ ਪਿੱਛੋਂ ਆ ਕੇ ਅਸੀਂ ਪੰਜਾਬ ਦੇ ਵਿੱਚ ਭਗਤ ਸਰਾਭੇ ਉਹਨਾਂ ਦੀ ਧਰਤੀ ਤੇ ਪੈਦਾ ਹੋਏ ਆ ਗਦਰੀ ਬਾਬੇ ਉਹਨਾਂ ਦੀ ਤੇ ਜੇ ਅਸੀਂ ਹਲੇ ਵੀ ਉਹ ਗੱਲਾਂ ਨੂੰ ਨਹੀਂ ਲਾਗੂ ਕਰ ਸਕੇ ਤਾਂ ਮੈਨੂੰ ਲੱਗਦਾ ਹੈ ਅਜਿਹੇ ਅਵਾਰਡ ਸਾਡੇ ਡ੍ਰੈਗ ਰੂਮਾਂ ਦੇ ਵਿੱਚ ਰੱਖਣਾ ਮੈਨੂੰ ਲੱਗਦਾ ਸਾਡੇ ਲਈ ਕੋਈ ਪ੍ਰਾਪਤੀ ਨਹੀਂ ਲੜਦੇ ਲੋਕਾਂ ਦੇ ਹੱਕ ਦੇ ਵਿੱਚ ਇਹ ਅਵਾਰਡ ਵਾਪਸ ਕਰਨਾ ਸ਼ਾਇਦ ਮੇਰੇ ਲਈ ਬਹੁਤ ਵੱਡੇ ਮਾਨ ਦੀ ਮਤਲਬ ਜਿਵੇਂ ਤੁਸੀਂ ਕਿਹਾ ਤੁਸੀਂ ਵਾਰ-ਵਾਰ ਸ਼ੁਰੂਆਤ ਦੇ ਵਿੱਚ ਵੀ ਇਹ ਗੱਲ ਕਹੀ ਸੀ ਜਿਵੇਂ ਮਨੂੰ ਕਿ ਫਤਿਹਗੜ੍ਹ ਸਾਹਿਬ ਉਹ ਧਰਤੀ ਆ ਹਾਂਜੀ जिने जज्बा सिखाया मान लो पंजाब नु ता हैना बिल्कुल मतलब उस उम्र ਦੇ ਵਿੱਚ ਜਿਹੜੀ ਉਮਰ ਛੋਟੀ ਹੁੰਦੀ ਹੈ बिल्कुल मतलब ਇੱਕ ਤੁਸੀਂ ਮੰਨ ਲਓ ਇੱਕ Hindu ਪਰਿਵਾਰ ਤੋਂ ਜੀ ਇਸ ਚੀਜ਼ ਨੂੰ ਵੀ ਸੈਂਟਰ ਗਵਰਨਮੈਂਟ ਨੇ ਬੜਾ ਉਸ ਵੇਲੇ ਬਿਲਕੁਲ ਜੀ ਪ੍ਰਚਾਰਿਆ ਗਿਆ ਇੱਥੇ ਤਾਂ ਬੈਠੇ ਨੇ ਖਾਲਸਤਾਨੀ ਬਿਲਕੁਲ ਜੀ ਇੱਥੇ ਆ ਗਈ ਨੈਕਸਟ ਸਲਾਈਡ ਆ ਗਈ ਬਹੁਤ ਕੁਝ ਕਿਹਾ ਗਿਆ ਮੰਨ ਲਓ ਪ੍ਰਚਾਰਿਆ ਗਿਆ ਕਾਫੀ ਕੁਝ ਮੰਨ ਲਓ ਉਸ ਸਮੇਂ ਤੁਸੀਂ ਕੀ ਸੋਚ ਰਹੇ ਸੀਗੇ ਜਦੋਂ ਖਾਲਸਤਾਨੀ ਕਿਹਾ ਜਾ ਰਿਹਾ ਸੀਗਾ ਜਾਂ ਕਿਹਾ ਜਾ ਰਿਹਾ ਸੀਗਾ ਵੀ ਇਹ ਅੰਦੋਲਨ ਆ ਜਿਹੜਾ ਇਹ ਦੇਸ਼ ਦੇ ਵਿਰੋਧੀ ਬੰਦੇ ਨੇ ਜਿਹੜੇ ਉਹ ਕਰ ਰਹੇ ਨੇ ਅਸੀਂ ਹਿੰਦੂ ਸਿੱਖ ਮੁਸਲਮ ਹਾਂ ਇਕਤਾ ਦੇ ਉਸ ਏਰੀਏ ਨੂੰ ਸੰਬੰਧਤ ਆ ਜਿੱਥੇ ਇਹ ਦਾਸਤਾ ਬਹੁਤ ਲੰਬੇ ਸਮੇਂ ਤੋਂ ਲਿਖੀ ਜਾ ਰਹੀ ਹੈ ਜੇ ਅਸੀਂ ਅੱਜ ਘਰੋਂ ਨਿਕਲਦੇ ਆ ਤਾਂ ਸਾਰੇ ਦਿਨ ਦੇ ਵਿੱਚ ਜਦੋਂ ਅਸੀਂ ਸੌਆਂ ਸੈਂਕੜੇ ਹੀ ਲੋਕਾਂ ਨੂੰ ਮਿਲਦੇ ਆ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਸਾਨੂੰ ਮਿਲਦੇ ਆ ਅਸੀਂ ਕਦੇ ਮਹਿਸੂਸ ਹੀ ਨਹੀਂ ਕਰਦੇ ਵੀ ਅੱਜ ਸਾਨੂੰ ਕੌਣ ਮਿਲਿਆ ਸਾਡਾ ਪਿਆਰ ਆਪਣਾ ਤਖ਼ਤ ਸਾਰਿਆਂ ਨਾਲ ਇੱਕੋ ਜਿਹਾ ਹੈ ਤੇ ਅੱਜ ਵੀ ਜੇ ਤੁਸੀਂ ਮਹਿਸੂਸ ਕਰੋ ਤਾਂ ਸਾਡੇ ਸਾਰੇ ਵਿਦਿਆਰਥੀ ਸਾਡੇ ਲਈ ਉਹ ਸਾਡੇ ਆਪਣੇ ਬੱਚੇ ਨੇ ਜੇ ਅਸੀਂ ਇਹ ਦੇਖੀਏ ਵੀ ਅਸੀਂ ਇਹ ਕਿਹੜਾ ਧਰਮ ਹੈ ਇਹਦੀ ਕਿਹੜੀ ਜਾਤ ਹੈ ਤਾਂ ਮੈਨੂੰ ਲੱਗਦਾ ਇੱਕ ਅਧਿਆਪਕ ਲਈ ਇਹ ਤੋਂ ਵੱਡੀ ਨালাਕੀ ਕੋਈ ਨਹੀਂ ਹੋ ਸਕਦੀ ਅਧਿਆਪਕ ਲਈ ਵਿਦਿਆਰਥੀ ਵਿਦਿਆਰਥੀ ਹੈ ਤੇ ਸਮਾਜ ਦੇ ਵਿੱਚ ਰਹਿ ਰਿਹਾ ਹਰੇਕ ਵਰਗ ਹਰੇਕ ਹਰੇਕ ਜਾਤੀ ਧਰਮ ਰੰਗ ਨਸਲ ਦਾ ਜਿਹੜਾ ਵਿਅਕਤੀ ਹੈ ਉਹ ਸਾਡਾ ਭਰਾ ਹੈ ਅਸੀਂ ਉਹਦੇ ਨਾਲ ਮਿਲ ਕੇ ਚੱਲਣਾ ਤੇ ਦੇਸ਼ ਉਦੋਂ ਤਰੱਕੀ ਕਰੂਗਾ ਜਦੋਂ ਲੋਕ ਮਿਲ ਕੇ ਚੱਲਣਗੇ ਉਦੋਂ ਤਰੱਕੀ ਨਹੀਂ ਕਰ ਸਕਦਾ ਜਦੋਂ ਵਕ ਵਕ ਜਾਤਾਂ ਦੇ ਰੂਪ ਦੇ ਵਿੱਚ ਵਕ ਵਕ ਰੰਗਾ ਜਾਂ ਨਸਲਾਂ ਦੇ ਰੂਪ ਦੇ ਵਿੱਚ ਅਸੀਂ ਅੱਗੇ ਵਧਾਂਗੇ ਸਹੀ ਹੈ ਤਾਂ ਵੀ ਉਥੇ ਹੀ ਆ ਜਿੰਨਾ ਜਿਵੇਂ ਵਲੋਂ ਟੀਚਰ ਤੁਸੀਂ ਕਾ ਵੀ ਤੁਹਾਡਾ ਧਰਮ ਕੀ ਆ ਤੁਹਾਡਾ ਧਰਮ ਉਹੀ ਆ ਤੁਸੀਂ ਸਿੱਖਿਆ ਦੇਣੀ ਬਿਲਕੁਲ ਜੀ ਮਨੋ ਸਰਕਾਰਾਂ ਦਾ ਧਰਮ ਹੁੰਦਾ ਜੀ ਲੋਕਾਂ ਨੂੰ ਇੱਕ ਨਜ਼ਰ ਨਾਲ ਦੇਖਣਾ ਮਹਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰ ਰਹੀ ਆਪਾਂ ਵਲੋਂ ਜਾਂ ਉਸ ਤੋਂ ਬਾਅਦ ਆਪਾਂ ਲਾ ਲਈਏ ਆਪਣੀ ਸਮਾਜ ਦੇ ਵਿੱਚ ਤਾਂ ਕੋਈ ਫੁੱਟ ਨਹੀਂ ਹੈਗੀ ਪਰ ਹਾਇਰ ਲੈਵਲ ਤੇ ਇਦਾਂ ਦਿਖਾਇਆ ਜਾ ਰਿਹਾ ਹੈ ਇੰਡੀਆ ਦੇ ਵਿੱਚ ਹਿੰਦੂ ਹਿੰਦ ਸਿੱਖ ਨਾਲ ਲੜਦੇ ਆ ਹਿੰਦੂ ਮੁਸਲਮਾਨ ਦੇ ਨਾਲ ਲੜ ਰਿਹਾ ਸਿੱਖ ਇਸਾਈਆਂ ਦਾ ਮੁੱਦਾ ਬਣਾਇਆ ਜਾ ਰਿਹਾ ਹੈ। ਕਾਫੀ ਕੁਝ ਜਿਹੜਾ ਮਾਹੌਲ ਚੱਲ ਰਿਹਾ ਐ। ਐਜ਼ ਅ ਟੀਚਰ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਮੰਨ ਲਓ ਦੇਸ਼ ਕਿੱਧਰਲੇ ਪਾਸੇ ਨੂੰ ਜਾ ਰਿਹਾ? ਅੱਜ ਜਦੋਂ ਦੁਨੀਆ ਦੇ ਵਿੱਚ ਬਹੁਤ ਵੱਡਾ ਕੰਮ ਅਸੀਂ ਜੇ ਦੇਖੀਏ ਹੋ ਰਿਹਾ ਹੈ। ਹੂੰ। ਐਸਾ ਤਾਂ ਕਿ ਪਿਛਲੇ ਦਿਨਾਂ ਦੇ ਵਿੱਚ G20 ਜਿਹੜਾ ਹੈਗਾ ਉਹ ਅਸੀਂ ਕਰ ਰਕੇ ਹਟਿਆ ਜਾਂ ਮੌਜੂਦਾ ਦਿਨਾਂ ਦੇ ਵਿੱਚ ਅੱਜ ਕੱਲ ਦੇ ਵਿੱਚੋਂ ਖਤਮ ਹੋਇਆ ਹੈ। ਉੱਥੇ ਅਸੀਂ ਇਹ ਆਸ ਕਰਦੇ ਹਾਂ ਹੂੰ ਕਿ ਸੰਸਾਰ ਸਾਰੇ ਪੱਧਰ ਦੇ ਉੱਤੇ ਇਕੱਠਾ ਹੋਵੇ ਤੇ ਅਸੀਂ ਮਿਲ ਕੇ ਅੱਗੇ ਵਧੀਏ ਜਦੋਂ ਅਸੀਂ ਇਹਨੂੰ ਦੇਸ਼ ਦੇ ਰੂਪ ਦੇ ਵਿੱਚ ਦੇਖਾਂਗੇ ਤਾਂ ਸਾਡੀ ਇਹ ਜ਼ਿੰਮੇਵਾਰੀ ਹੈ ਇੱਕ ਅਧਿਆਪਕ ਹੋਣ ਦੇ ਨਾਤੇ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਉਹ ਕਦਰਾਂ ਕੀਮਤਾਂ ਉਹ ਸੰਸਕ੍ਰਿਤੀ ਉਹਨਾਂ ਦੇ ਵਿੱਚ ਭਰ ਸਕੀਏ ਜਿਹੜੀ ਸਾਡੇ ਵਿੱਚ ਪਿਆਰ ਏਕਾ ਤੇ ਸਦਭਾਵਨਾ ਲੈ ਕੇ ਆਉਂਦੀ ਹੈ ਤੇ ਇਹ ਤੋਂ ਇਲਾਵਾ ਸਿੱਖਿਆ ਦੇ ਖੇਤਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕੋਈ ਵੀ ਥਾਂ ਨਹੀਂ ਹੈ ਜਿਹੜੀ ਗੱਲ ਪਿਛਲੇ ਸਮੇਂ ਵਿੱਚ ਤੁਸੀਂ ਕਿਹਾ ਵੀ ਕੀਤੀ ਗਈ ਵੀ ਇਹ ਖਾਲਸਤਾਨੀ ਹੈ ਇਹ ਵੱਖਵਾਦੀਆਂ ਇਹ ਅਲੱਗਵਾਦੀਆਂ ਇਹ ਠੀਕ ਹੈ ਇਹ ਕੁਝ ਜਿਹੜੇ ਮਾੜੇ ਮੀਡੀਆ ਚੈਨਲਸ ਨੇ ਉਹਨਾਂ ਦਾ ਪ੍ਰਚਾਰ ਹੋ ਸਕਦਾ ਹੈ ਪਰ ਪੰਜਾਬ 'ਚ ਰਹਿਣ ਵਾਲਾ ਹਰੇਕ ਵਾਸੀ ਆਪਣੇ ਆਪ ਦੇ ਵਿੱਚ ਇਹ ਮਹਿਸੂਸ ਕਰਦਾ ਹੈ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਪੰਜਾਬ ਦੀ ਉਸ ਪਵਿੱਤਰ ਧਰਤੀ ਦੇ ਜાયਾਂ ਹ ਜਿੱਥੇ ਗੁਰੂਆਂ ਨੇ ਜਿੱਥੇ ਸਾਡੇ ਦੇਸ਼ ਭਗਤਾ ਨੇ ਜਿੱਥੇ ਸਾਡੇ ਗਦਰੀ ਬਾਬਿਆਂ ਨੇ ਬਹੁਤ ਵੱਡਾ ਲੋਕਾਂ ਲਈ ਕੰਮ ਕੀਤਾ ਤੇ ਅਸੀਂ ਵੀ ਉਸ ਬਹੁਤ ਵੱਡੇ ਕੰਮ ਦੇ ਵਿੱਚ ਆਪਣਾ ਇੱਕ ਅੰਸ਼ਕ ਤਿੰਨਕਾ ਮਾਤਰਾ ਅਸੀਂ ਵੀ ਪਾਉਣਾ ਚਾਹੁੰਦੇ ਆ ਤੇ ਉਸੇ ਲੜੀ ਦੇ ਵਿੱਚੋਂ ਇਹ ਸਾਰੀ ਗੱਲਬਾਤ ਜਿਹੜੀ ਹੈ ਨਿਕਲੀ ਹੈ ਸਹੀ ਹੈ ਤਾਂ ਤੁਸੀਂ ਮੰਨ ਲਓ ਕਿਸਾਨ ਅੰਦੋਲਨ ਦੇ ਵਿੱਚ ਵੀ ਮੰਨ ਲਓ ਉੱਥੇ ਵੀ ਜਾਂਦੇ ਰਹੇ ਹੋ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਕੇਐਮਪੀ ਅਸੀਂ ਕਿਹਾ ਗਾਜ਼ੀਪੁਰ ਜੀ ਉੱਥੇ ਜਾਂਦੇ ਰਹੇ ਹੋ ਉੱਥੇ ਮੰਨ ਲਓ ਕੋਈ ਇਸ ਤਰੀਕੇ ਦਾ ਮਾਹੌਲ ਨਹੀਂ ਸੀ ਬਹੁਤ ਪੰਜਾਬੀ ਸੀ ਉੱਥੇ ਆਪਣੇ ਸਿੱਖ ਸੀਗੇ ਸਿੱਖ ਸੀਗੇ ਆਲੇ-ਦਾਲਿਓ ਮੰਨ ਲਓ ਜਿੰਨੇ ਵੀ ਆਏ ਸਾਰੇ Hindu ਪਰਿਵਾਰਾਂ ਚੋਂ ਸੀ ਜਾਂ ਮੁਸਲਮਾਨ ਸੀਗੇ ਜਾਂ ਸਾਰੇ ਸੀ ਮਤਲਬ ਉੱਥੇ ਇਸ ਤਰੀਕੇ ਦਾ ਮਾਹੌਲ ਨਹੀਂ ਸੀ ਉੱਥੇ ਸਾਰੇ ਇੱਕ ਸੀ ਉੱਥੇ ਕੋਈ ਐ ਨਹੀਂ ਸੀ ਦੇਖਦਾ ਪ੍ਰਸ਼ਾਦਾ ਛਕਦੇ ਆ ਯਾਰ ਇਹ Hindu ਹੈ ਇਹ ਮੁਸਲਮਾਨ ਆ ਕੁਛ ਨਹੀਂ ਉੱਥੇ Hindu ਭਰਾਵਾਂ ਨੇ ਵੀ ਮੁਸਲਮਾਨ ਭਰਾਵਾਂ ਨੇ ਵੀ ਸਿੱਖ ਭਰਾਵਾਂ ਨੇ ਵੀ ਸਾਰਿਆਂ ਨੇ ਇਕੱਠੇ ਹੋ ਕੇ ਲੜਿਆ ਬਿਲਕੁਲ ਮੰਨ ਲਓ ਹੁਣ ਸੋਸ਼ਲ ਮੀਡੀਆ ਤੇ ਕੁਛ ਇਦਾਂ ਦਾ ਮਾਹੌਲ ਚੱਲ ਰਿਹਾ ਜਿਵੇਂ ਮੰਨ ਲਓ ਆਪਣੇ ਪੰਜਾਬ ਦੇ ਵਿੱਚ ਹੀ ਲਾ ਰਿਏ ਜਥੇਬੰਦੀਆਂ ਦੇ ਨਾਮ ਤੱਕ ਆਨੂੰ ਲੈਣ ਦੇ ਮੰਨ ਲਓ ਉਹ ਬੰਦੇ ਕਹਿ ਰਹੇ ਨੇ ਜਿਵੇਂ ਮੰਨ ਲਓ ਆਪਣੇ ਆਪ ਨੂੰ ਕੋਈ ਹਿੰਦੂ ਕਹੌਣ ਦਾ ਕਹਿ ਰਿਹਾ ਕੋਈ ਸਿੱਖ ਕਹੌਣ ਦਾ ਵੀ ਮੈਂ ਵੱਡਾ ਤੂੰ ਛੋਟਾ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੀ ਤਸਵੀਰ ਦੇਖੀ ਜਾ ਰਹੀ ਹੈ ਉਹਦਾ ਸਟੂਡੈਂਟਸ ਤੇ ਜਾਂ ਬੱਚਿਆਂ ਤੇ ਕੀ ਪ੍ਰਭਾਵ ਪੈਂਦਾ ਕਿੰਨਾ ਕੁ ਡੀਪਲੀ ਪ੍ਰਭਾਵ ਪੈਂਦਾ ਜੇ ਆਪਾਂ ਕਹੀਏ ਕਿਉਂਕਿ ਸੋਸ਼ਲ ਮੀਡੀਆ ਤਾਂ ਬੱਚੇ ਚਲਾਉਣੇ ਲੱਗੇ ਹੁਣ ਬਦਾਰੇ ਅਸਲ ਦੇ ਵਿੱਚ ਸਿੱਖਿਆ ਦੇ ਵਿੱਚ ਇੱਕ ਵੱਡੀ ਤਬਦੀਲੀ ਜਿਹੜੀ ਆਈ ਹੈ ਉਹ ਪਿਛਲੇ ਕਰੋਨਾ ਦੇ ਦੌਰ ਦੇ ਵਿੱਚ ਮਿਸਰ ਕੋਵਿਡ ਦੇ ਦੌਰ ਦੇ ਵਿੱਚ ਜੋ ਕੁਝ ਵਾਪਰਿਆ ਹਮ ਬੱਚਿਆਂ ਦੇ ਹੱਥਾਂ ਦੇ ਵਿੱਚੋਂ ਕਿਤਾਬਾਂ ਨਿਕਲੀਆਂ ਤੇ ਮੋਬਾਈਲ ਆ ਗਿਆ ਤੇ ਸੋਸ਼ਲ ਮੀਡੀਆ ਤੇ ਮੋਬਾਈਲ ਦਾ ਬਹੁਤ ਨੇੜੇ ਦਾ ਸਬੰਧ ਹੈ ਹਮ ਉਸ ਦੌਰ ਦੇ ਵਿੱਚ ਬੱਚਿਆਂ ਦੀ ਉਮਰ ਤੇ ਉਹਨਾਂ ਦੀ ਸਮਝ ਇਹ ਉਸ ਪੱਧਰ ਤੇ ਹੈ ਕਿ ਅਸੀਂ ਬੱਚੇ ਨੂੰ ਜਿਹੋ ਜਿਹਾ ਬਣਾਉਣਾ ਚਾਹੀਏ ਉਹਨੂੰ ਅਸੀਂ ਉਵੇਂ ਹੀ ਢਾਲ ਸਕਦੇ ਹਾਂ ਤੇ ਉਹੋ ਜਿਹੀ ਗੁਣ ਸੰਸਕਾਰ ਉਹਦੇ ਵਿੱਚ ਪੈਦਾ ਕੀਤੇ ਜਾ ਸਕਦੇ ਨੇ ਹਮ ਜਦੋਂ ਕੁਝ ਅਜਿਹੇ ਸੋਸ਼ਲ ਮੀਡੀਆ ਚੈਨਲਸ ਜਾਂ ਦੂਜੇ ਵੱਡੇ ਕਾਰਪੋਰੇਟਸ ਚੈਨਲ ਇਹ ਚੀਜ਼ ਵੱਡੇ ਪੱਧਰ ਦੇ ਉੱਤੇ ਉਭਾਰ ਰਹੇ ਨੇ ਪ੍ਰਚਾਰ ਰਹੇ ਨੇ ਤਾਂ ਇਹ ਗੱਲ ਯਕੀਨੀ ਸਾਡੇ ਵਿਦਿਆਰਥੀਆਂ ਦੇ ਉੱਤੇ ਅਸਰ ਕਰੇਗੀ ਕਿ ਉਹ ਵੀ ਗਲਤ ਚੀਜ਼ਾਂ ਨੂੰ ਸਮਝਣਗੇ ਸਿੱਖਣਗੇ ਕਿਉਂਕਿ ਬੰਦਾ ਉਹੀ ਕੁਝ ਸਿੱਖਦਾ ਜੋ ਕੁਝ ਉਹਨਾਂ ਨੂੰ ਦਿਖਾਇਆ ਜਾਂ ਸੁਣਾਇਆ ਜਾਂਦਾ ਹੈ ਪਰ ਸਾਰੇ ਸਮਾਜ ਦੀ ਉਚੇਚੇ ਤੌਰ ਦੇ ਉੱਤੇ ਮੈਂ ਫੇਰ ਕਹੂੰਗਾ ਅਧਿਆਪਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਆਪਣੇ ਵਿਦਿਆਰਥੀਆਂ ਨੂੰ ਗਲਤ ਠੀਕ ਦੀ ਪਹਿਚਾਨ ਦੱਸਦੇ ਹੋਏ ਉਹਨਾਂ ਨੂੰ ਸਹੀ ਰਾਹ ਦਿਖਾਉਣ ਤਾਂ ਜੋ ਉਹ ਉਸ ਰਾਹ ਤੇ ਅੱਗੇ ਵਧਣ ਜਿਸ ਰਾਹ ਤੇ ਚੱਲ ਕੇ ਪੰਜਾਬ ਜਿਸ ਰਾਹ ਤੇ ਚੱਲ ਕੇ ਹਿੰਦੁਸਤਾਨ ਬਲੰਦੀਆਂ ਨੂੰ ਛੂ ਸਕੇ ਤਾਂ ਜੋ ਵੱਡੀ ਪ੍ਰਾਪਤੀ ਜਿਹੜੀ ਹੈ ਉਹ ਸਾਡੇ ਲਈ ਸਾਡੇ ਬੱਚਿਆਂ ਲਈ ਹੋਏਗੀ ਕਿ ਉਹ ਇਹਨਾਂ ਚੀਜ਼ਾਂ ਨੂੰ ਸਿੱਧੇ-ਸਿੱਧੇ ਰੂਪ ਦੇ ਵਿੱਚ ਸਮਝਣ ਕਿ ਪ੍ਰਚਾਰਿਆ ਜਾਂ ਦਿਖਾਇਆ ਕੀ ਜਾ ਰਿਹਾ ਹੈ ਤੇ ਕਿਉਂ ਦਿਖਾਇਆ ਜਾ ਰਿਹਾ ਹੈ ਮੈਂ ਸਮਝਦਾ ਵੀ ਕਾਰਪੋਰੇਟ ਸੈਕਟਰ ਦੀ ਇੱਕ ਵੱਡੀ ਚਾਲ ਹੈਗੀ ਆ ਜਿਦੇ ਚ ਉਹ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਲੋਕਾਂ ਨੂੰ ਬੰਨਣ ਦੀ ਕੋਸ਼ਿਸ਼ ਕਰਦੇ ਆ ਪਰ ਹਲੇ ਵੀ ਮੈਂ ਦੁਬਾਰਾ ਕਹੂੰਗਾ ਜੇ ਅਧਿਆਪਕਾਂ ਇਮਾਨਦਾਰੀ ਨਾਲ ਸਾਡੇ ਕੰਮ ਕਰਨ ਜਾਂ ਜਿਸ ਤਰੀਕੇ ਨਾਲ ਅੱਗੇ ਹੁਣ ਅਧਿਆਪਕ ਕੰਮ ਕਰ ਵੀ ਰਹੇ ਆ ਪਿਛਲੇ ਸਮੇਂ ਚ ਵੀ ਬਹੁਤ ਕੰਮ ਅਧਿਆਪਕਾਂ ਨੇ ਲੜਨ ਵਾਲੇ ਲੋਕਾਂ ਨੇ ਕੀਤਾ ਤਾਂ ਵਿਦਿਆਰਥੀਆਂ ਨੂੰ ਉਹ ਘਟੋ-ਘਟ ਇਸ ਦੌਰ ਚ ਵੀ ਉਹ ਸਹੀ ਸੇਧ ਦੇ ਸਕਣ ਯਾਨੀ ਕਿ ਆਪਾਂ ਮੰਨ ਲਈਏ ਵੀ ਫੋਨ ਦਾ ਜੇ ਕਹੀਏ ਮੰਨ ਲਓ ਮੈਨੂੰ ਐਂ ਲੱਗਦਾ ਵੀ ਫੋਨ ਦਾ 80% ਮਾੜਾ ਪ੍ਰਭਾਵ ਪਿਆ ਬੱਚਿਆਂ ਤੇ ਘਰਾਂ ਘਰਾਂ ਦੇ ਵਿੱਚ ਦੇਖੀਏ ਮੰਨ ਲਓ ਠੀਕ ਆ ਮਾਪਿਓ ਨਹੀਂ ਦੇਖਦੇ ਜਾਂ ਮਾਪਿਓ ਬਿਜ਼ੀ ਹੁੰਦੇ ਨੇ ਬੱਚੇ ਆਪਾਂ ਲਾ ਲਈਏ ਪਬਜੀ ਗੇਮ ਹੋ ਗਈ ਜਾਂ ਹੋਰ ਗੇਮਾਂ ਬੜੀਆਂ ਖੇਡਦੇ ਨੇ ਮਤਲਬ ਉਹ ਜਿਹੜੀ ਮਸੂਮੀਅਤ ਬੱਚੇ ਦੀ ਹੋ ਗਈ ਜੀ ਜਾਂ ਮੰਨ ਲਓ ਫਿਜ਼ੀਕਲ ਐਕਟੀਵਿਟੀ ਜਿਹੜਾ ਬੱਚਾ ਕਰਦਾ ਸੀਗਾ ਹਾਂਜੀ ਉਹ ਤਾਂ ਫੋਨ ਤੇ ਬੰਨਿਆ ਗਿਆ ਸ਼ੀਸ਼ੇ ਤੇ ਬੰਨਿਆ ਗਿਆ ਅਸਲ ਦੇ ਵਿੱਚ ਫੋਨ ਸਿੱਖਿਆ ਨਾਲ ਜੁੜਿਆ ਹੂੰ ਉਸ ਦੌਰ ਦੇ ਵਿੱਚ ਕੋਵਿਡ ਦੇ ਉਸ ਦੌਰ ਦੇ ਵਿੱਚ ਜਦੋਂ ਬਹੁਤ ਦੇਸ਼ ਦੇ ਉੱਤੇ ਸਮਾਜ ਦੇ ਉੱਤੇ ਸੰਸਾਰ ਦੇ ਉੱਤੇ ਇੱਕ ਬਹੁਤ ਬੁਰਾ ਦੌਰ ਚੱਲ ਰਿਹਾ ਸੀ ਮਜਬੂਰੀ ਚ ਸਿੱਖਿਆ ਲਈ ਅਸੀਂ ਮੋਬਾਈਲ ਨੂੰ ਲਿਆਂਦਾ ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਇਹਦੇ ਇਹ ਦੋ ਧਾਰੀ ਤਲਵਾਰ ਹੈ ਇਹਦੇ ਚੰਗੇ ਪੱਖ ਵੀ ਨੇ ਤੇ ਇਹਦੇ ਮਾੜੇ ਪੱਖ ਵੀ ਆ ਚੰਗੇ ਪੱਖਾਂ ਨੂੰ ਸਾਨੂੰ ਲੈਣਾ ਚਾਹੀਦਾ ਹੁਣ ਵੀ ਲੈਣਾ ਚਾਹੀਦਾ ਤੇ ਮਾਰੇ ਬੱਖਾਂ ਨੂੰ ਇਗਨੋਰ ਕਰ ਦੇਣਾ ਚਾਹੀਦਾ ਹੈ ਬਹੁਤ ਸਾਰੀਆਂ ਚੀਜ਼ਾਂ ਰਹੀਆਂ ਹੋਣਗੀਆਂ ਨੇ ਜਿਹੜੇ ਵਿਦਿਆਰਥੀ ਗੂਗਲ ਤੋਂ ਸਰਚ ਕਰ ਸਕਦੇ ਆ ਉਹ ਲੱਭ ਸਕਦੇ ਆ ਸੰਸਾਰ ਦੇ ਵਿੱਚ ਕੀ ਵਾਪਰ ਰਿਹਾ ਹੈ ਅੱਜ ਵੀ ਜੇ ਤੁਸੀਂ ਮਹਿਸੂਸ ਕਰੋ ਜਿਹੜੇ ਵਿਦਿਆਰਥੀ ਟੌਪ ਕਰ ਰਹੇ ਆ ਆਈਆਈਟੀ ਚ ਜਾ ਰਹੇ ਆ ਬੀਬੀਐਸਸੀ ਲਈ ਸਿਲੈਕਟ ਹੋ ਰਹੇ ਆ ਔਰ ਵੱਡੀਆਂ ਵੱੱਲਾਂ ਮਾਰ ਰਹੇ ਆ ਉਹ ਮੋਬਾਈਲ ਦਾ ਪ੍ਰਯੋਗ ਸਹੀ ਅਰਥਾਂ ਦੇ ਵਿੱਚ ਸਕਾਰਾਤਮਕ ਕਰਦੇ ਆ ਹਾਂ ਇਹਦੇ 'ਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਬਹੁਤੇ ਵਿਦਿਆਰਥੀ ਅਜਿਹੇ ਵੀ ਆ ਜਿਨ੍ਹਾਂ ਦੇ ਉੱਤੇ ਦੁਸ਼ਪ੍ਰਭਾਵ ਜਿਹੜਾ ਹੈ ਉਹ ਮੋਬਾਈਲਸ ਦਾ ਦੇਖਣ ਨੂੰ ਮਿਲਿਆ ਸਾਡੀ ਸਾਨੂੰ ਅਧਿਆਪਕਾਂ ਨੂੰ ਵੀ ਮਾਪਿਆਂ ਨੂੰ ਵੀ ਸਮਾਜ ਨੂੰ ਵੀ ਇਹਦੇ ਪ੍ਰਤੀ ਸਪਸ਼ਟ ਰੂਪ ਦੇ ਵਿੱਚ ਵਿਦਿਆਰਥੀਆਂ ਨੂੰ ਦੱਸਣਾ ਪਊਗਾ ਸਮਝਾਉਣਾ ਪਊਗਾ ਸਹੀ ਹੈ ਤਾਂ ਕਿਸਾਨ ਅੰਦੋਲਨ ਲੜਿਆ ਉਸ ਤੋਂ ਬਾਅਦ ਚਾ ਜਾਈਏ ਅੱਜ ਦੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਚਲੋ ਵਾਪਸ ਹੋ ਗਏ ਜਿਹੜੇ ਕਾਨੂੰਨਾਂ ਨੂੰ ਲੈ ਕੇ ਲੜਿਆ ਗਿਆ ਸੀ ਅੱਜ ਦੇ ਸਮੇਂ ਦੇ ਵਿੱਚ ਇੱਕ ਮਨ ਲੋ ਟੀਚਰ ਹੋਣ ਦੇ ਨਜ਼ਰੀਏ ਨਾਲ ਤੁਸੀਂ ਦੇਖਦੇ ਹੋ ਸਮਾਜ ਨੂੰ ਸੇਧ ਦੇਣ ਦੇ ਲਈ ਕਿਸ ਤਰੀਕੇ ਦੇ ਉਪਰਾਲੇ ਨੇ ਜਿਹੜੇ ਸਮਾਜ ਨੂੰ ਕਰਨੀ ਚਾਹੀਦੇ ਨੇ ਜਾਂ ਉਸ ਤਰੀਕੇ ਦੇ ਨਾਲ ਆਪਣੇ ਜਿੱਦਾਂ ਦਾ ਗਲੋਬਲਾਈਜੇਸ਼ਨ ਤੇ ਇੰਟਰਵਿਊ ਕੇ ਮਨ ਲਓ ਸਬ ਕਲਚਰ ਖਤਮ ਹੋ ਰਹੇ ਨੇ ਜੀ ਜਿੰਨੇ ਵੀ ਹੈਗੇ ਨੇ ਮਨ ਲਓ ਆਪਣੇ ਪੰਜਾਬ ਦਾ ਲਾ ਲਈਏ ਜਾਂ ਭਾਰਤੀਆਂ ਦਾ ਲਾ ਲਈਏ ਆਪਣਾ ਤਾਂ ਇਹ ਹੀ ਹੁੰਦਾ ਵੀ ਮਨ ਲਓ ਬਾਹਰਲੀ ਚੀਜ਼ ਆ ਗਈ ਵੈਸਟ ਵਾਲਾ ਕਲਚਰ ਆਪਣੇ ਤੇ ਜਿਆਦਾ ਪ੍ਰਭਾਵ ਛੱਡ ਰਿਹਾ ਜੀ ਸਰ ਮਨ ਲਓ ਕਿਸ ਤਰੀਕੇ ਦਾ ਲੱਗਦਾ ਸਟੱਡੀ ਦੇ ਵਿੱਚ ਵੀ ਆਪਣੇ ਵੈਸਟ ਦਾ ਥੌਟ ਆ ਗਿਆ ਆਪਣਾ ਥੌਟ ਤਾਂ ਹੋਰ ਸੀ ਸਟੱਡੀ ਦਾ ਰਿਲੀਜੀਅਨ ਦਾ ਮੰਨ ਲਓ ਆਪਾਂ ਲਾ ਲਈਏ ਜਾਂ ਸੋਸ਼ੀਅਲੀ ਲਾ ਲਈਏ ਠੀਕ ਹੈ ਉਸ ਤਰੀਕੇ ਨਾਲ ਨਹੀਂ ਰਹੇ ਆਪਣੇ ਇਮੋਸ਼ਨਸ ਉਸ ਤਰੀਕੇ ਨਾਲ ਨਹੀਂ ਰਹੇ ਠੀਕ ਹੈ ਆਪਾਂ ਇਮੋਸ਼ਨਲ ਘੱਟ ਹੋ ਗਏ ਮੰਨ ਲਓ ਰੀਸ਼ਨਲ ਜ਼ਿਆਦਾ ਹੋ ਗਏ ਤਰਕਵਾਦੀ ਜ਼ਿਆਦਾ ਹੋ ਗਏ ਮੈਨੂੰ ਲੱਗਦਾ ਬਿਲਕੁਲ ਵੈਸਟ ਦਾ ਜਿਹੜਾ ਸਾਰਾ ਆਪਣੇ ਤੇ ਉਸ ਤਰੀਕੇ ਨਾਲ ਕੀ ਲੱਗਦਾ ਵੀ ਸਮਾਜ ਦੇ ਵਿੱਚ ਕਿਸ ਤਰੀਕੇ ਦਾ ਬਦਲਾਅ ਲਿਆਉਣ ਦੀ ਲੋੜ ਹੈ ਜਾਂ ਸਮਾਜ ਦੇ ਵਿੱਚ ਕਿਸ ਤਰੀਕੇ ਦੀ ਗੱਲਬਾਤ ਕਰਨ ਦੀ ਲੋੜ ਹੈ ਗੱਲਬਾਤ ਅੱਗੇ ਤੋਰਨ ਦੀ ਲੋੜ ਹੈ ਜਿਹੜਾ ਆਪਣਾ ਸਮਾਜਿਕ ਤਾਣਾ ਬਾਣਾ ਸੀਗਾ ਉਸ ਦੇ ਆਪਾਂ ਨੇੜੇ ਰਹਿ ਸਕੀਏ ਇਕ ਤਾਂ ਜੋ ਅਸੀਂ ਹੁਣ ਦੇਖ ਰਹੇ ਹਾਂ ਨਸ਼ੇ ਦਾ ਅਸਰ ਜਿਹੜਾ ਹੈਗਾ ਉਹ ਵਿਦਿਆਰਥੀਆਂ ਦੇ ਉੱਤੇ ਬੜੀ ਤੇਜ਼ੀ ਨਾਲ ਵਧ ਰਿਹਾ ਤੁਸੀਂ ਦੇਖੋ ਕੁਝ ਪਿੰਡ ਅਜਿਹੇ ਆ ਜਿਹੜੇ ਲਗਭਗ ਬਹੁ ਗਿਣਤੀ ਉਹਦੀ ਇਸ ਦਲਦਲ ਦੇ ਵਿੱਚ ਫਸ ਚੁੱਕੇ ਸਹੀ ਹੈ ਇਹਨੂੰ ਹਟਾਉਣ ਦੇ ਲਈ ਜੇ ਅਸੀਂ ਕਹੀਏ ਵੀ ਕੱਲਾ ਮਾਪੇ ਇਹਦੇ ਲਈ ਯੋਗਦਾਨ ਪਾ ਕੇ ਆਪਣਾ ਹੱਲ ਕਰ ਸਕਦਾ ਤਾਂ ਮੈਨੂੰ ਲੱਗਦਾ ਵੀ ਉਹ ਸਫਲ ਨਹੀਂ ਹੋਣਾ ਮਾਪੇ ਨੂੰ ਵੀ ਆਪਣਾ ਰੋਲ ਪਲੇ ਕਰਨਾ ਪਊਗਾ ਅਧਿਆਪਕਾਂ ਦੇ ਉੱਤੇ ਫੇਰ ਦੁਬਾਰਾ ਉਹੀ ਗੱਲ ਆ ਅਧਿਆਪਕਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਣ ਜਾਂਦੀ ਹੈ ਕਿਉਂਕਿ ਅਧਿਆਪਕ ਸਿਰਫ ਅਧਿਆਪਕ ਨਹੀਂ ਹੈ ਇੱਥੇ ਉਹ ਗਾਈਡ ਵੀ ਹੈ ਤੇ ਨਾਲ ਦੀ ਨਾਲ ਉਹ ਰਾਹ ਦਸੇਰਾ ਵੀ ਆ ਆਪਣੇ ਵਿਦਿਆਰਥੀਆਂ ਦਾ ਜਿਹਨੇ ਹਰ ਚੀਜ਼ ਨੂੰ ਅੱਗੇ ਲੈ ਕੇ ਚੱਲਣਾ ਹੈ ਤੇ ਤੀਜੇ ਨੰਬਰ ਦੇ ਉੱਤੇ ਜਿਹੜਾ ਮੈਂ ਮਹਿਸੂਸ ਕਰਦਾ ਕਿ ਸਮਾਜ ਨੂੰ ਤੇ ਛੋਟੇ ਪੱਧਰ ਦੀਆਂ ਸਰਕਾਰਾਂ ਨੂੰ ਜਿਦੇ ਚ ਨਗਰ ਕੌਂਸਲ ਆ ਜਾਂ ਪੰਚਾਇਤ ਦੇ ਪੰਚ ਜਾਂ ਸਰਪੰਚ ਨੇ ਉਹਨਾਂ ਨੂੰ ਵੱਡਾ ਰੋਲ ਪਲੇ ਕਰਨਾ ਪਊਗਾ ਬੱਸ ਤਾਂ ਇਹ ਕਰ ਦੇਣਾ ਚਾਹੀਦਾ ਮੈਨੂੰ ਲੱਗਦਾ ਹੈ ਵੀ ਪਿੰਡ ਦਾ ਸਰਪੰਚ ਅਸੀਂ ਉਸ ਵਿਅਕਤੀ ਨੂੰ ਸਰਬਸੰਮਤੀ ਨਾਲ ਚੁਣੀਏ ਜਿਦੇ ਵਿੱਚ ਜਿਦੇ ਚ ਘਟੋੜ ਕੁਝ ਸਾਰੇ ਗੁਣ ਸਪਸ਼ਟ ਰੂਪ ਚ ਦੇਖਣ ਨੂੰ ਮਿਲਣਾ ਨਸ਼ਿਆਂ ਤੋਂ ਉਹਦੀ ਦੂਰੀ ਸਪਸ਼ਟ ਰੂਪ ਚ ਦੇਖਣ ਨੂੰ ਮਿਲੇ ਉਹਦਾ ਕੰਮ ਜਿਹੜਾ ਨਸ਼ਿਆਂ ਪ੍ਰਤੀ ਬਹੁਤ ਦਲੇਰਾਨਾ ਹੋਣਾ ਚਾਹੀਦਾ ਦੂਜੇ ਨੰਬਰ ਦੇ ਉੱਤੇ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਸਮਾਜ ਹਰ ਕਦਮ ਦੇ ਉੱਤੇ ਆਪਣੇ ਪਿੰਡ-ਪਿੰਡ ਦੇ ਉੱਤੇ ਇਹ ਗੱਲ ਨੂੰ ਨਖਾਰ ਕੇ ਸਾਹਮਣੇ ਲੈ ਕੇ ਆਵੇ ਵੀ ਸਾਡੇ ਪਿੰਡ 'ਚ ਨਾ ਅਸੀਂ ਨਸ਼ਾ ਵੇਚਣ ਦੇਣਾ ਨਾ ਅਸੀਂ ਪੜਨ ਦੇਣਾ। ਜੇਕਰ ਕੋਈ ਵਿਦਿਆਰਥੀ ਮੰਨ ਲਓ ਜਾਂ ਕੋਈ ਬੱਚਾ ਸਾਡਾ ਫਸ ਵੀ ਗਿਆ ਕਿਉਂਕਿ ਇਸ ਸਮਾਜ ਦੇ ਵਿੱਚ ਜਦੋਂ ਅਸੀਂ ਸਮਾਜਿਕ ਤੌਰ ਦੇ ਉੱਤੇ ਰਹਨੇ ਆ ਤਾਂ ਇਹ ਲਾਜ਼ਮੀ ਤੌਰ ਦੇ ਉੱਤੇ ਹੁੰਦਾ ਵੀ ਕੁਝ ਨਾ ਕੁਝ ਬੁਰੇ ਪ੍ਰਭਾਵ ਕਿਤੇ ਨਾ ਕਿਤੇ ਅਸਰ ਦਿਖਾਉਂਦੇ ਆ। ਫਿਰ ਅਸੀਂ ਉਹਨੂੰ ਕਿਵੇਂ ਬਚਾਉਣਾ ਹੈਗਾ? ਤਾਂ ਜੇਕਰ ਤੇ ਇਹੋ ਜੀ ਸਥਿਤੀ ਆਉਂਦੀ ਆ ਤਾਂ ਸਾਰੇ ਲੋਕਾਂ ਨੂੰ ਮਿਲ ਕੇ ਪਿੰਡ ਪੱਧਰ ਤੇ ਉੱਤੇ ਇਕਾਈ ਦੇ ਰੂਪ ਦੇ ਵਿੱਚ ਤਾਂ ਫੈਸਲੇ ਲੈਣੇ ਚਾਹੀਦੇ ਆ ਜੇਕਰ ਲੋਕ ਪੱਧਰ ਤੇ ਨਾ ਜਾ ਗਏ ਮੈਨੂੰ ਲੱਗਦਾ ਵੀ ਬਹੁਤ ਵੱਡਾ ਨੁਕਸਾਨ ਹੋਊਗਾ ਤੇ ਵਿਦਿਆਰਥੀਆਂ ਲਈ ਵੀ ਸਮਾਜ ਲਈ ਵੀ ਇਹ ਇੱਕ ਬਹੁਤ ਵੱਡੀ ਜਿਹੜੀ ਦੁੱਖਦਾਈ ਗੱਲ ਹੋਊਗੀ ਜੋ ਹੋ ਰਹੀ ਹੈ ਸਹੀ ਹੈ ਤਾਂ 25 ਸਾਲ ਪਹਿਲਾਂ ਤੁਸੀਂ ਸਰਵਿਸ ਸ਼ੁਰੂ ਕੀਤੀ ਜੀ ਕੀ ਫਰਕ ਦੇਖਿਆ 25 ਸਾਲਾਂ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਸੀ ਸਟੂਡੈਂਟਸ ਦੇ ਵਿੱਚ ਤੇ ਟੀਚਰਸ ਦੇ ਵਿੱਚ 25 ਸਾਲ ਪਹਿਲਾਂ ਜਦੋਂ ਸਰਵਿਸ ਚ ਆਏ ਹਾਂ ਤਾਂ ਇੱਕ ਬਿਲਕੁਲ ਵੱਖਰਾ ਸਿਸਟਮ ਸੀਗਾ ਹੂੰ ਵਿਦਿਆਰਥੀ ਵਿਚਾਰਾ ਬਹੁਤ ਡਰ ਦੇ ਵਿੱਚ ਸੀਗਾ ਹੂੰ ਉਹਨਾਂ ਨੂੰ ਲੱਗਦਾ ਸੀ ਵੀ ਅਧਿਆਪਕ ਆ ਗਿਆ ਤੇ ਅਧਿਆਪਕ ਦਾ ਕਿਹਾ ਹੋਇਆ ਰੱਬ ਦਾ ਕਿਹਾ ਹੋਇਆ ਮੰਨਿਆ ਜਾਂਦਾ ਸੀ ਹਾਂ ਤੇ ਅਸੀਂ ਜੇ ਮੈਨੂੰ ਇਹ ਲੱਗਦਾ ਵੀ ਜੇ ਅਸੀਂ ਵਿਦਿਆਰਥੀ ਨੂੰ ਕੋਈ ਚੀਜ਼ ਗਲਤ ਦੱਸ ਗਏ ਹਾਂ ਚਾਹੇ ਉਹਦਾ ਮਾਪਾ ਜੋਰ ਲਾ ਲਵੇ ਵਿਦਿਆਰਥੀ ਠੀਕ ਨਹੀਂ ਕਰ ਸਕਦਾ ਕਿਉਂਕਿ ਮੰਨਦਾ ਸੀ ਵੀ ਮੇਰੇ ਇਹ ਮੇਰੇ ਟੀਚਰ ਨੇ ਟੀਚਰ ਨੇ ਕਿਹਾ ਟੀਚਰ ਤੋਂ ਤੇਰਾ ਕੋਈ ਨਹੀਂ ਤੇ ਟੀਚਰ ਅਸਲ ਦੇ ਵਿੱਚ ਰੱਬ ਹੈ ਵਿਦਿਆਰਥੀ ਦੇ ਲਈ ਪਰ ਜ਼ਿੰਮੇਵਾਰੀ ਫੇਰ ਟੀਚਰ ਦੀ ਹੈ ਵੀ ਉਹ ਜੇ ਬੱਚਾ ਨੂੰ ਰੱਬ ਮੰਨਦਾ ਹੈ ਤਾਂ ਉਹ ਵੀ ਰੱਬ ਬਣ ਕੇ ਦਿਖਾਵੇ। ਹੂੰ ਤੇ ਹੁਣ ਪਰਵਰਤਨ ਇਹ ਹੈ ਹੂੰ ਕਿ ਬਹੁਤ ਬਹੁਤੇ ਟੀਚਰਜ਼ ਦੇ ਉੱਤੇ ਦਬਾਅ ਵੀ ਹੈ ਇਸ ਗੱਲ ਦਾ ਉੱਤੇ ਇਸ ਗੱਲ ਦਾ ਦਬਾਅ ਹੈਗਾ ਹੂੰ ਵੀ ਵਿਦਿਆਰਥੀ ਨੂੰ ਕੁਝ ਕਹਿਣਾ ਨਹੀਂ ਹੈ। ਜੇ ਕਹਿ ਤਾ ਉਹਦੇ ਮਾਪੇ ਸਕੂਲ ਆ ਜਾਣਗੇ, ਮਾਪੇ ਸਕੂਲ ਚ ਆ ਜਾਣਗੇ ਤਾਂ ਪ੍ਰਿੰਸੀਪਲ ਸਾਹਿਬ ਜਾਂ ਹੈਡਮਾਸਟਰ ਸਾਹਿਬ ਉਹ ਵੀ ਕੁਝ ਕਹਿਣਗੇ। ਇੱਕ ਖਿੱਚੋਤਾਣ ਦਾ ਮਾਹੌਲ ਬਣੂਗਾ। ਹੂੰ ਤੇ ਉਹਦੀ ਬਜਾਇਸ਼ ਹੈ ਦੋ ਮੈਨੂੰ ਲੱਗਦਾ ਵਿਦਿਆਰਥੀਆਂ ਨੂੰ ਉਹਨਾਂ ਡਾਂਟਦਾ ਨਹੀਂ ਹੈ ਜਾਂ ਉਸ ਲੈਵਲ ਦੇ ਉੱਤੇ ਆਪਣੇ ਆਪ ਨੂੰ ਕੰਟਰੋਲ ਕਰਕੇ ਰੱਖਦਾ ਹੈ ਮੈਨੂੰ ਲੱਗਦਾ ਜਿਵੇਂ ਅਸੀਂ ਪਹਿਲਾਂ ਸਕੂਲ ਜਾਂਦੇ ਸੀ ਜੀ ਸਰ ਸਾਨੂੰ ਡਰ ਰਹਿੰਦਾ ਹੁੰਦਾ ਸੀ ਵੀ ਅੱਜ ਜੇ ਕਾਪੀ ਨਾ ਪੂਰੀ ਕੀਤੀ ਜਾਂ ਮੰਨ ਲਓ ਅੱਜ ਕੁਝ ਯਾਦ ਨਾ ਹੋਇਆ ਟੀਚਰਾਂ ਨੇ ਕਹਿ ਦੇਣਾ ਵੀ ਯਾਦ ਕਰਕੇ ਆਉਣਾ ਹਾਂਜੀ ਉਹਦਾ ਡਰ ਹੁੰਦਾ ਸੀ ਠੀਕ ਹੈ ਮੰਨ ਲਓ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਬੱਚੇ ਨੇ ਮੈਨੂੰ ਐਂ ਲੱਗਦਾ ਵੀ ਮੰਨ ਲਓ ਪਹਿਲਾਂ ਬੱਚੇ ਡਰਦੇ ਹੁੰਦੇ ਸੀ ਹੋਂ ਟੀਚਰ ਨੂੰ ਐਂਡਰ ਰਹਿੰਦਾ ਵੀ ਜੇ ਇਹਨੂੰ ਕੁਝ ਕਹੇ ਤਾਂ ਇਹਦੇ ਘਰ ਦੇ ਨਾਲ ਕੁਝ ਕਹਿਣ ਜਾਵਾਂ ਲੋ ਹੁਣ ਆਪਾਂ ਇਹੋ ਜੀਆਂ ਚੀਜ਼ਾਂ ਵੀ ਦੇਖਦੇ ਆ ਬੱਚੇ ਬਾਹਰ khel ਲੈਂਦੇ ਨੇ ਟੀਚਰਾਂ ਨੂੰ ਬਿਲਕੁਲ ਜੀ ਜਿਹੜੀ ਮਾਨਸਿਕ ਤਣਾਅ ਦੀ ਸਥਿਤੀ ਹੈ ਜੀ ਜਿਹੜਾ ਕਿਸੇ ਸਮੇਂ ਬੱਚੇ ਤੇ ਸੀਗਾ ਉਹ ਹੁਣ ਅਧਿਆਪਕ ਤੇ ਹੈ ਹਾਂ ਕਿਉਂਕਿ ਤੁਸੀਂ ਦੇਖੋ ਵੀ ਸੋਸ਼ਲ ਮੀਡੀਆ ਤੇ ਇਸ ਯੁੱਗ ਦੇ ਵਿੱਚ ਹੂੰ ਅਧਿਆਪਕ ਨੂੰ ਦੇਖਦਾ ਬੜੀ ਸਪਸ਼ਟ ਗੱਲ ਬਾਤ ਹੈ ਵੀ ਉਹਦੀ ਕਿਸੇ ਵਿਦਿਆਰਥੀ ਨਾਲ ਨਿੱਜੀ ਤੌਰ ਦੇ ਉੱਤੇ ਕੋਈ ਰੰਜਿਸ਼ ਨਹੀਂ ਰੰਜਿਸ਼ ਨਹੀਂ ਉਹਨਾਂ ਦਾ ਕੋਈ ਵੱਟਦਾ ਰੌਲਾ ਨਹੀਂ ਹੈ ਹਾਂ ਵੀ ਉਹ ਉਹਨਾਂ ਨੇ ਕੋਈ ਬਹੁਤ ਵੱਡਾ ਨੁਕਸਾਨ ਕਰ ਦੇਣਾ ਜੇ ਅੱਜ ਵੀ ਟੀਚਰ ਕਿਸੇ ਵਿਦਿਆਰਥੀ ਨੂੰ ਕੁਝ ਕਹਿੰਦਾ ਹੈ ਤਾਂ ਉਹਨੂੰ ਆਪਣਾ ਬੱਚਾ ਸਮਝ ਕੇ ਕਹਿੰਦਾ ਹੈ ਹਾਂ ਅੱਜ ਵੀ ਜੇ ਤੁਸੀਂ ਮਹਿਸੂਸ ਕਰੋ ਬੱਚੇ ਸਾਡੇ ਕੋਲ ਲਗਭਗ 6 ਘੰਟੇ ਰਹਿੰਦੇ ਆ ਤੁਸੀਂ ਮੈਨੂੰ ਐਂ ਦੱਸੋ ਵੀ ਕਿਹੜਾ ਮਾਪਾ ਅਜਿਹਾ ਹੈ ਜਿਹੜਾ ਆਪਣੇ ਬੱਚਿਆਂ ਨੂੰ 6 ਘੰਟੇ ਦਾ ਸਮਾਂ ਦਿੰਦਾ ਹੈ ਇਸ ਲਈ ਅੱਜ ਵੀ ਉਹ ਬੱਚੇ ਸਾਡੇ ਨੇ ਉਦੋਂ ਵੀ ਉਹ ਬੱਚੇ ਸਾਡੇ ਸੀਗੇ ਉਦੋਂ ਵੀ ਅਧਿਆਪਕ ਜੀ ਉਹਨਾਂ ਦੇ ਲਈ ਕੁਝ ਕੀਤਾ ਇਹ ਦਾ ਮਾਪੇ ਨਹੀਂ ਬੋਲ ਸਕੇ ਅੱਜ ਵੀ ਮਾਪਿਆਂ ਨੂੰ ਉਸ ਤਰੀਕੇ ਨਾਲ ਸਾਥ ਦੇਣਾ ਚਾਹੀਦਾ ਕਿਉਂਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਕੱਲ ਦੇ ਯੋਗ ਨਾਗਰਿਕ ਬਣਾਉਣਾ ਹੈ ਤੇ ਉਹੀ ਕਬੱਡੀ ਸਾਡੇ ਲਈ ਪ੍ਰਾਪਤੀ ਹੈ ਜੇ ਅਸੀਂ ਆਪਣੇ ਵਿਦਿਆਰਥੀਆਂ ਨੂੰ ਇਹ ਕਹਤਾ ਵੀ ਇਹ ਇੰਨਾ ਕੁ ਪੜ ਗਿਆ ਅਧਿਆਪਕ ਨੇ ਉਹਨੂੰ ਨਾ ਕੁਝ ਕਿਹਾ ਤਾਂ ਮੈਨੂੰ ਲੱਗਦਾ ਵੀ ਅਸੀਂ ਅੱਜ ਵੀ ਪੜ੍ਹੇ ਲਿਖੇ ਅਨਪੜ੍ਹ ਪੈਦਾ ਕਰਾਂ ਸਹੀ ਹੈ ਤਾਂ ਇੱਕ ਜਿਵੇਂ ਤੁਸੀਂ ਗੱਲ ਕੀਤੀ ਆ ਪਹਿਲਾਂ ਸਮਾਂ ਹੁੰਦਾ ਸੀ ਅੱਜ ਤੋਂ 20 ਸਾਲ ਪਹਿਲਾਂ ਲਾ ਲਈਏ ਸਰਕਾਰੀ ਸਕੂਲਾਂ 'ਚ ਬਹੁਤਾਤ ਬੱਚੇ ਪੜ੍ਹਦੇ ਹੁੰਦੇ ਸੀ ਜੀ ਅ 15-20 ਸਾਲ ਪਹਿਲਾਂ ਸ਼ੁਰੂਆਤ ਹੋਈ ਨਿੱਜੀ ਸਕੂਲਾਂ ਦੀ ਨਿੱਜੀ ਸਕੂਲਾਂ ਦੇ ਵਿੱਚ ਜਿਵੇਂ ਲੋ ਹੁਣ ਤਾਂ ਸਰਕਾਰੀ ਸਕੂਲਾਂ ਦਾ ਪਿੱਛੇ ਜੇ ਤਾਂ ਹੁਣ ਤਾਂ ਚਲੋ ਫੇਰ ਵੀ ਠੀਕ ਹੋਇਆ ਮਾੜਾ ਮੋਟਾ ਪਿੱਛੇ ਜੇ ਤਾਂ ਐ ਹੀ ਹੋ ਗਿਆ ਸੀ ਲੋਕ ਇੱਕ ਆ ਬੜੀ ਕਹਿੰਦੇ ਨੇ ਸਰਕਾਰੀ ਟੀਚਰਾਂ ਨੂੰ ਕਹਿੰਦੇ ਯਾਰ ਤਨਖਾਹ ਐਨੀ ਐਨੀ ਹੁੰਦੀ ਆ ਟੀਚਰਾਂ ਦੀ ਕਹਿੰਦੇ ਕੰਮ ਨਹੀਂ ਕਰਦੇ ਆ ਕੇ ਬਹਿ ਕੇ ਚਲੇ ਜਾਂਦੇ ਨੇ ਕਿੰਨੀ ਕਿਸ ਚਾਈਆਂ ਇਹਨਾਂ ਦੀ ਦੇਖੋ ਅਸੀਂ ਜਦੋਂ ਅਸੀਂ ਸਰਕਾਰੀ ਨੌਕਰ ਦੇ ਤੌਰ ਦੇ ਉੱਤੇ ਸੇਵਾ ਕਰਦੇ ਹਾਂ ਜਦੋਂ ਅਸੀਂ ਸਰਕਾਰੀ ਮੁਲਾਜ਼ਮ ਦੇ ਉੱਤੇ ਸੇਵਾ ਕਰਦੇ ਹਾਂ ਹੂੰ ਸਾਡੇ ਉੱਤੇ ਸਰਕਾਰ ਦੇ ਰੂਲ ਰੈਗੂਲੇਸ਼ਨਸ ਸਾਰੇ ਤੇ ਸਾਰੇ ਲਾਗੂ ਹੁੰਦੇ ਨੇ ਹੂੰ ਉਸ ਪਾਲਿਸੀ ਦੇ ਤਹਿਤ ਹੂੰ ਅਧਿਆਪਕਾਂ ਦੇ ਉੱਤੇ ਜਦੋਂ ਜਦੋਂ ਗੈਰ ਵਿਦਿਅਕ ਕੰਮਾਂ ਦਾ ਦਬਾਰ ਹੋਊਗਾ ਹੂੰ ਜੇ ਅਧਿਆਪਕ ਨੂੰ ਬੀਐਲਓ ਹੈ ਹੂੰ ਉਹਦੇ ਕੋਲ ਬਹੁਤ ਸਾਰਾ ਕੰਮ ਬੋਟਾਂ ਬਣਾਉਣ ਦਾ ਬੋਟਾਂ ਕੱਟਣ ਦਾ ਬੋਟਾਂ ਪਵਾਉਣ ਦਾ ਹੈ ਅੱਛਾ ਅਧਿਆਪਕਾਂ ਦਾ ਕੰਮ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਉਹਨੂੰ ਲਗਾਇਆ ਜਾਊਗਾ ਕਦੇ ਟੀਕਾ ਕਰਨ ਦੀ ਪਾਲਿਸੀ ਹੈ ਕਦੇ ਪੋਲੀਓ ਮੁਹਿੰਮ ਹੈ ਕਦੇ ਕੁਝ ਹੋਰ ਹੈ ਹਮ ਜਦੋਂ ਜਦੋਂ ਇਹ ਕੁਝ ਹੋਏਗਾ ਹਮ ਉਦੋਂ ਉਦੋਂ ਅਧਿਆਪਕ ਕਿਉਂਕਿ ਅਧਿਆਪਕੋ ਵੀ ਇੱਕ ਇਨਸਾਨ ਹੈ ਹਮ ਉਹ ਵੀ ਇੱਕ ਸਮੇਂ ਤੇ ਇੱਕੋ ਹੀ ਕੰਮ ਕਰ ਸਕੇਗਾ ਹਮ ਇਸੇ ਤਰੀਕੇ ਨਾਲ ਵੱਖ-ਵੱਖ ਤਰੀਕੇ ਨਾਲ ਜਿਹੜੇ ਕੰਮ ਚੱਲਦੇ ਨੇ ਉਹਦੇ 'ਚ ਵੀ ਸਾਡੀ ਜਿਹੜੀ ਹੈ ਸ਼ਮੂਲੀਅਤ ਹੋ ਰਹੀ ਹੈ ਹਮ ਇਹ ਵੀ ਦੇਖਣ ਚਾਹਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਕੂਲਾਂ ਦੇ ਵਿੱਚ ਪੋਸਟਾਂ ਜਿਹੜੀਆਂ ਨੇ ਬਹੁਤ ਖਾਲੀ ਰਹੀਆਂ ਹਨ ਹਾਂ ਖਾਲੀ ਪੋਸਟਾਂ ਦੇ ਵਿੱਚ ਕੰਮ ਵੀ ਨਾਲ-ਨਾਲ ਕਰਨੇ ਨੇ ਤੇ ਗੈਰ ਵਿਦਿਆ ਕੰਮ ਵੀ ਨਾਲ-ਨਾਲ ਕਰਨੇ ਨੇ ਤਾਂ ਸੁਭਾਵਿਕ ਹੈ ਕਿ ਕੁਝ ਬੰਦਿਆਂ ਨੂੰ ਲੱਗਦਾ ਹੈ ਵੀ ਅਧਿਆਪਕ ਸ਼ਾਇਦ ਕੰਮ ਨਹੀਂ ਕਰਦਾ ਪਰ ਜੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਾਂ ਤਾਂ ਅਧਿਆਪਕ ਦੇ ਕੋਲ ਕਿੰਨੇ ਕੰਮ ਹੈ ਉਹਦਾ ਕੋਈ ਵਿਵਰਣ ਨਹੀਂ ਦਿੱਤਾ ਜਾ ਸਕਦਾ ਹਰ ਤਰ੍ਹਾਂ ਦਾ ਕੰਮ ਅਧਿਆਪਕ ਦੇ ਕੋਲ ਹੈ ਜੇ ਅਧਿਆਪਕ ਨੂੰ ਸਿਰਫ ਤੇ ਸਿਰਫ ਪੜ੍ਹਾਉਣ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਹੈ ਵੀ ਅਸੀਂ ਬਹੁਤ ਸਫਲ ਰਹਾਂਗੇ ਬਾਕੀ ਦੇ ਕੰਮਾਂ ਨੂੰ ਹੋਰ ਵੀ ਅਸੀਂ ਐਕਸਟਰਾ ਬੰਦੇ ਇਲਾਕੇ ਵੀ ਪੂਰੇ ਕਰਵਾ ਸਕਦੇ ਆ ਸਰਕਾਰ ਆਪਣੇ ਪੱਧਰ ਦੇ ਉੱਤੇ ਮੇਰੀ ਸਲਾਹ ਵੀ ਹੈ ਇਹ ਕਿ ਬੇਰਜ਼ਗਾਰਾਂ ਦੀ ਬਹੁਤ ਵੱਡੀ ਫੌਜ ਜਿਹੜੀ ਹੈ ਇਸ ਸਮੇਂ ਪੰਜਾਬ ਚ ਤੁਰੇ ਫਿਰਦੀ ਹੈ ਘਟੋ ਘਟਾ ਉਹਨਾਂ ਨੂੰ ਅਸੀਂ ਇੰਨੇ ਛੋਟੇ ਛੋਟੇ ਪੱਧਰ ਦੇ ਕੰਮ ਦੇ ਕੇ ਕੁਝ ਨਾ ਕੁਝ ਰੋਜ਼ਗਾਰ ਵੀ ਮਹੱਜਾ ਕਰੋ ਜਿਹੜਾ ਮੰਨ ਲਓ ਅਧਿਆਪਕਾਂ ਨੂੰ ਕੰਮ ਦਿੱਤਾ ਜਾਂਦਾ ਉਸ ਕੰਮ ਦੇ ਲਈ ਜਿਹੜੇ ਬੇਰਜ਼ਗਾਰ ਨੇ ਉਹਨਾਂ ਨੂੰ ਰੱਖਿਆ ਜਾ ਸਕਦਾ ਰੱਖਿਆ ਜਾ ਸਕਦਾ ਸਪੋਜ਼ ਕਰ ਲਓ ਆਪਾਂ ਬੂਟਾ ਬਣਾਉਣੀਆਂ ਨੇ ਜੀ ਇਹ ਠੀਕ ਹੈ ਵੀ ਸਾਡੇ ਲਈ ਰਿਸਪੌਂਸਿਬਿਲਟੀ ਦੀ ਹੈਗਾ ਵੀ ਕੋਈ ਨਾ ਕੋਈ ਬੰਦਾ ਰਿਸਪੌਂਸਿਬਲ ਹੋਣਾ ਚਾਹੀਦਾ ਉਹਦੀ ਡਿਊਟੀ ਲਈ ਜਾਵੇ ਅਸੀਂ ਵੀ ਇਸ ਗੱਲ 'ਈ ਸਹਿਮਤ ਹਾਂ ਲੋਕਤੰਤਰ ਦੇ ਵਿੱਚ ਵੋਟਾਂ ਬਣਾਉਣਾ ਘਟਣਾ ਬਹੁਤ ਵੱਡਾ ਕੰਮ ਹੈ ਪਰ ਇਹਦੇ ਲਈ ਬੇਰੁਜ਼ਗਾਰਾਂ ਦੀ ਇੱਕ ਜਿਹੜੇ ਉਹਨਾਂ ਤੋਂ ਕੰਮ ਲਿਆ ਜਾ ਸਕਦਾ ਇਹ ਤੋਂ ਇਲਾਵਾ ਸਰਕਾਰ ਬੇਰੁਜ਼ਗਾਰਾਂ ਨੂੰ ਇਸ ਡਿਪਾਰਟਮੈਂਟ ਦੇ ਵਿੱਚ ਇੱਕ ਭਰਤੀ ਕਰਕੇ ਉਸ ਡਿਪਾਰਟਮੈਂਟ ਨੂੰ ਕੰਮ ਹੀ ਸਿਰਫ ਤੇ ਸਿਰਫ ਇਹ ਦੇਣਾ ਚਾਹੀਦਾ ਵੀ ਉਹ ਵਾਲਾ ਕੰਮ ਸੈਪਰੇਟ ਚੱਲੇ ਤੇ ਅਧਿਆਪਕਾਂ ਨੂੰ ਪੜਾਉਣ ਦਾ ਕੰਮ ਦਿੱਤਾ ਜਾਵੇ ਜਿਵੇਂ ਤੁਸੀਂ ਹੁਣ ਬੱਚਿਆਂ ਨੂੰ ਪੜ੍ਹਾਉਨੇ ਹੋ ਤੁਸੀਂ ਤੁਹਾਡਾ ਦੌਰ ਜੀਤੇ ਹੁੰਦਾ ਹੋਊਗਾ ਜਦੋਂ ਤੁਸੀਂ ਪੜ੍ਹੇ ਕਿਹੋ ਜਿਹਾ ਮਾਹੌਲ ਸੀਗਾ ਮੰਨ ਲਓ ਕਿਹਨਾਂ ਸਕੂਲਾਂ 'ਚ ਪੜ੍ਹੇ ਤੁਸੀਂ ਦੇਖੋ ਮੈਂ ਇੱਕ ਤਾਂ ਬੜਾ ਸਪਸ਼ਟ ਹਾਂ ਇਸ ਗੱਲ ਦੇ ਪਿਛੇ ਹੂੰ ਵੀ ਅਧਿਆਪਕ ਹਮੇਸ਼ਾ ਇੱਕ ਵਿਦਿਆਰਥੀ ਹੈ ਹੂੰ ਅਸੀਂ ਅੱਜ ਵੀ ਵਿਦਿਆਰਥੀ ਹਾਂ ਪਰ ਜਦੋਂ ਅਸੀਂ ਸਹੀ ਮਹਿਲਾਂ ਦੇ ਵਿੱਚ ਸਹੀ ਅਰਥਾਂ 'ਚ ਸਕੂਲ 'ਚ ਦਾਖਲ ਹੋਏ ਹੂੰ ਤਾਂ ਜਿਹੜੇ ਅਧਿਆਪਕਾਂ ਨੇ ਸਾਨੂੰ ਬਹੁਤ ਸਾਰੀ ਪ੍ਰੇਰਣਾ ਦਿੱਤੀ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ ਹੂੰ ਅਸੀਂ ਉਹਨਾਂ ਨੂੰ ਆਪਣੇ ਦਿਲਾਂ ਚ ਕਦੇ ਨਹੀਂ ਵਿਸਾਰ ਸਕਦੇ ਹੂੰ ਮੈਂ ਪਰਨਾਮ ਰੋਸ ਕੂਚ ਪੜਿਆ ਹੂੰ ਉਪਰੰਤ ਗਵਰਨਮੈਂਟ ਰੂਪ ਤੋਂ ਮਨਕਾਰ ਦੇ ਨਾਪੇ ਪੜਿਆ ਹਾਂ ਹਾਂਜੀ ਯੂਟੀਟੀ ਕਰਨ ਤੇ ਲਈ ਮੈਂ ਡਾਈਟ ਚ ਗਰਾਉਂਚ ਰਿਹਾ ਹੂੰ ਜਿੱਥੇ ਬਹੁਤ ਸਾਰੇ ਅਧਿਆਪਕਾਂ ਨੇ ਬਹੁਤ ਵੱਡਾ ਯੋਗਦਾਨ ਜਿਹੜਾ ਏ ਉਹ ਸਾਡੇ ਹਿੱਸੇ ਪਾਇਆ ਹੂੰ ਤੇ ਅਸੀਂ ਅੱਜ ਸਮਾਜ ਨੂੰ ਕੁਝ ਕਹਿਣ ਯੋਗ ਹੋਏ ਹਾਂ ਹੂੰ ਇਸ ਤੋਂ ਬਾਅਦ ਮੇਰੀਆਂ ਮੈਂ ਹਿੰਦੀ ਹਿਸਟਰੀ ਪੋਲੀਟਿਕਲ ਸਾਇੰਸ ਸਰਕਾਰੀ ਸਕੂਲ ਸਰਕਾਰੀ ਸਕੂਲ ਚ ਪੜਿਆ ਹਾਂ ਮੈਂ ਸਰਕਾਰੀ ਸਕੂਲ ਚ ਪੜਿਆ ਜੀ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਰਹਿਆ ਮਲੋ ਸੀਨੀਅਰ ਸੈਕੰਡਰੀ ਸਕੂਲ ਦਾ ਤੇ ਇਸ ਪ੍ਰੰਤ ਗਵਰਨਮੈਂਟ ਕਾਲਜ ਦੇ ਵਿੱਚ ਹੀ ਨਾਪੇ ਪੜਿਆ ਤੇ ਗਵਰਨਮੈਂਟ ਦੇ ਵਿੱਚ ਜਗਰਾਉ ਜਿਹੜਾ ਗਵਰਨਮੈਂਟ ਇੰਸਟੀਚਿਊਟ ਸੀਗਾ ਡਾਇਟ ਜਿਹਨੂੰ ਜ਼ਿਲ੍ਹਾ ਸਿੱਖਿਆ ਸਫਲਾਈ ਸੰਸਥਾ ਕਹਿੰਦੇ ਆ ਉੱਥੇ ਮੈਂ ਰਹਾਂ ਤੇ ਸਕੂਲ ਦੀਆਂ ਕੁਝ ਯਾਦਾਂ ਜਿਵੇਂ ਕਟਾਈ ਹੋਈ ਥੜੀ ਉਸ ਵੇਲੇ ਬਿਨਾ ਸ਼ੱਕ ਜੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਦੌਰ ਚ ਪੜ੍ਹਦੇ ਵਿਦਿਆਰਥੀਆਂ ਦੇ ਵਿੱਚੋਂ ਹਾਂ ਸ਼ਾਇਦ ਕੋਈ ਉਹ ਵਿਦਿਆਰਥੀ ਇਹ ਗੱਲ ਮਾਨਣਾ ਕਹਿ ਸਕਿਆ ਵੀ ਮੇਰੀ ਘਟਾਈ ਨਹੀਂ ਹੋਈ ਸਹੀ ਗੱਲ ਆ ਪਹਿਲਾਂ ਸਭ ਦੀ ਹੋ ਜਾਂਦੀ ਸੀ ਮੌਕਾ ਇਹ ਸੀਗਾ ਵੀ ਸ਼ਾਇਦ ਪੜ੍ਹਨ ਪਿੱਛੇ ਤਾਂ ਨਹੀਂ ਕੁੱਟ ਨਹੀਂ ਖਾਧੀ ਜਾਂ ਕਿਤੇ ਯਾਦ ਨਹੀਂ ਹੋਣਾ ਹਾਂ ਪਰ ਜਦੋਂ ਸਾਰੀ ਕਲਾਸ ਨੇ ਸ਼ਰਾਰਤ ਕਰਨੀ ਰੌਲਾ ਪਾਉਣਾ ਹਾਂ ਬਸ ਇਹ ਗੱਲ ਯਕੀਨੀ ਜੀ ਵੀ ਸਾਡੇ ਅਧਿਆਪਕ ਇਸ ਗੱਲ ਦੀ ਸਾਨੂੰ ਕਦੇ ਨਹੀਂ ਬਖਸ਼ਿਆ ਵੀ ਜਦੋਂ ਅਸੀਂ ਕੋਈ ਇਹ ਜਿਹੀ ਸ਼ਰਤ ਕਰ ਲਈ ਸਾਰੀ ਜੋ ਸਮੂਹਿਕ ਜ਼ਿੰਮੇਵਾਰੀ ਬਣਦੀ ਸੀ ਸਮੂਹਿਕ ਦੇ ਵਿੱਚ ਅਸੀਂ ਵੀ ਸ਼ਾਮਲ ਹੁੰਦੇ ਸੀਗੇ ਉਹ ਫਿਰ ਉਹਦਾ ਬਣਦਾ ਨਾਮ ਸਾਨੂੰ ਮਿਲਦਾ ਰਿਹਾ ਜਾਨੀ ਕਿ ਆਟੇ ਨਾਲ ਵਲੇਤਣ ਲੱਗ ਗਿਆ ਲੱਗਦਾ ਰਿਹਾ ਜੀ ਸਮਝਦੇ ਨਾਲ ਸਹੀ ਹੈ ਪਰ ਅੱਜ ਵੀ ਜਦੋਂ ਸਕੂਲ ਦੇ ਉਹਨਾਂ ਵਿਦਿਆਰਥੀਆਂ ਨੂੰ ਦੇਖਦੇ ਆ ਤਾਂ ਸਾਨੂੰ ਲੱਗਦਾ ਹੈ ਵੀ ਹਾਂ ਅਸੀਂ ਬਹੁਤ ਵਧੀਆ ਬਹੁਤ ਕਾਬਲ ਅਧਿਆਪਕਾਂ ਦੇ ਕੋਲ ਸਿੱਖਿਆ ਪ੍ਰਾਪਤ ਕਰ ਸਕਿਆ ਮਤਲਬ ਬੈਸਟ ਟੀਚਰ ਹੁੰਦਾ ਕੋਈ ਬੱਚੇ ਦਾ ਬੈਸਟ ਟੀਚਰ ਤੁਹਾਡਾ ਕੋਈ ਰਿਹਾ ਹੋਵੇ ਦੇਖੋ ਵੈਸੇ ਤਾਂ ਸਾਰੇ ਅਧਿਆਪਕਾਂ ਦਾ ਆਪਣਾ ਆਪਣਾ ਯੋਗਦਾਨ ਰਿਹਾ ਜਿਵੇਂ ਤੁਸੀਂ ਵੀ ਕਿਸੇ ਦੇ ਬੈਸਟ ਹੋਵੋਗੇ ਮੈਂ ਡਾਈਟ ਜਗਰਾਉਂ ਦੇ ਵਿੱਚ ਹਾਂ ਪੜਦੇ ਹੋਏ ਸਰਦਾਰ ਨਛੱਤਾ ਸਿੰਘ ਉਹਨਾਂ ਕੋਲ ਪੜਿਆ ਅੱਛਾ ਜੋ ਮੇਰੇ ਲਈ ਮਤਲਬ ਕਿ ਬੈਸਟ ਟੀਚਰ ਰਹੇ ਹੂੰ ਤੇ ਜਿਨ੍ਹਾਂ ਨੇ ਬਹੁਤ ਕੁਝ ਸਾਨੂੰ ਸਿਖਾਇਆ ਹੂੰ ਉਹਨਾਂ ਤੋਂ ਪਹਿਲਾਂ ਮੈਂ ਗਵਰਨਮੈਂਟ ਕਾਲਜ ਜਦੋਂ ਰੁਪਾਧਮਨ ਕਾਲਜ ਪੜ੍ਹਿਆ ਹੂੰ ਉੱਥੇ ਵੀ ਸਾਨੂੰ ਬਹੁਤ ਕਾਬਲ ਅਧਿਆਪਕ ਪੜਾ ਸਕੇ ਹੂੰ ਅਮਰੋਸ ਸਕੂਲ ਦੇ ਵਿੱਚ ਵੀ ਉੱਥੇ ਨਾਭੇ ਰਬਤਮਨ ਕਾਲਜ ਚ ਪ੍ਰੋਫੈਸਰ ਜਸਵੰਤ ਸਿੰਘ ਸੀਗੇ ਅੱਛਾ ਜਿਨ੍ਹਾਂ ਦੇ ਕੋਲ ਅਸੀਂ ਪਬਲਿਕ ਐਡਮਿਨਿਸਟ੍ਰੇਸ਼ਨ ਪੜ੍ਹੇ ਤੇ ਮੈਨੂੰ ਇਸ ਗੱਲ ਦਾ ਮਾਣ ਰਿਹਾ ਕਿ ਉਹਨਾਂ ਦੀ ਯੋਗ ਅਗਵਾਈ ਸਾਦਕਾ ਮੈਂ ਮਾਸਟਰਸ ਵੀ ਕਰੀ ਉੱਥੇ ਹੂੰ ਤੇ ਸਕੂਲ ਪੱਧਰ ਤੇ ਗੱਲ ਕਰਾਂ ਤਾਂ ਸਰਦਾਰ ਸੁਨਿੰਦਰ ਸਿੰਘ ਹੋਣੀ ਹੂੰ ਜਿਹੜੇ ਅੱਜ ਕੱਲ ਇਸ ਦੁਨੀਆ ਚ ਨਹੀਂ ਹੈ ਪ੍ਰੋਫੈਸਰ ਜਸਵੰਤ ਸਿੰਘ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਹੂੰ ਪਰ ਮੇਰੇ ਲਈ ਮਾਣ ਰਿਹਾ ਕਿ ਮੈਂ ਅਜੇ ਇਹ ਅਧਿਆਪਕਾਂ ਤੋਂ ਬਹੁਤ ਕੁਝ ਸਿੱਖਿਆ ਜੀ ਮਤਲਬ ਜਦੋਂ ਤੁਸੀਂ ਰਾਸ਼ਟਰਪਤੀ ਅਵਾਰਡ ਵਾਪਸ ਕੀਤਾ ਜੀ ਸਰ ਕੋਈ ਟੀ ਵਾਟਾ ਹਾਂਜੀ ਹੈ ਹੋਣਗੇ ਹੁਣ ਤਾਂ ਮੈਂ ਜੀ ਹੈਗੇ ਫੋਨ ਆਇਆ ਉਹਨਾਂ ਦੇ ਉਹਨਾਂ ਨੂੰ ਮਰੋ ਦੇਖੋ ਮੈਂ ਇੱਕ ਬਹੁਤ ਖਾਸ ਗੱਲ ਦੱਸਦਾ ਹਾਂ ਹਾਂਜੀ ਸਦਾ ਨਸ਼ਾਤ ਸਿੰਘ ਉਹਨਾਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹਾਂ ਹਾਂਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਹੂੰ ਕਹਿੰਦੇ ਵੀ ਮੈਨੂੰ ਅੱਜ ਕਿਸੇ ਨੇ ਦੱਸਿਆ ਹੂੰ ਇਹ ਗੱਲ ਨੂੰ ਉਦੋਂ ਵਾਪਸ ਅਵਾਰਡ ਵਾਪਸ ਕਰਨ ਨੂੰ ਵੀ ਤਿੰਨ ਚਾਰ ਮਹੀਨੇ ਬੀਤ ਚੁੱਕੇ ਸੀ ਅੱਛਾ ਵੀ ਯਾਰ ਵੀ ਕਿਸੇ ਬੰਦੇ ਨੇ ਐਵੇਂ ਕਰਕੇ ਅਵਾਰਡ ਵਾਪਸ ਕਰਿਆ ਸੀ ਇਹ ਆ ਗੱਲਬਾਤ ਹੋਈ ਸੀ ਹੂੰ ਕਹਿੰਦੇ ਜਦ ਮੈਨੂੰ ਉਹਨਾਂ ਨੇ ਕਿਹਾ ਵੀ ਹਮ ਲੋ ਕਹਿਵਾਂ ਨੂੰ ਜਦ ਹੀ ਕਹਤਾ ਵੀ ਉਹ ਮੇਰਾ ਵਿਦਿਆਰਥੀ ਰਜੀਸ਼ ਹੋਊਗਾ ਹੂੰ ਤੇ ਮੇਰੇ ਕੋ ਕੋਈ ਸ਼ਬਦ ਨਹੀਂ ਹੈ ਮੈਂ ਉਹ ਉਸ ਖੁਸ਼ੀ ਨੂੰ ਤੁਹਾਡੇ ਨਾਲ ਸਾਂਝੀ ਕਰ ਸਕਾਂ ਹੂੰ ਜਿਸ ਰੂਪ ਚ ਜਾਨੀ ਸਰਦਾਰ ਨਛੱਤਾ ਸਿੰਘਾ ਨੇ ਫੋਨ ਕਰਕੇ ਮੈਨੂੰ ਅਸ਼ੀਰਵਾਦ ਦਿੱਤਾ ਹੂੰ ਉਹ ਮੇਰੇ ਲਈ ਅਵਾਰਡ ਵਾਪਸੀ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਅਵਾਰਡ ਸੀਗਾ ਜੋ ਮੈਨੂੰ ਮਿਲਿਆ ਹੂੰ ਤੇ ਉਹਨਾਂ ਨੇ ਕਿਹਾ ਵੀ ਹਾਂ ਬਿਲਕੁਲ ਸਾਨੂੰ ਪਤਾ ਹੈ ਮੇਰੇ ਜੀ ਇਸੇ ਕੰਮ ਕਰ ਸਕਦਾ ਤੇ ਮੇਰੇ ਲਈ ਬਹੁਤ ਵੱਡੀ ਬਹੁਤ ਮਾਣ ਦੀ ਗੱਲ ਸੀ ਯਾਨੀ ਕਿ ਉਹਨਾਂ ਨੂੰ ਵੀ ਮਾਣ ਸੀ ਉਹਨਾਂ ਨੂੰ ਮਾਣ ਸੀ ਜੀ ਇਸ ਗੱਲ ਦਾ ਤੇ ਉਹਨਾਂ ਨੇ ਕਿਹਾ ਵੀ ਤੇਰਾ ਕੰਮ ਜਿਹੜਾ ਹੈ ਬਹੁਤ ਦੂਰ ਤੱਕ ਯਾਦ ਰੱਖਿਆ ਜਾਊਗਾ ਅੱਛਾ ਤੇ ਮੈਨੂੰ ਲੱਗਦਾ ਵੀ ਮੇਰੇ ਗੁਰੂ ਦੇ ਕਹੇ ਹੋਏ ਸ਼ਬਦ ਸ਼ਬਦ ਬਹੁਤ ਲੰਬੇ ਸਮੇਂ ਤੱਕ ਲੋਕ ਯਾਦ ਰੱਖਣਗੇ ਸਹੀ ਹੈ ਤਾਂ ਜਦੋਂ ਅਵਾਰਡ ਮਿਲਿਆ ਸੀ ਜੀ ਸਰ ਉਦੋਂ ਵੀ ਟੀਚਰਾਂ ਨੇ ਕਿਹਾ ਉਹਨਾਂ ਵੀ ਮੰਨ ਲਓ ਇੱਕ ਸਟੂਡੈਂਟ ਨੂੰ ਜਦੋਂ ਮੰਨ ਲਓ ਇੱਕ ਰਾਸ਼ਟਰਪਤੀ ਅਵਾਰਡ ਸਭ ਤੋਂ ਵੱਡਾ ਅਵਾਰਡ ਮੰਨਿਆ ਜਾਂਦਾ ਜੀ ਸਰ ਮੰਨ ਲਓ ਉਦੋਂ ਵੀ ਉਹਨਾਂ ਨੂੰ ਹੋਇਆ ਹੋਣਾ ਵੀ ਯਾਰ ਸਾਡਾ ਸਟੂਡੈਂਟ ਪੜਾਇਆ ਹੋਇਆ ਵੀ ਕਿੱਥੇ ਤੱਕ ਬਹੁਤ ਸਾਰੇ ਅਧਿਆਪਕਾਂ ਨੇ ਜਿਹੜੇ ਉਸ ਸਮੇਂ ਸੀਗੇ ਉਹਨਾਂ ਨੇ ਬਹੁਤ ਸਾਰਿਆਂ ਨੇ ਬਹੁਤ ਹੌਸਲਾ ਦਿੱਤਾ ਬਹੁਤ ਹੱਲਾਸ਼ੇਰੀ ਵੀ ਦਿੱਤੀ ਹਮਮ ਵੀ ਵੈਲ ਡਨ ਅੱਗੇ ਹੋ ਗਿਆ ਹੋਰ ਅੱਗੇ ਵਧੀਆ ਬਦੋ ਹੋਰ ਚੰਗੇ ਕੰਮ ਕਰੋ ਹਮ ਇਹੋ ਜਿਹੇ ਵੱਡੀਆਂ ਪ੍ਰਾਪਤੀਆਂ ਕਰਦੇ ਰਹੋ ਹਮ ਪਰ ਇਹ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਵੀ ਅਵਾਰਡ ਵਾਪਸ ਕਰਨਾ ਹਮ ਸ਼ਾਇਦ ਜਿਹੜਾ ਬੇਹਦ ਔਖਾ ਕੰਮ ਸੀਗਾ ਹਮ ਪਰ ਮੈਨੂੰ ਜਣੀਆਂ ਨੇ ਬਹੁਤ ਸਾਰਾ ਬਲ ਬਖਸ਼ਿਆ ਤੇ ਬਹੁਤ ਸਾਰੀ ਜਿਹੜੀਆਂ ਲੋਕਾਂ ਨੇ ਪ੍ਰਸ਼ੰਸਾ ਕੀਤੀ ਹੈ ਸਹੀ ਹੈ ਤਾਂ ਉਸ ਤੋਂ ਬਾਅਦ ਆਜੀ ਕਾਲਜ ਜੀ ਕਾਲਜ ਦੀਆਂ ਕੁਝ ਇਦਾਂ ਜਿਹਾ ਕਾਲਜ ਦੇ ਵਿੱਚ ਅਲੜ ਉਮਰ ਹੁੰਦੀ ਆ ਪੰਜ ਕਾਲਜ ਚ ਜਾਂਦੇ ਆ ਜੀ ਲੜਾਈਆਂ ਪੜਾਈਆਂ ਜਾਂ ਇਹ ਤੋਂ ਕੁਛ ਮਾੜਾ ਮੋਟਾ ਸਾਢੇ ਦੌਰ ਦੇ ਵਿੱਚ ਜਦੋਂ ਅਸੀਂ ਪੜ੍ਹੇ ਹੂੰ ਤਾਂ ਵਿਦਿਆਰਥੀਆਂ ਦਾ ਇੱਕ ਬਹੁਤ ਵੱਡਾ ਦਬਾਅ ਸੀਗਾ ਖਾਸ ਕਰਕੇ ਬੱਸ ਕੰਡਕਟਰਸ ਦੇ ਉੱਤੇ ਅੱਛਾ ਸਾਡੇ ਇਹ ਰਵਾਹ ਸੀ ਵੀ ਜੇ ਕੋਈ ਅਸੀਂ ਪ੍ਰਵਾਸੀ ਬੰਦੇ ਨੂੰ ਵੀ ਬੱਸ ਚ ਲਾ ਕੇ ਕਹਿ ਦਈਏ ਨਾ ਵੀ ਇਹ ਸਟੂਡੈਂਟ ਆ ਤਾਂ ਕਨੈਕਟਰ ਦੀ ਹਿੰਮਤ ਨਹੀਂ ਸੀ ਵੀ ਉਹਨੂੰ ਪੁੱਛ ਲਵੇ ਸਹੀ ਆ ਉਸ ਵੇਲੇ ਬੱਸਾਂ ਦੇ ਕਨੈਕਟਰਾਂ ਨਾਲ ਕਾਫੀ ਹੈ ਨਾ ਤੇ ਅਸੀਂ 3 ਸਾਲ ਚ ਪੜ੍ਹਦੇ ਹੋਏ ਕਦੇ ਬੱਸ ਪਾਸ ਨਹੀਂ ਸੀ ਬਣਾਇਆ ਉਹ ਵੀ ਚੱਲਦਾ ਸੀਗਾ ਬਹੁਤ ਵੱਡਾ ਨਾਂ ਸੀ ਮਤਲਬ ਰਪਤਮਨ ਕਾਲਜ ਦੇ ਵਿੱਚ ਸਾਡੇ ਸਾਥੀਆਂ ਦਾ ਮਤਲਬ ਉਹ ਠੀਕ ਹੈ ਵੀ ਸਮੇਂ ਦੇ ਨਾਲ ਨਾਲ ਰਹੇ ਪਰ ਮੈਂ ਅੱਜ ਵੀ ਮਹਿਸੂਸ ਕਰਦਾ ਕਿ ਕਾਲਜ ਨਾ ਤਾਂ ਲੜਨ ਲਈ ਹੈ ਹਮ ਨਾ ਆਸ਼ਕੀ ਲਈ ਹੈ ਹਮ ਨਾ ਗਲਤ ਪ੍ਰਥਾਵਾਂ ਲਈ ਹੈ ਹਮ ਕਾਲਜ ਪੜ੍ਹਨ ਦੇ ਲਈ ਹੈ ਜਿਹੜੇ ਵਿਦਿਆਰਥੀ ਕਾਲਜ ਦੇ ਵਿੱਚ ਪੜ੍ਹਨ ਲਈ ਜਾਂਦੇ ਆ ਉਹ ਬਹੁਤ ਉੱਚਾ ਜਾਂਦੇ ਆ ਤੇ ਹਮੇਸ਼ਾ ਸਫਲ ਹੁੰਦੇ ਕੋਈ ਸਾਥੀ ਕਾਲੇ ਦੀ ਯਾਦ ਹੋਣ ਹਾਂ ਯਾਦ ਆ ਸਾਰੇ ਬਿਲਕੁਲ ਸਾਰੇ ਯਾਦ ਕਿਹੜੇ ਕਿਹੜੇ ਯਾਦ ਬਦਲ ਤੋਂ ਲਾ ਕੇ ਕਾਲਜ ਪੱਧਰ ਤੱਕ ਜੇ ਗੱਲ ਕਰੀਏ ਸਾਰੇ ਸਾਥੀ ਯਾਦ ਆ। ਕੋਈ ਇਹੋ ਜੀ ਗੱਲ ਨਹੀਂ ਹੈ ਕਿ ਜੇ ਕਿਸੇ ਕਦੇ ਦਾ ਚੀਚੇ ਦਾ ਨਾਮ ਲਵਾਂਗੇ ਤਾਂ ਫਿਰ ਬਹੁਤ ਸਾਰੇ ਛੱਡੇ ਜਾਣਗੇ। ਮੈਨੂੰ ਲੱਗਦਾ ਵੀ ਸਾਰੇ ਸਾਥੀ ਨਾਲ-ਨਾਲ ਐ, ਸਾਰੇ ਨਾਲ ਪੜੇ ਐ। ਬਹੁਤ ਸਾਰਿਆਂ ਨਾਲ ਗੱਲਬਾਤ ਹੁੰਦੀ ਆ। ਲਗਭਗ ਐ ਜੀ। ਲਗਭਗ। ਲਗਭਗ ਸਾਰਿਆਂ ਨਾਲ ਹੁੰਦੀ ਆ। ਬਹੁਤ ਸਾਰੇ ਸਾਥੀਆਂ ਨਾਲ ਗੱਲਬਾਤ ਹੁੰਦੀ ਆ। ਤੇ ਬਹੁਤ ਸਾਰੀਆਂ ਗੱਲਾਂ ਕਾਲਜ ਦੇ ਸਮੇਂ ਤੋਂ ਲੱਗ ਕੇ ਆਪਾਂ ਸਾਰੇ ਜਾਣਦੇ ਆ, ਕੋਈ ਯਾਦ ਆਉਂਦੀਆਂ ਨੇ। ਤੇ ਬਹੁਤ ਕੁਝ ਸਿੱਖੇ ਵੀ ਆ, ਤੇ ਸਿਖਾਇਆ ਵੀ ਐ। ਤੇ ਅਸੀਂ ਸਿੱਖਣਾ ਕੀ ਹੁੰਦਾ। ਅਸੀਂ ਜੋ ਗਲਤੀਆਂ ਅਸੀਂ ਕਰੀਆਂ ਜਾਂ ਸਾਡੇ ਸਾਹਮਣੇ ਹੋਰ ਲੋਕਾਂ ਨੇ ਕਰੀਆਂ ਅਸੀਂ ਆਪਣੇ ਵਿਦਿਆਰਥੀਆਂ ਨੂੰ ਦੱਸਦੇ ਆ ਕਿ ਤੁਸੀਂ ਇਹ ਗਲਤੀਆਂ ਕਰਕੇ ਨਹੀਂ ਸਿੱਖਣਾ ਬਸ ਇਹਦੇ ਤੋਂ ਹੀ ਸਿੱਖ ਲੈਣਾ ਸਹੀ ਹੈ ਜਿਵੇਂ ਤੁਸੀਂ ਕਿਹਾ ਗਲਤੀਆਂ ਤੁਸੀਂ ਕੀਤੀਆਂ ਕੋਈ ਗਲਤੀ ਜਿਵੇਂ ਮੰਨ ਲਓ ਕੋਈ ਬੰਦੇ ਨੂੰ ਲੱਗਦਾ ਹੁੰਦਾ ਵੀ ਯਾਰ ਇਹ ਬਲੰਡਰ ਆ ਜੀ ਵੀ ਮੈਂ ਤਾਂ ਕਰਤੀ ਕੋਈ ਹੋਰ ਨਾ ਕਰੇ ਜੀ ਕੋਈ ਐਦਾਂ ਦੀ ਗੱਲ ਜੇ ਮੰਨ ਲਓ ਕੁਝ ਆਪਣੇ ਆਪ ਤੋਂ ਗਲਤੀ ਹੋ ਗਈ ਹੋਵੇ ਜੀ ਵੀ ਪਰ ਹੁਣ ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਨੂੰ ਵੀ ਯਾਰ ਇਹ ਗੱਲ ਨਾ ਕਰਿਓ ਅ ਵੈਸੇ ਤਾਂ ਬਹੁਤ ਵੱਡੀ ਬਲੰਡਰ ਮਿਸਟੇਕ ਪਾਣੀ ਖਰਕਾ ਦੇ ਕੀਤੀ ਇਹਦੇ ਪਿੱਛੇ ਵੀ ਕਾਰਨ ਇਹ ਰਿਹਾ ਵੀ ਦੋ ਚੀਜ਼ਾਂ ਨੂੰ ਸਪਸ਼ਟ ਰੂਪ ਚ ਮੰਨ ਕੇ ਚੱਲੇ ਆ ਵੀ ਇੱਕ ਤਾਂ ਆਪਣੇ ਪੇਰੈਂਟਸ ਆਪਣਾ ਪਰਿਵਾਰ ਜਿਹੜਾ ਹੈ ਉਹ ਘਟੋ ਘਟ ਇਸ ਗੱਲ 'ਚ ਮਾਣ ਮਹਿਸੂਸ ਕਰੇ ਵੀ ਇਹ ਸਾਡੇ ਪਰਿਵਾਰ ਦਾ ਮੈਂਬਰ ਹੈ। ਹੂੰ ਦੂਜੀ ਗੱਲ ਸਾਡੇ ਗੁਰੂ ਜਿਨ੍ਹਾਂ ਦੇ ਕੋਲ ਅਸੀਂ ਸਿੱਖਿਆ ਲਈ ਉਹ ਵੀ ਯਾਰ ਹਮੇਸ਼ਾ ਇਹ ਗੱਲ ਕਹਿਣਾ ਵੀ ਹਾਂ ਇਹ ਮੇਰਾ ਵਿਦਿਆਰਥੀ ਹੈ। ਜਦੋਂ ਤੁਸੀਂ ਇਹ ਦੋ ਗੱਲਾਂ ਯਾਦ ਰੱਖਦੇ ਹੋ ਤਾਂ ਮੈਨੂੰ ਲੱਗਦਾ ਬਹੁਤ ਵੱਡੀ ਗਲਤੀ ਦੀ ਗੰジャਸਤਾ ਨਹੀਂ ਹੁੰਦੀ ਹਾਂ ਬਾਕੀ ਛੋਟੀਆਂ ਗਲਤੀਆਂ ਸੁਭਾਵਿਕ ਹੈ ਹੂੰ ਤੇ ਛੋਟੀਆਂ ਗਲਤੀਆਂ ਨੂੰ ਅਧਿਆਪਕ ਹੋਣ ਦੇ ਨਾਤੇ ਤਾਂ ਬੇਸੀ ਮਾਫ ਕਰ ਦੇਣਾ ਚਾਹੀਦਾ ਹੈ ਹੂੰ ਤੇ ਜੇ ਇਹ ਅਧਿਆਪਕ ਵਿਦਿਆਰਥੀਆਂ ਨੂੰ ਖਿੱਚਦਾ ਵੀ ਹੈ ਟੋਕਦਾ ਵੀ ਹੈ ਤਾਂ ਉਹ ਇਸੇ ਕਰਕੇ ਟੋਕਦਾ ਵੀ ਹੈ ਵਿਦਿਆਰਥੀ ਅੱਗੇ ਵਾਸਤੇ ਇਹ ਕੰਮ ਨਾ ਕਰੇ ਸਹੀ ਹੈ ਤਾਂ ਜਿਵੇਂ ਤੁਸੀਂ ਕਿਹਾ ਤੁਸੀਂ ਤੁਹਾਡੇ ਟੀਚਰਸ ਜਿਹੜੇ ਰਹੇ ਨੇ ਅੱਜ ਵੀ ਸਤਿਕਾਰ ਕਰਦੇ ਹਾਂ ਭਾਵੇਂ ਦੁਨੀਆ ਤੋਂ ਰੁਕਸਤ ਹੋ ਗਏ ਬਿਲਕੁਲ ਸਰ ਇੱਕ ਉਹ ਸਮਾਂ ਸੀ ਜਦੋਂ ਤੁਸੀਂ ਵਿਦਿਆਰਥੀ ਸੀ ਤੁਹਾਡਾ ਟੀਚਰਜ਼ ਨਾਲ ਸੰਬੰਧ ਸੀ ਜੀ ਉਹਨਾਂ ਦੀ ਰਿਸਪੈਕਟ ਅੱਜ ਵੀ ਕਰਦੇ ਹਾਂ ਜੀ ਸਰ ਕੀ ਤੁਹਾਡੇ ਵਾਂਗ ਰਿਸਪੈਕਟ ਅੱਜ ਦੇ ਬੱਚੇ ਹਾਂਜੀ ਬੱਚਿਆਂ ਨੂੰ ਤੁਸੀਂ ਪੜ੍ਹਾਉਂਦੇ ਹੋ ਕੀ ਉਹਦਾਂ ਦੀ ਮਿਲ ਰਹੀ ਹੈ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਜਦੋਂ ਅਸੀਂ ਵਿਦਿਆਰਥੀ ਰਹੇ ਹੂੰ ਉਸ ਸਮੇਂ ਵਿਦਿਆਰਥੀਆਂ ਦੀ ਵੱਧ ਗਿਣਤੀ ਜਿਹੜੀ ਹੈ ਉਹ ਟੀਚਰਜ਼ ਦੀ ਰਿਸਪੈਕਟ ਕਰਦੇ ਸੀ ਹੂੰ ਅੱਜ ਸਮਾਜਿਕ ਤਾਣੇ ਵਾਲੇ ਨੂੰ ਜਿਸ ਤਰੀਕੇ ਨਾਲ ਉਜਾਇਆ ਗਿਆ ਹੂੰ ਉਹਦੇ 'ਚ ਅਧਿਆਪਕ ਦੀ ਰਿਸਪੈਕਟ ਤਾਂ ਘਟੀ ਹੈ ਪਰ ਬਿਨਾਂ ਸ਼ੱਕ ਅੱਜ ਵੀ ਇਹ ਵਿਦਿਆਰਥੀ ਮੌਜੂਦ ਨੇ ਜਿਹੜਾ ਵੀ ਜਿਹੜੇ ਬਹੁਤ ਜ਼ਿਆਦਾ ਸਾਡੀ ਰਿਸਪੈਕਟ ਕਰਦੇ ਮੈਂ ਕਈ ਵਿਦਿਆਰਥੀਆਂ ਦਾ ਨਾਮ ਚੇਚੇ ਤੌਰ ਤੇ ਇੱਥੇ ਲੈ ਸਕਦਾ ਜਿਨ੍ਹਾਂ ਨੇ ਬਹੁਤ ਮਾਣ ਬਖਸ਼ਿਆ ਤੇ ਉਹਦੇ ਚੋਂ ਵੀ ਅੱਜ ਬਹੁਤੇ ਬੰਦੇ ਜਿਹੜੇ ਆ ਉਹ ਜਾਂ ਤਾਂ ਵਿਦੇਸ਼ਾਂ ਦੇ ਵਿੱਚ ਨੇ ਜਾਂ ਉਹ ਹੋਰੇ ਸਾਡੇ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਚ ਨਹੀਂ ਬਹੁਤ ਸਾਰੇ ਮੁੰਡੇ ਬੈਂਕਸ ਦੇ ਵਿੱਚ ਕੰਮ ਕਰ ਰਹੇ ਨੇ ਬੈਂਕਾਂ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਨਾਂ ਸਤਿਕਾਰ ਹੈ ਸੋ ਸਾਰੇ ਵਿਦਿਆਰਥੀ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਤੇ ਬਹੁਤ ਮਾਣ ਬਖਸ਼ਿਆ ਹੁ ਕੋਈ ਐਦਾਂ ਦਾ ਵਾਕਿਆ ਹੋਇਆ ਜਿਵੇਂ ਮੰਨ ਲਓ ਮੇਰੇ ਨਾਲ ਹੋਇਆ ਕੋਈ ਗੱਲ ਹੋ ਗਈ ਸੀ ਸਕੂਲ ਦੇ ਵਿੱਚ ਜੀ ਮੇਰੇ ਚਾਚਾ ਇਹਨੂੰ ਜਾਣਦੇ ਹੁੰਦੇ ਸੀ ਟੀਚਰ ਜੀ ਉਹਨਾਂ ਨੇ ਚਾਚਾ ਇਹਨੂੰ ਬੁਲਾਇਆ ਤੇ ਮੇਰੇ ਚਾਚਾ ਹੀ ਨੇ ਟੀਚਰਾਂ ਦੇ ਸਾਹਮਣੇ ਮੇਰੇ ਸੱਪੜ ਲਾਤੇ ਤੇ ਉਸ ਤੋਂ ਬਾਅਦ ਮੈਂ ਕਦੇ ਉਹਤਾਂ ਦੀ ਗਲਤੀ ਨਹੀਂ ਕੀਤੀ ਕੀਤਾ ਵੀ ਕੀ ਸੀ ਮੈਂ ਮੰਨ ਲਓ ਐਪਲੀਕੇਸ਼ਨ ਲਿਖਤੀ ਤੇ ਉਹ ਕਹਿੰਦੇ ਘਰ ਦੇਆਂ ਦਾ ਸਾਈਨ ਕਰਾ ਕੇ ਲਿਆ ਮੈਂ ਐਪਲੀਕੇਸ਼ਨ ਤੇ ਆਪੇ ਸਾਈਨ ਕਰਤੇ ਠੀਕ ਹੈ ਕੀਤੇ ਹੋਏ ਉਹਨਾਂ ਨੂੰ ਪਤਾ ਸੀਗਾ ਉਹਨਾਂ ਨੇ ਜਦੇ ਫੋਨ ਕਰ ਲਿਆ ਤੇ ਉਹ ਮੈਨੂੰ ਲੱਗਦਾ ਵੀ ਮੇਰੀ ਬਹੁਤ ਬੜੀ ਗਲਤੀ ਸੀ ਉਹ ਠੀਕ ਹੈ ਮੈਨੂੰ ਬਾਅਦ ਚ ਪਤਾ ਲੱਗਿਆ ਪਹਿਲਾਂ ਮੈਨੂੰ ਐ ਲੱਗਿਆ ਮੇਰੇ ਚਾਚੇ ਨੇ ਬੇਈਤੀ ਕਰਤੀ ਮੇਰੀ ਇਹਦਾ ਸਾਹਮਣੇ ਕੁੱਟਿਆ ਜੀ ਕੋਈ ਇਦਾਂ ਦਾ ਹੋਇਆ ਜੇ ਮੰਨ ਲਓ ਪਹਿਲਾਂ ਜਿਹੜੇ ਪੇਰੈਂਟਸ ਹੁੰਦੇ ਸੀ ਉਹ ਸਕੂਲ ਦੇ ਵਿੱਚ ਆ ਕੇ ਵੀ ਬੱਚੇ ਨੂੰ ਦਬਕਾ ਵੀ ਦਿੰਦੇ ਸੀ ਟੀਚਰ ਨੂੰ ਵੀ ਕਹਿ ਦਿੰਦੇ ਸੀ ਖਿੱਚ ਕੇ ਰੱਖਿਓ ਮੇਰੇ ਨਾਲ ਬਿਲਕੁਲ ਇੱਕ ਸਾਡੇ ਟਾਈਮ ਦੇ ਵਿੱਚ ਇੱਕ ਮੈਥੀ ਥਿਊਰਮ ਹੁੰਦੇ ਸੀ ਹੂੰ ਸਾਡੇ ਬਹੁਤ ਸਤਿਕਾਰਯੋਗ ਅਧਿਆਪਕ ਉਹਨਾ ਚ ਹੀ ਸਾਨੂੰ ਮੈਥ ਕਰਾਉਂਦੇ ਸੀ ਹੂੰ ਉਹਨਾਂ ਨੇ ਜਦੋਂ ਉਹ ਥਿਊਰਮ ਕਰੀ ਮੈਂ ਹੂੰ ਉਹਦੇ ਚ ਸਟੈਪ ਹੁੰਦੇ ਸੀ ਦਿੱਤਾ ਹੈ ਰਚਨਾ ਸਬੂਤ ਵਗੈਰਾ ਉਹ ਸਾਰਾ ਕੁਝ ਸੀ ਮੈਂ ਉਹ ਚ ਨੇ ਇੱਕ ਪੂਰਾ ਦਾ ਪੂਰਾ ਸਟੈਪ ਹੀ ਛੱਡ ਗਿਆ ਕੋਈ ਅੱਛਾ ਮੇਰੇ ਨੰਬਰ ਮੇਰੇ ਸ਼ਾਇਦ 94 ਹੈ ਜਾਂ 97 ਆਏ ਅੱਛਾ ਪਰ ਸਰ ਨੇ ਮੈਨੂੰ ਇਸ ਗੱਲ ਦੇ ਲਈ ਵੀ ਖੜਕਾਇਆ अच्छा ਵੀ ਤੂੰ ਤੈਨੂੰ ਜਿਆਦਾ ਕਾਲੀ ਸੀ ਵੀ ਤੂੰ ਪੇਪਰ ਦੇ ਕੇ ਵੀ ਇਨੀ ਛੇਤੀ ਭੱਜ ਗਿਆ ਤੂੰ ਇੱਕ ਪੂਰਾ ਪੂਰਾ ਸਟੈਪ ਹੀ ਛੱਡ ਗਿਆ ਹੂੰ ਕਦੇ ਹੀ ਹੋਰ ਵੀ ਚਲੋ ਕੋਈ ਗਲਤੀ ਸੀ ਪਰ ਨੰਬਰ ਜਿਹੜੇ 94 ਆਏ ਮੇਰੇ ਖਿਆਲ ਨਾਲ ਹੂੰ ਤੇ ਸਰ ਨੇ ਬਹੁਤ ਸਾਰੇ ਅਜਿਹੇ ਵਿਦਿਆਰਥੀ ਵੀ ਛੱਡਦੇ ਜਿਹੜੇ 33 ਨੰਬਰ ਲੈ ਗਏ ਹੂੰ ਮੈਨੂੰ ਇਸ ਗੱਲ ਤੋਂ ਬਹੁਤ ਫੀਲ ਹੋਈ ਬੜੀ ਗਲਤ ਗੱਲ ਹੋਈ ਹੂੰ ਮੈਂ ਘਰ ਜਾ ਕੇ ਦੱਸਿਆ ਵੀ ਮਤਲਬ ਇਹ ਮੈਨੂੰ 97 ਪੁੱਛਦੇ ਨੇ 94 ਨੰਬਰ ਪੁੱਛੇ ਵੀ ਸਰ ਨੇ ਐ ਕਰਤਾ ਵੀ 33 33 ਵਾਲੇ ਬੱਚੇ 33 ਵਾਲਿਆਂ ਨੂੰ ਕਿਹਾ ਕੁਛ ਨਹੀਂ ਮੁੜ ਕੇ ਕਰਦਿਆ ਨੇ ਮੈਨੂੰ ਖੜਕਾਇਆ ਅੱਛਾ ਤੇ ਉਹ ਆਪਣੇ ਸਰ ਨੂੰ ਕਹਿਣਾ ਮੈਨੂੰ ਐ ਲੱਗਦਾ ਵੀ ਸਾਡੇ ਉਹਨਾ ਅਧਿਆਪਕਾਂ ਕਰਕੇ ਤੇ ਸਾਡੇ ਪੇਰੈਂਟਸ ਦੇ ਇਸ ਨਜ਼ਰੀਏ ਕਰਕੇ ਅਸੀਂ ਅੱਜ ਅਧਿਆਪਕਾਂ ਹਮ ਸ਼ਾਇਦ ਨਹੀਂ ਅਸੀਂ ਅੱਜ ਅਧਿਆਪਕਾਂ ਨਾ ਬਣਦੇ ਕਿਤਨਾ ਕਿਤੇ ਮੰਨ ਲਓ ਉਹ ਚੀਜ਼ ਜਿਹੜੀ ਮੰਨ ਲਓ ਪੋਜ਼ਿਟਿਵ ਵੇ ਨਾਲ ਲੈਣੀ ਸੀ ਹੁਣ ਨੈਗੇਟਿਵ ਵੇ ਨਾਲ ਲੈਣ ਲੱਗੇ ਸਟੂਡੈਂਟ ਬਿਲਕੁਲ ਬਿਲਕੁਲ ਤੇ ਮੈਂ ਅੱਜ ਵੀ ਕਹਿਣਾ ਦੁਬਾਰਾ ਤੋਂ ਤੁਹਾਡੇ ਚੈਨਲ ਦੇ ਰਾਹੀਂ ਹਮ ਕਿ ਵਿਦਿਆਰਥੀਆਂ ਦੇ ਲਈ ਅਧਿਆਪਕ ਕੋ ਗੁਰੂ ਹੈ ਵਿਦਿਆਰਥੀਆਂ ਦੇ ਲਈ ਅਧਿਆਪਕ ਉਹਦਾ ਮਾਤਾ ਪਿਤਾ ਹੈ ਜੇ ਉਹ ਤੁਹਾਨੂੰ ਸਹੀ ਰਾਹ ਤੇ ਚਲਾ ਰਿਹਾ ਹੈ ਤਾਂ ਇਹ ਮੰਨੋ ਵੀ ਤੁਹਾਨੂੰ ਜਰੂਰ ਸਫਲਤਾ ਮਿਲੂ ਜੇ ਤੁਹਾਨੂੰ ਕੁਝ ਕਿਹਾ ਜਾਂਦਾ ਤਾਂ ਤੁਹਾਡੇ ਭਲੇ ਲਈ ਹੈ ਹੂੰ ਇਹਨੂੰ ਨੇਗੇਟਿਵ ਨਹੀਂ ਲੈਣਾ ਚਾਹੀਦਾ ਹਾਂ ਸਹੀ ਹੈ ਤਾਂ ਸਰ ਇਹ ਵੀ ਤੁਸੀਂ ਕਿਤਾਬ ਕਹਿ ਰਹੇ ਸੀ ਵੀ ਮਤਲਬ ਕਿਸੇ ਨੇ ਕਵਿਤਾ ਲਿਖੀ ਤੁਹਾਡੇ ਖਾਤਰ ਜੀ ਮੈਂ ਕਹਿੰਦਾ ਇੱਕ ਵਾਰ ਪੜ੍ਹ ਕੇ ਜਰੂਰ ਸੁਣਾ ਦਿਓ ਫਿਰ ਅੱਛਾ ਜੀ ਹੂੰ ਅਸਲ ਵਿੱਚ ਜਿਹੜੀ ਇਹ ਕਵਿਤਾ ਹੈ ਹਾਂ ਜੀ 10 ਵੀ ਦਿਓ ਇਹਦੇ ਬਾਰੇ ਇਹ ਮੈਨੂੰ ਇੱਕ ਗਰੁੱਪ ਦੇ ਵਿੱਚ ਵਟਸਐਪ ਗਰੁੱਪ ਦੇ ਵਿੱਚ ਦੇਖਣ ਨੂੰ ਮਿਲੀ ਅੱਛਾ ਜਿਹਦੇ ਚ ਕਵਤਾ ਲਿਖ ਕੇ ਥੱਲੇ ਉਸ ਸਮੇਂ ਦੀ ਫੋਟੋ ਪਾਈ ਗਈ ਜਦੋਂ ਅਸੀਂ ਅਵਾਰਡ ਵਾਪਸ ਕਰਨ ਲਈ ਹਮ ਲੋ ਐਸਡੀਐਮ ਸਾਹਿਬ ਦੇ ਦਫ਼ਤਰ ਜਾ ਰਹੇ ਸੀ ਤਸੀਲਦਾਰ ਸਾਹਿਬ ਦੇ ਦਫ਼ਤਰ ਜਾ ਰਹੇ ਸੀ ਤੇ ਮੈਨੂੰ ਬੜੀ ਹੈਰਾਨਗੀ ਹੋਈ ਵੀ ਫੋਟੋ ਆਪਣੀ ਤੇ ਕਵਤਾ ਲਿਖੀ ਹੋਈ ਹੈ ਜਦੋਂ ਮੈਂ ਕਵਤਾ ਪੜ੍ਹੀ ਤਾਂ ਇਹਦੇ ਚ ਮੇਰਾ ਨਾਮ ਵੀ ਸੀਗਾ ਅੱਛਾ ਥੱਲੇ ਉਹਨਾਂ ਨੇ ਉਸ ਗਰੁੱਪ ਦੇ ਵਿੱਚ ਆਪਣਾ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਸੀ ਮੈਂ ਉਹਨਾਂ ਨੂੰ ਫੋਨ ਕਰਿਆ ਹੂੰ ਜਿਨ੍ਹਾਂ ਨੇ ਇੱਕ ਕੱਪੜਾ ਲਿਖਿਆ ਹੈ ਉਹਨਾਂ ਦਾ ਨਾਮ ਸੁਖਦੇਵ ਹਠੂਰੀਆ ਸੁਖਦੇਵ ਹਠੂਰੀਆ ਸੁਖਦੇਵ ਸਿੰਘ ਹਠੂਰ ਇਹਨਾਂ ਦਾ ਪਿੰਡ ਹੈ ਜੀ ਹੂੰ ਤੇ ਮੰਗਲ ਹਠੂਰ ਉਹਨਾਂ ਵਾਲਾ ਹਾਂ ਮੰਗਲ ਹਠੂਰ ਉਹਨਾਂ ਵਾਲਾ ਹੂੰ ਤੇ ਇਹ ਕੱਪੜਾ ਜਿਹੜੀ ਹੈ ਕਿਸਾਨ ਅੰਦੋਲਨ ਦੇ ਹੱਕ ਵਿੱਚ ਇਹ ਲਿਖਦੇ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਹੂੰ ਰਾਸ਼ਟਰਪਤੀ ਅਵਾਰਡ ਵਾਪਸ ਕਰਨ ਵਾਲੇ ਹੂੰ ਮਾਸਟਰ ਰਜੀਸ਼ ਕੁਮਾਰ ਜੀ ਅਮਲੋ ਨੂੰ ਸਤਕਾਰ ਸਹਿਤ ਭੇਟ ਹੂੰ ਉਹਨਾਂ ਨੇ ਇਸ ਹਫ਼ਤਾ ਦਾ ਟਾਈਟਲ ਰੱਖਿਆ ਸੀ ਅਵਾਰਡੀ ਤਖਤੀਆਂ ਅਵਾਰਡੀ ਤਖਤੀਆਂ ਹੂੰ ਇੱਕ ਹਫ਼ਤਾ ਹੈ ਕਹਿੰਦਾ ਜੋ ਜਿਉਂਦੇ ਨੇ ਅਵਾਰਡ ਦੇ ਲਈ ਉਹ ਬੇਨ ਕਿਰਪਾਣੋ ਮਿਆਣ ਹੁੰਦੇ ਨੇ ਜੋ ਲੋਕਾਂ ਦੇ ਲਈ ਹੋਂ ਲੜਦੇ ਉਹ ਜ਼ੁਲਮ ਵਿਰੋਧੀ ਕਿਰਪਾਣ ਹੁੰਦੇ ਨੇ ਹੂੰ ਜੋ ਬਗਲ 'ਚ ਰੱਖਣ ਖੁਦ ਕਰਜੀ ਹੂੰ ਉਹਨਾਂ ਦੇ ਸਨਮਾਨਾ ਵਿੱਚ ਹੀ ਪ੍ਰਾਣ ਹੁੰਦੇ ਨੇ ਹੂੰ ਜਦੋਂ ਜੰਗ ਚੱਲਦੀ ਹੋਵੇ ਹੱਕਾਂ ਦੀ ਹੂੰ ਉਦੋਂ ਕਿਸੇ ਤੋਂ ਹੀ ਸੀਨੇ ਤਾਨ ਹੁੰਦੇ ਨੇ ਕੀ ਬਾਤ ਹੈ ਜੋ ਚੱਕੀ ਫਿਰਦੇ ਅਵਾਰਡੀ ਤਖਤੀਆਂ ਉਹ ਸੰਘਰਸ਼ਾਂ ਵਿੱਚ ਨਾ ਪਛਾਣ ਹੁੰਦੇ ਨੇ ਜਿਨ੍ਹਾਂ ਨੇ ਮਾਰਿਆ ਨਾ ਕਿਸੇ ਦੇ ਆ ਹੱਕ ਬੰਦੇ ਹੀ ਉਹ ਸਦਾ ਕੁਰਬਾਨ ਹੁੰਦੇ ਨੇ ਜੋ ਜ਼ੁਬਾਨ ਦੇ ਹੋਣ ਕੱਚੇ ਹਠੂਰੀਆ ਹਮ ਉਹਨਾਂ ਲਈ ਕਾਗਜ਼ੀ ਟੁਕੜੇ ਹੀ ਸ਼ਾਨ ਹੁੰਦੇ ਨੇ ਹਮ ਜੋ ਮਾਰਦੇ ਅਵਾਰਡਾਂ ਨੂੰ ਠੋਕਰਾਂ ਉਹ ਰਜੇਸ਼ ਵਰਗੇ ਹੀ ਮਹਾਨ ਹੁੰਦੇ ਨੇ ਉਹ ਤਲਵੰਡੀ ਵਰਗੇ ਹੀ ਮਹਾਨ ਹੁੰਦੇ ਨੇ ਉਹ ਪਾਤਰ ਸਾਹਿਬ ਵਰਗੇ ਹੀ ਮਹਾਨ ਹੁੰਦੇ ਨੇ ਇਹ ਕਪਤਾ ਉਹਨਾਂ ਨੇ ਬਹੁਤ ਲਿਖੀ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀਗਾ ਹੂੰ ਦੁਬਾਰਾ ਫੋਨ ਤੇ ਵਸ ਇਹਨਾਂ ਨਾਲ ਸੰਪਰਕ ਹੋਇਆ ਹੂੰ ਤਾਂ ਦੱਸਿਆ ਇਹਨਾਂ ਨੇ ਵੀ ਇਹ ਇਹਨਾਂ ਦਾ ਪਿੰਡ ਠੂਰਾ ਹੈ ਤੇ ਅੱਜ ਕੱਲ ਇਹ ਜਿਹੜਾ ਹੈ ਜਗਰਾਉਂ ਵਿਖੇ ਰਹਿ ਰਹੇ ਨੇ ਅੱਛਾ ਉਹਨੂੰ ਇੱਕ ਮਾਣ ਹੁੰਦਾ ਜਿਵੇਂ ਉਹ ਪਾਤਰ ਸਾਹਿਬ ਉਸੇ ਸਤਰ ਦੇ ਵਿੱਚ ਪਾਤਰ ਸਾਹਿਬ ਜੀ ਉਸੇ ਸਤਰ ਦੇ ਵਿੱਚ ਤੁਹਾਡਾ ਨਾਮ ਮੈਨੂੰ ਇਹ ਲੱਗਦਾ ਵੀ ਹੂੰ ਇਹ ਜਿਸ ਕਲਮ ਚੋਂ ਨਿਕਲੀ ਹੋਈ ਕਪਤਾ ਹੈ ਹਾਂ ਉਹ ਕਲਮ ਨੂੰ ਤਾਂ ਮੈਂ ਵੈਸੇ ਸਲੂਟ ਕਰਦਾ ਪਰ ਮੈਨੂੰ ਇਹ ਲੱਗਦਾ ਵੀ ਮੈਂ ਪਾਤਰ ਸਾਹਿਬ ਦੇ ਮੁਕਾਬਲੇ ਚ ਬਹੁਤ ਛੋਟਾ ਹਾਂ ਤੇ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਸ੍ਰੀ ਪਾਤਰ ਉਹਨਾਂ ਦੇ ਨਾਂ ਦੇ ਨਾਲ ਸਾਡਾ ਨਾਂ ਜੁੜ ਜਾਣਾ ਤੇ ਆਪਣੇ ਆਪ ਦੇ ਵਿੱਚ ਇਹ ਬਹੁਤ ਮੇਰੇ ਲਈ ਮਾਣ ਦੀ ਗੱਲ ਹੈ ਤੇ ਮੈਂ ਤਾਂ ਇਹੀ ਕਹਿ ਸਕਦਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਧੰਨਵਾਦ ਹੀ ਕਰ ਸਕਦਾ ਉਸ ਸ਼ਖਸ ਦਾ ਜਿਨ੍ਹਾਂ ਨੇ ਉਸ ਸਮੇਂ ਉਸ ਲਹਿਰ ਨੂੰ ਪਛਾਣਿਆ ਤੇ ਉੱਥੇ ਇਹ ਸ਼ਬਦ ਉਚਣਗੇ ਉਹ ਅੱਜ ਕੱਲ ਰੌਲਾ ਬੜਾ ਚੱਲ ਰਿਹਾ ਸਕੂਲਾਂ ਦੇ ਵਿੱਚ ਬੱਚੇ ਜੇ ਟਾਟ ਤੇ ਬੈਠੇ ਹੁੰਦੇ ਨੇ ਜੇ ਮੰਨ ਲਓ ਆਪਾਂ ਸਕੂਲ ਪਿੰਡਾਂ ਦੇ ਵਿੱਚ ਲਾ ਲਈਏ ਪਿੰਡਾਂ 'ਚ ਰਹਿਣੇ ਹਲੇ ਆਪਾਂ ਜੀ ਟਾਟ ਤੇ ਬਹਿਣਾ ਜਾਂ ਜਿਹੜਾ ਬੈਂਚ ਹੁੰਦਾ ਡੈਸਕ ਬਣਿਆ ਹੁੰਦਾ ਤੁਹਾਨੂੰ ਕੀ ਲੱਗਦਾ ਟਾਟ ਤੇ ਬੈਠਣ ਵਾਲਾ ਜਾਂ ਅ ਬੈਂਚ ਤੇ ਬੈਠਣ ਵਾਲਾ ਬੱਚਾ ਕਿਹੜਾ ਅੱਗੇ ਜਾ ਸਕਦਾ ਜੇ ਮੰਨ ਲਓ ਅੱਜ ਕੱਲ ਰੌਲਾ ਬੜਾ ਪਾਇਆ ਜਾਂਦਾ ਵੀ ਬੱਚਾ ਇੱਥੇ ਟਾਟ ਤੇ ਕਾਹਦੇ ਬੈਠਾ ਹੈ ਇਹਨੂੰ ਡੈਸਕ ਤੇ ਕਿਉਂ ਨਹੀਂ ਬਾਇਆ ਵੀਡੀਓ ਸ਼ਾਇਦ ਦੇਖੀ ਹੋਣੀ ਹੈ ਤੁਸੀਂ ਦੇਖੋ ਇੱਕ ਸਮਾਂ ਸੀ ਹਾਂ ਜਦੋਂ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਦੀ ਬਹੁਤ ਵੱਡੀ ਘਾਟ ਸੀਗੀ ਹੂੰ ਉਹ ਦਿਨਾਂ ਦੇ ਵਿੱਚ ਟਾੜ ਤੇ ਬੈਠਣਾ ਇਥੋਂ ਤੱਕ ਕਿ ਆਪਣੀ ਬੋਰੀ ਜਾਂ ਟਾੜ ਘਰੋਂ ਲੈ ਕੇ ਜਾਣਾ ਇੱਕ ਰੰਪਰਾ ਰਹੀ ਹੈ ਹਾਂ ਤੇ ਅਸੀਂ ਵੀ ਟਾੜ ਤੇ ਬੈਠਣ ਵਾਲੇ ਵਿਦਿਆਰਥੀ ਆ ਤੇ ਅੱਜ ਵੀ ਅਧਿਆਪਕ ਹੈਗੇ ਆ ਪਰ ਅੱਜ ਵੀ ਆਪਣੇ ਆਪ ਚ ਵਿਦਿਆਰਥੀ ਆ ਕਿਉਂਕਿ ਅਸੀਂ ਅੱਜ ਵੀ ਸਿੱਖ ਰਹੇ ਹਾਂ ਕਿਉਂਕਿ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ ਬਿਲਕੁਲ ਹੂੰ ਅਧਿਆਪਕ ਦਾ ਵੈਸੇ ਜਿਉਂ ਵਿਦਿਆਰਥੀ ਹੈ ਤਾਂ ਹੀ ਉਹ ਅਧਿਆਪਕ ਹੈ ਨਹੀਂ ਉਹ ਅਧਿਆਪਕ ਨਹੀਂ ਬਣ ਸਕਦਾ ਦੂਸਰੇ ਨੰਬਰ ਦੇ ਉੱਤੇ ਅੱਜ ਜਦੋਂ ਬੜੀ ਤੇਜ਼ੀ ਨਾਲ ਪਰਿਵਰਤਨ ਆਇਆ ਹੈ ਹਮ ਚਲੋ ਇਨਫਰਾਸਟ੍ਰਕਚਰ ਵੀ ਪੂਰਾ ਹੋਇਆ ਸਕੂਲਾਂ ਦੇ ਵਿੱਚ ਬਹੁਤ ਹੱਦ ਤੱਕ ਪਰ ਹਲੇ ਵੀ ਬਹੁਤ ਸਾਰੀ ਕਮੀ ਹੈਗੀ ਹੈ ਜੇਕਰ ਇਹ ਜਿਹੜਾ ਥੋੜਾ ਅਸਲਚ ਸਵਾਲ ਹੈ ਕਿ ਟਾੜ ਤੇ ਬੈਠਾ ਵਿਦਿਆਰਥੀ ਜਾਂ ਡੈਸਕ ਤੇ ਬੈਠਾ ਵਿਦਿਆਰਥੀ ਕੌਣ ਜ਼ਿਆਦਾ ਸਫਲ ਹੈ ਤਾਂ ਮੈਨੂੰ ਲੱਗਦਾ ਹੈ ਇਹਦੇ ਪਿੱਛੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਅਸੀਂ ਸਾਰੇ ਤੇ ਸਾਰੇ ਜਿੰਨੇ ਅਸੀਂ ਅੱਜ ਦੇ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਆਂ ਸਾਡੇ ਚੋਂ ਬਹੁ ਗਿਣਤੀ ਟਾਟਾਂ ਤੇ ਬੈਠਣ ਵਾਲੇ ਵਿਦਿਆਰਥੀਆਂ ਦੀ ਹੈ ਮੈਂ ਕਿਹਾ ਬਹੁ ਗਿਣਤੀ ਤੋਂ ਵੀ 90% ਤੋਂ ਵੱਧ ਹੋਣਗੇ ਜਿਹੜੇ ਟਾਟਾਂ ਦੇ ਹੀ ਬੈਠੇ ਨੇ ਬਿਲਕੁਲ ਸਰ ਬਿਲਕੁਲ ਅੱਜ ਸਾਡੇ ਲੱਗੇ ਹੋਏ ਡੀਸੀਜ਼ ਆ ਸਾਡੇ ਕੰਮ ਕਰ ਰਹੇ ਆ ਐਸੀਐਮਸ ਹਾਂ ਬਹੁਤ ਸਾਰੇ ਅਧਿਆਪਕ ਡਾਕਟਰਸ ਅਸੀਂ ਸਾਰੇ ਟਾਟਾਂ ਵਾਲੇ ਸਕੂਲਾਂ 'ਚ ਪੜੇ ਆਂ ਤੇ ਸਾਨੂੰ ਆਪਣੇ ਗੁਰੂਆਂ ਤੇ ਆਪਣੇ ਅਧਿਆਪਕਾਂ ਤੇ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਨੇ ਸਾਨੂੰ ਜੋ ਕੁਝ ਸਿਖਾਇਆ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕੀਤਾ ਤੇ ਅੱਜ ਅਸੀਂ ਵੱਡੀ ਪ੍ਰਾਪਤੀ ਉਸ ਸਿਰ ਦੇ ਉੱਤੇ ਕੀਤੀ ਹੈ ਤੇ ਅਸੀਂ ਵੀ ਇਹੀ ਚਾਹਾਂਗੇ ਕਿ ਸਾਡੇ ਵਿਦਿਆਰਥੀ ਭਾਵੇਂ ਸਾਡੇ ਕੋਲ ਸਹੂਲਤਾ 'ਚ ਥੋੜ੍ਹ ਰਹਿ ਜਵੇ ਪਰ ਸਿੱਖਿਆ ਜਿਹੜੀ ਆ ਉਸ ਤਰੀਕੇ ਨਾਲ ਪ੍ਰਾਪਤ ਕਰਨ ਕਿਉਂਕਿ ਕੱਲ ਨੂੰ ਦੇਸ਼ ਸਮਾਜ ਤਾਂ ਹੀ ਸਹੀ ਦਿਸ਼ਾ 'ਚ ਅੱਗੇ ਵਧੂਗਾ ਜੇ ਵਿਦਿਆਰਥੀ ਕਿਸੇ ਮਿਹਨਤ ਦੇ ਰੂਪ ਦੇ ਵਿੱਚ ਅੱਗੇ ਵਧੂਗਾ ਜਾਂ ਉਹਨੂੰ ਉਸ ਤਰੀਕੇ ਨਾਲ ਕੰਮ ਕਰਨਾ ਪਵੇ ਤਾਂ ਮਤਲਬ ਟੀਚਰ ਤੋਂ ਸਰਕਾਰਾਂ ਕਹਿੰਦੀਆਂ ਨੇ ਵੀ ਟੀਚਰ ਕੰਮ ਦੇਣਾ ਜੀ ਟੀਚਰ ਵੀ ਕੁਝ ਭਾਲਦਾ ਹੁੰਦਾ ਜੀ ਸਰ ਟੀਚਰਾਂ ਨੂੰ ਮਤਲਬ ਕੀ ਕੀ ਚੀਜ਼ਾਂ ਲੜਿੰਦੀਆਂ ਹੁੰਦੀਆਂ ਨੇ ਜਾਂ ਕਿਹੜੀਆਂ ਚੀਜ਼ਾਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਜਿਵੇਂ ਤੁਸੀਂ ਪਹਿਲਾਂ ਹੀ ਦੱਸਤਾ ਇੱਕ ਤਾਂ ਵੀ ਮਤਲਬ ਠੀਕ ਆ ਪੜ੍ਹਾਈ ਤੋਂ ਬਿਨਾਂ ਵਾਲੇ ਜਿਹੜੇ ਕੰਮ ਨੇ ਜਦੋਂ ਉਹ ਟੀਚਰ ਨੂੰ ਦੇ ਦੇਣ ਨੇ ਫਿਰ ਟੀਚਰ ਪੜ੍ਹਾਊਗਾ ਕਿ ਕਿਸ ਤਰੀਕੇ ਦੇ ਨਾਲ ਜੇਕਰ ਸੰਸਾਰ ਦੇ ਵਿੱਚ ਅਸੀਂ ਦੇਖੀਏ ਹਾਂ ਉਹ ਕੌਮਾ ਬਹੁਤ ਰੁਕੀ ਕਰਦੀਆਂ ਨੇ ਹੂੰ ਜਿਥੇ ਅਧਿਆਪਕ ਨੂੰ ਬਹੁਤ ਸਾਰਾ ਮਾਨ ਸਨਮਾਨ ਤੇ ਸਿਰਫ ਤੇ ਸਿਰਫ ਅਧਿਆਪਨ ਦਾ ਕੰਮ ਦਿੱਤਾ ਜਾਂਦਾ ਹੈ। ਹਮ ਪਰ ਪਿਛਲੇ ਲੰਬੇ ਸਮੇਂ ਤੋਂ ਜਦੋਂ ਦਾ ਮੈਂ ਸਰਵਿਸ 'ਚ ਆਇਆ ਉਸ ਤੋਂ ਵੀ ਪਹਿਲਾਂ ਹਮ ਜਦੋਂ ਤੋਂ ਕਾਰਪੋਰੇਟ ਦਾ ਪ੍ਰਭਾਵ ਸਿੱਖਿਆ ਦੇ ਉੱਤੇ ਨਜ਼ਰ ਆਉਣ ਲੱਗਿਆ 1991-99 ਤੋਂ ਲਾਕੇ ਹਮ ਬਹੁਤ ਸਾਰੇ ਮੰਗਾਂ ਜਿਹੜੇ ਨੇ ਉਹ ਸਰਕਾਰਾਂ ਆਪਣੇ ਜਦ ਸਰਕਾਰਾਂ ਤੋਂ ਪਹਿਲਾਂ ਕਹਾ ਕਿ ਪੋਲੀਟੀਕਲ ਪਾਰਟੀਆਂ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਕਰਦੀਆਂ ਨੇ ਹਮ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ ਸਾਰੇ ਤੇ ਸਾਰੇ ਜਿਹੜੇ ਕੱਚੇ ਮੁਲਾਜ਼ਮ ਨੇ ਜਾਂ ਤੇ ਆਪਕ ਨੇ ਉਹਨਾਂ ਨੂੰ ਪੱਕੇ ਕਰ ਦੇਣਾ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਅੱਜ ਤੱਕ ਕੋਈ ਕੱਚਾ ਅਧਿਆਪਕ ਪੱਕਾ ਨਹੀਂ ਹੋਇਆ ਅੱਛਾ ਇਸ ਸਰਕਾਰ ਵੱਲੋਂ ਵੀ ਜਿਹੜਾ ਸੀਗਾ ਉਹਨਾਂ ਨੇ ਠੀਕ ਹੈ ਵੀ ਉਹਨਾਂ ਨੂੰ ਤਨਖਾਹ ਵਾਅਦਾ ਕੀਤਾ ਹੈ ਜਿਹੜੇ ਅਧਿਆਪਕਾਂ ਦਾ ਪਰ ਜੇਕਰ ਅਸੀਂ ਸਹੀ ਅਰਥਾਂ ਦੇ ਵਿੱਚ ਦੇਖੀਏ ਤਾਂ ਇਹ ਕੋਈ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਅਧਿਆਪਕਾਂ ਨੂੰ ਪੱਕਾ ਨਹੀਂ ਕੀਤਾ ਗਿਆ ਸਰਕਾਰ ਨੇ ਬਹੁਤ ਸਾਰਾ ਜਿਹੜਾ ਪ੍ਰਚਾਰ ਹੈ ਇਸ ਗੱਲ ਦੇ ਉੱਤੇ ਕੀਤਾ ਬਹੁਤ ਸਾਰੀ ਐਡ ਇਸ ਗੱਲ ਦੇ ਉੱਤੇ ਦਿੱਤੀ ਹੈ ਵੀ ਅਸੀਂ ਇਹਦੇ ਆਪਕੋ ਪੱਕੇ ਕਰੇ ਆ ਪਰ ਗੱਲ ਇਹ ਹੈ ਜੀ ਪੁੱਛਣ ਵਾਲਾ ਸਵਾਲ ਇਹ ਹੈ ਇਹਨਾਂ ਦੇ ਸਾਰੇ ਜਿਹੜੇ ਲੀਡਰਸ ਚੈਨਲਸ ਤੇ ਵੀ ਬੋਲਦੇ ਆ ਪੁੱਛਣਾ ਇਹ ਬਣਦਾ ਹੈ ਕਿ ਜੇ ਪੱਕੇ ਕੀਤੇ ਆ ਇਸ ਸੀਐਸਆਰ ਕਿਹੜੇ ਸੀਐਸਆਰ ਤਹਿਤ ਪੱਕੇ ਹੋਏ ਆ ਸੀਐਸਆਰ ਦਾ ਸੀਐਸਆਰ ਮੀਨ ਸਿਵਲ ਸਰਵਿਸ ਰੂਲਸ ਠੀਕ ਹੈ ਜੀ ਫਿਰ ਇਹ ਤੋਂ ਇਲਾਵਾ ਇਹ ਕਿਹੜੇ ਪੇਗ ਰੇਡ ਚ ਪੱਕੇ ਆ ਕਿਸ ਸਕੇਲ ਚ ਪੱਕੇ ਆ ਮੈਨੂੰ ਲੱਗਦਾ ਇੱਕ ਵੀ ਬੰਦਾ ਕੋਈ ਵੀ ਜਵਾਬ ਨਹੀਂ ਦੇ ਸਕੂਗਾ ਹਾਂ ਇਹ ਠੀਕ ਹੈ ਵੀ ਇਹਨਾਂ ਨੂੰ ਹੋਰ ਅੱਗੇ ਵੱਧ ਕੇ ਕੰਮ ਕਰਨ ਦੀ ਲੋੜ ਹੈ ਤੇ ਸਾਰੇ ਕੱਚੇ ਅਧਿਆਪਕਾਂ ਨੂੰ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਚਾਹੀਦਾ ਕਿਉਂਕਿ ਜਦੋਂ ਉਹਨਾਂ ਨੂੰ ਆਪਣੀ ਤਨਖਾਹ ਜਾਂ ਆਪਣੀ ਮਾਸਕ ਜਿਹੜੀ ਉਹਨਾਂ ਦੀ ਆਮਦਨ ਹੈ ਉਹਦੇ ਪ੍ਰਤੀ ਉਹ ਨਿਸ਼ਚਿਤ ਹੋ ਜਾਣਗੇ ਤਾਂ ਮੈਨੂੰ ਲੱਗਦਾ ਕਿ ਉਹ ਬਹੁਤ ਵਧੀਆ ਢੰਗ ਨਾਲ ਕੰਮ ਕਰ ਸਕਣਗੇ ਜਦੋਂ ਤੁਹਾਡੀ ਲੋਡ ਪੂਰੀ ਹੋ ਜੂ ਬਿਲਕੁਲ ਜੇ ਲੋਡ ਪੂਰੀ ਹੈ ਤਾਂ ਮੈਨੂੰ ਲੱਗਦਾ ਵੀ ਕੰਮ ਵੀ ਬਹੁਤ ਵਧੀਆ ਹੈ ਸਹੀ ਐਵੇਂ ਹੀ ਪੁਰਾਣੀ ਪੈਨਸ਼ਨ ਬਹਾਲ ਦੀ ਗੱਲ ਹੈ ਮੈਨੂੰ ਲੱਗਦਾ ਵੀ ਹੁਣ ਤਾਂ ਬੜਾ ਸਪਸ਼ਟ ਹੈ ਹਮ ਇਲੈਕਸ਼ਨ ਦਾ ਇਹ ਮੁੱਖ ਮੁੱਦਾ ਰਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨੀ ਹੈ ਪਰ ਹਲੇ ਵੀ ਸਟੇਟ ਦੇ ਵਿੱਚ ਸਾਡੀ ਸਟੇਟ ਚ ਵੀ ਅਸੀਂ ਇਹਨੂੰ ਲਾਗੂ ਨਹੀਂ ਕਰ ਸਕਿਆ ਭਾਵੇਂ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਹਾਲੇ ਵੀ ਮੈਨੂੰ ਲੱਗਦਾ ਕਿ ਓਡਾ ਬੜਾ ਜਤਨ ਹੀ ਹੋਇਆ ਜਿੱਡਾ ਬੜਾ ਯਤਨ ਕਰਕੇ ਵੱਡੇ ਤਿੱਖੇ ਫੈਸਲੇ ਲੈਣ ਦੀ ਲੋੜ ਹੈ ਮਲਾਜ਼ਮਾਂ ਨੂੰ ਵੀ ਤਿੱਖੇ ਕੋਲਾਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਵੀ ਹਾਂ ਪੁਰਾਣੀ ਪੈਨਸ਼ਨ ਹਰ ਹਾਲਤ ਚ ਲਾਗੂ ਕਰਾਉਣੀ ਹੈ ਪੈਨਸ਼ਨ ਅਸਲ ਦੇ ਵਿੱਚ ਵਡਾਪੇ ਦੀ ਡੰਗੋਰੀ ਹੈ ਜਦੋਂ ਇੱਕ ਮਲਾਜ਼ਮ ਆਪਣੇ ਵਡਾਪੇ ਪ੍ਰਤੀ ਸੁਚੇਤ ਹੈ ਜਾਂ ਉਹ ਨਿਸ਼ਚਿੰਤ ਹੈ ਵੀ ਹਾਵਨਰ ਨੂੰ ਕੋਈ ਚਿੰਤਾ ਨਹੀਂ ਹੈ ਕਿਸੇ ਗੱਲ ਦੀ ਤਾਂ ਮੈਨੂੰ ਲੱਗਦਾ ਹੈ ਕਿ ਉਹ ਲਾਜ਼ਮੀ ਤੌਰ ਦੇ ਉੱਤੇ ਬਹੁਤ ਵੱਡਾ ਕੰਮ ਕਰ ਸਕੂਗਾ ਤੇ ਪੁਰਾਣੀ ਪੈਨਸ਼ਨ ਦੇ ਵੱਲ ਨੂੰ ਵੀ ਸਰਕਾਰਾਂ ਨੂੰ ਵੀ ਮਤਲਬ ਤਿੱਖੇ ਫੈਸਲੇ ਲੈਣੇ ਚਾਹੀਦੇ ਆ ਹੱਲ ਕਰਨਾ ਚਾਹੀਦਾ ਮੁਲਾਜ਼ਮਾਂ ਦਾ ਇੱਕ ਬਹੁਤ ਵੱਡੀ ਮੰਗ ਹੈ ਤੇ ਹੁਣ ਤਾਂ ਇਹ ਇਲੈਕਸ਼ਨ ਦਾ ਹਿੱਸਾ ਬਣ ਚੁੱਕੀ ਹੈ ਤੇ ਉਹੀ ਸਰਕਾਰ ਆਮ ਤੌਰ ਦੇ ਉੱਤੇ ਬਣੂਗੀ ਜਿਹੜੀ ਪੁਰਾਣੀ ਪੈਨਸ਼ਨ ਨੂੰ ਲਾਗੂ ਕਰੂ ਸਹੀ ਹੈ ਤਾਂ ਪੇਰੈਂਟਸ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋਮੂ ਬੱਚਿਆਂ ਨੂੰ ਜਾਂ ਸਮਾਜ ਨੂੰ ਦੇਖੋ ਬੱਚਿਆਂ ਲਈ ਸੁਨੇਹਾ ਇਹ ਹੈ ਕਿ ਮਿਹਨਤ ਦਾ ਕੋਈ ਸ਼ਾਰਟਕਟ ਨਹੀਂ ਹੈ। ਹੂੰ ਜੇ ਮਿਹਨਤ ਕਰੋਗੇ ਤਾਂ ਆਉਣ ਵਾਲੇ ਦਿਨਾਂ 'ਚ ਕੁਝ ਬਣੋਗੇ। ਜੇ ਅੱਜ ਹੂੰ ਆਪਣੀ ਨੀਂਦ ਆਪਣਾ ਆਰਾਮ ਹੂੰ ਛੱਡੋਗੇ ਤਾਂ ਯਕੀਨੀ ਇਹ ਗੱਲ ਨਿਸ਼ਚਿਤ ਹੈ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਕੱਲ ਨੂੰ ਸਫਲ ਹੋਣ ਤੋਂ ਨਹੀਂ ਰੋਕ ਸਕਦੀ। ਇਸ ਲਈ ਬੱਚਿਆਂ ਕੋਲ ਇੱਕੋ ਇੱਕ ਸਿੱਧਾ ਰਾਏ ਕਿ ਮਿਹਨਤ ਤੋਂ ਬਿਨਾ ਤੁਸੀਂ ਅੱਗੇ ਨਹੀਂ ਵੱਧ ਸਕਦੇ ਤੇ ਮਿਹਨਤ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਦਾ ਆਪਣੇ ਅਧਿਆਪਕਾਂ ਦਾ ਸਨਮਾਨ ਯਕੀਨੀ ਬਣਾਓ ਇਹਨਾਂ ਦਾ ਸਨਮਾਨ ਤੇ ਤੁਹਾਡੀ ਮਿਹਨਤ ਤੁਹਾਨੂੰ ਜ਼ਿੰਦਗੀ ਦੇ ਵਿੱਚ ਵੱਡੀਆਂ ਬੁਲੰਦੀਆਂ ਤੱਕ ਤੁਸੀਂ ਮਿਹਨਤ ਦੀ ਗੱਲ ਕੀਤੀ ਹੈ ਮੈਂ ਇੱਕ ਹੋਰ ਸਵਾਲ ਕਰ ਲਈਏ ਪ੍ਰਵਾਸ بڑا ਮੁੱਦਾ ਪੰਜਾਬ ਦਾ ਅੱਜਕਾ ਜੀ ਮੰਨ ਲਓ ਜਿਲ੍ਹਾਏ ਤਾਂ ਪਿੰਡਾਂ ਦੇ ਵਿੱਚੋਂ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤਾਂ ਮੈਂ ਇੱਕਦਮ ਗਿਣ ਰਿਹਾ ਸੀਗਾ 100 ਤੋਂ 150 ਦੇ ਵਿੱਚ ਵਿੱਚ ਬੰਦਾ ਚਲੇ ਗਿਆ ਜੀ ਜਿਹੜੇ ਪੜ੍ਹ ਰਹੇ ਨੇ ਬੱਚੇ ਉਹਨਾਂ ਦਾ ਵੀ ਇਹੀ ਹੈ ਵੀ ਪਲੱਸ 2 ਤੋਂ ਬਾਅਦ ਸਿੱਧਾ ਕੈਨੇਡਾ ਠੀਕ ਹੈ ਜੀ ਕਿਵੇਂ ਦੇਖਦੇ ਹਾਂ ਪੰਜਾਬ ਦਾ ਪ੍ਰਵਾਸ ਜਿਹੜੇ ਮੰਨ ਲਓ ਠੀਕ ਹੈ ਇੱਕ ਪ੍ਰਵਾਸ ਉਹ ਹੁੰਦਾ ਜਿਨ੍ਹਾਂ ਨੇ ਅੱਗੇ ਜਾਂਦੇ ਸੀ ਪ੍ਰਵਾਸ ਕਰਦੇ ਸੀ ਉਹ ਮੁੜੇ ਆਉਂਦੇ ਸੀ ਬਿਲਕੁਲ ਪਰ ਜਿਹੜੇ ਹੁਣ ਜਾਂਦੇ ਨੇ ਉਹ ਕਹਿੰਦੇ ਜ਼ਮੀਨਾਂ ਵੀ ਵੇਚ ਜਾਂਦੇ ਨੇ ਉੱਥੇ ਜਾ ਕੇ ਸੈੱਟ ਹੋ ਜਾਂਦੇ ਨੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਪ੍ਰਵਾਸ ਤੇ ਰੋਜ਼ਗਾਰ ਹੂੰ ਬਹੁਤ ਨੇੜਲੇ ਸਬੰਧ ਚ ਨੇ ਇੱਕ ਸਿੱਕੇ ਦੇ ਦੋ ਪਾਸੇ ਨੇ ਹੂੰ ਪਰਵਾਸ ਹੁੰਦਾ ਕਿਉਂ ਆ ਪਰਵਾਸ ਹੁੰਦਾ ਰੋਜ਼ਗਾਰ ਦੇ ਲਈ ਕੰਮ ਦੇ ਲਈ ਹਮ ਪਰਵਾਸ ਜਿਹੜਾ ਹੈਗਾ ਉਹ ਲੋਕ ਹਣ ਤੱਕ ਰੋਜ਼ਗਾਰ ਲਈ ਕਰਦੇ ਸੀ ਹਮ ਪਰ ਸਾਡੇ ਲੋਕ ਇਹ ਗੱਲ ਸਪਸ਼ਟ ਰੂਪ ਚ ਸਮਝ ਚੁੱਕੇ ਆ ਪਿਛਲੇ 20 25 ਸਾਲਾਂ ਦੇ ਵਿੱਚ 30 ਸਾਲਾਂ ਚ ਹਮ ਕਿ ਸਾਡਾ ਜਿਹੜਾ ਸੂਬਾ ਹੈ ਉਹ ਸਾਨੂੰ ਕੰਮ ਨਹੀਂ ਦੇ ਰਿਹਾ ਹਮ ਜਦੋਂ ਤੱਕ ਕੰਮ ਨਹੀਂ ਉਦੋਂ ਤੱਕ ਪਰਵਾਸ ਹਮੇਸ਼ਾ ਹੋਊਗਾ ਇਹਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਲੋਕ ਜਦੋਂ ਪੜ੍ਹ ਲੈ ਕੇ ਅੱਗੇ ਵੱਧ ਰਹੇ ਆ ਉਹ ਨਵੇਂ-ਨਵੇਂ ਰਾਹ ਤਲਾਸ਼ਦੇ ਆ ਕਿ ਉਹਨਾਂ ਰਾਹਾਂ ਦੇ ਵਿੱਚ ਚੱਲ ਕੇ ਕਿਵੇਂ ਅਸੀਂ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾ ਸਕਦੇ ਆ ਕਿਵੇਂ ਅਸੀਂ ਵੱਧ ਕਮਾਈ ਕਰ ਸਕਦੇ ਆ ਤੇ ਇਸ ਦੌਰ ਦੇ ਵਿੱਚ ਜਦੋਂ ਪੈਸੇ ਦਾ ਬੋਲਬਾਲਾ ਏ ਹਰ ਚੀਜ਼ ਦੇ ਵਿੱਚ ਮਹਿੰਗਾਈ ਬਹੁਤ ਆ ਉਦੋਂ ਵਿਦਿਆਰਥੀ ਜਾਂ ਨੌਜਵਾਨਾਂ ਦਾ ਬਾਹਰ ਜਾਣਾ ਇਹ ਲਾਜ਼ਮੀ ਤੌਰ ਦੇ ਉੱਤੇ ਬਣਿਆ ਰਹੂਗਾ ਜਨ ਲਈ ਚਾਹੀਦਾ ਇਹ ਹੈ ਕਿ ਪੰਜਾਬ ਦੀ ਸਰਕਾਰ ਇਸ ਗੱਲ ਦੇ ਉੱਤੇ ਕੰਮ ਕਰੇ ਕਿ ਜੋ ਵਿਦਿਆਰਥੀ ਜਿਸ ਵੀ ਪੱਧਰ ਤੱਕ ਉਹ ਪੜ ਗਿਆ ਉਹਦੇ ਲਈ ਉਹਨਾਂ ਕੋ ਰੋਜ਼ਗਾਰ ਲਾਜ਼ਮੀ ਤੌਰ ਦੇ ਉੱਤੇ ਉਹਨੂੰ ਉਪਲਬਧ ਕਰਵਾਏ ਤਾਂ ਜੋ ਉਹ ਰੋਜ਼ੀ ਰੋਟੀ ਤੋਂ ਬਿਲਕੁਲ ਵੀ ਮਹਤਾਜ ਨਾ ਹੋ ਸਕੇ ਉਹ ਯਕੀਨੀ ਰੱਖੇ ਵੀ ਜੇ ਮੈਂ ਇੱਥੇ ਮਿਹਨਤ ਕਰਦਾ ਤਾਂ ਮੈਂ ਕੁਝ ਬਣ ਸਕੂੰਗਾ ਬਿਨਾਂ ਸ਼ੱਕ ਮੈਂ ਇਹ ਗੱਲ ਕਹਿ ਸਕਦਾ ਕਿ ਹਾਲੇ ਲੋਕਾਂ ਦੇ ਵਿੱਚ ਅਸੀਂ ਉਹ ਵਿਸ਼ਵਾਸ ਨਹੀਂ ਪੈਦਾ ਕਰਨ ਦੇ ਵਿੱਚ ਸਫਲ ਹੋਏ ਅਸੀਂ ਉਹਦੇ ਆਪਕੋ ਵੀ ਆਪਣੇ ਵਿਦਿਆਰਥੀਆਂ ਦੇ ਵਿੱਚ ਹਾਲੇ ਇਹ ਗੱਲ ਪੈਦਾ ਨਹੀਂ ਕਰ ਸਕਿਆ ਅਸੀਂ ਬਹੁਤ ਕਹਿੰਦੇ ਆ ਕਿ ਬਹੁਤ ਸਾਰੇ ਮੌਕੇ ਆ ਇੱਥੇ ਅੱਗੇ ਵਧਣ ਦੇ ਤੁਹਾਡੇ ਕੋਲ ਤੁਸੀਂ ਮਿਹਨਤ ਕਰੋ ਅੱਗੇ ਵਧੋ ਪਰ ਹਲੇ ਮੈਨੂੰ ਲੱਗਦਾ ਸਾਡੇ ਚ ਵੀ ਬਹੁਤ ਸਾਰੀਆਂ ਕਮੀਆਂ ਨੇ ਤੇ ਸਰਕਾਰ ਨੂੰ ਵੀ ਵੱਡੇ ਪੱਧਰ ਦੇ ਉੱਤੇ ਦੇ ਉੱਤੇ ਉਪਰਾਲਾ ਕਰਨ ਦੀ ਜ਼ਰੂਰਤ ਹੈ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਚਾਹੇ ਉਹ ਸਟੇਟਾਂ ਦੀਆਂ ਸਰਕਾਰਾਂ ਨੇ ਉਹ ਵੀ ਵੱਡੇ ਪੱਧਰ ਦੇ ਉੱਤੇ ਕੰਮ ਕਰਨ ਪ੍ਰਵਾਸ ਨੂੰ ਰੋਕਣਾ ਬਣਦਾ ਹੈ ਅਸੀਂ ਪ੍ਰਵਾਸ ਰੋਕ ਕੇ ਸਾਡੇ ਦੇਸ਼ 'ਚ ਤਰੱਕੀ ਕਰ ਸਕਦੇ ਹਾਂ ਕੇਵਲ ਅਸੀਂ ਆਪਣੇ ਆਪ ਨੂੰ ਇਹ ਕਹਿ ਕੇ ਵੀ ਅਸੀਂ ਆਪਣਾ ਆਪ ਬਚਾ ਲਈਏ ਅਸੀਂ ਚਲੇ ਜਾਈਏ ਬਾਕੀ ਸਮਾਜ ਦਾ ਜੋ ਮਰਜ਼ੀ ਹੋਵੇ ਇਹ ਬਹੁਤ ਗਲਤ ਧਾਰਨਾ ਹੈ ਪਰਵਾਸ ਅਸੀਂ ਪੜਨ ਲਈ ਜਾਈਏ ਅਸੀਂ ਉੱਥੋਂ ਨਵੀਂ ਤਕਨੀਕ ਲੈ ਕੇ ਆਈਏ ਨਵੀਂ ਸਿੱਖਿਆ ਦੇ ਨਾਲ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਰਾਜ ਦੇ ਵਿੱਚ ਸਟੇਟ ਦੇ ਵਿੱਚ ਅਸੀਂ ਤਰੱਕੀ ਉন্নਤੀ ਕਰ ਸਕੀਏ ਇਹ ਜ਼ਿਆਦਾ کارਗਰ ਹੋਏਗਾ ਜੀ ਤਾਂ ਚੰਗਾ ਲੱਗਾ ਸਰ ਤੁਹਾਡੇ ਨਾਲ ਮਿਲ ਕੇ ਸਮਾਂ ਦੇ ਲਈ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਤਾਂ ਇਹ ਸੀ ਸਰ ਰਾਜੇਸ਼ ਕੁਮਾਰ ਜਿਹੜੇ 25 ਸਾਲ ਪਹਿਲਾਂ ਪੜਾਉਣ ਲੱਗੇ ਸੀ ਕਿਸ ਤਰੀਕੇ ਦੇ ਨਾਲ 25 ਸਾਲ ਪਹਿਲਾਂ ਟੀਚਰ ਸੀਗੇ ਤੇ ਸਟੂਡੈਂਟ ਸੀਗੇ ਤੇ ਕੀ ਬਦਲਾ ਆ ਹੁਣ ਤੱਕ ਕੋਈ ਨਾ ਇਹ ਦੱਸਿਆ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਰਾਸ਼ਟਰਪਤੀ ਅਵਾਰਡ ਮਿਲਿਆ ਸੀ ਜਿਹੜਾ ਉਹ ਵਾਪਸ ਕੀਤਾ ਸੀ ਤੇ ਵਾਪਸ ਕਰਨ ਦਾ ਅਸਲ ਕਾਰਨ ਕੀ ਸੀ ਇਹਨਾਂ ਨੂੰ ਲੱਗਿਆ ਕਿ ਕੇਂਦਰ ਸਰਕਾਰ ਹੈ ਜਿਹੜੀ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਆ ਕਿਸਾਨਾਂ ਦੀ ਗੱਲ ਨਹੀਂ ਮੰਨ ਰਹੀ ਆਪਣੀ ਲੋਕਾਂ ਦੀ ਗੱਲ ਨਹੀਂ ਮੰਨ ਰਹੀ ਤਾਂ ਉਸ ਤੋਂ ਬਾਅਦ ਇਹਨਾਂ ਵੱਲੋਂ ਜਿਹੜਾ ਇਹ ਅਵਾਰਡ ਸੀ ਉਹ ਵਾਪਸ ਕਰ ਦਿੱਤਾ ਗਿਆ ਸੀ ਤਾਂ ਇਹ ਲੋਕ ਵੀ ਨੇ ਜਿਨ੍ਹਾਂ ਨੂੰ ਤਕਰੀਬਨ ਟਾਈਮਲੀ ਦਿਖਾਇਆ ਜਾਂਦਾ ਵੀ ਇਹਨਾਂ ਦਾ ਯੋਗਦਾਨ ਸੀਗਾ ਪਰ ਲੋਕ ਭੁੱਲ ਜਾਂਦੇ ਨੇ ਤਾਂ ਇਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਇਹਨਾਂ ਨੇ ਘਰ ਦੇ ਵਿੱਚ ਬਹਿ ਕੇ ਹਾਲਾਂਕਿ ਘਰ ਨਹੀਂ ਸੀ ਬੈਠੇ ਉੱਥੇ ਜਾ ਕੇ ਵੀ ਸਮੂਲੀਅਤ ਕਰਦੇ ਰਹੇ ਨੇ ਇਹਨਾਂ ਵੱਲੋਂ ਵੀ ਬਹੁਮੁੱਲਾ ਯੋਗਦਾਨ ਹੈ ਜਿਹੜਾ ਉਹ ਪਾਇਆ ਗਿਆ ਸੀ ਰਾਸ਼ਟਰਪਤੀ ਅਵਾਰਡ ਹੈ ਜਿਹੜਾ ਉਹ ਵਾਪਸ ਕੀਤਾ ਗਿਆ ਸੀ ਤੇ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਦੀ ਜਿਹੜੀ ਭੂਮਿਕਾ ਰਹੀ ਹੈ ਉਸ ਨੂੰ ਸਦਾ ਦੇ ਲਈ ਯਾਦ ਰੱਖਿਆ ਜਾਵੇਗਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ